ਇਸ ਵਿਸਾ ਕੈਂਪ ਦੇ ਵਿੱਚ ਵੱਖ ਵੱਖ ਕਾਲਜ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀ ਵੀਰੋ ਅਤੇ ਭੈਣੋ, ਇਸ ਜੋਨ ਦੇ ਸਮੁੱਚੇ ਹਾਜ਼ਰ ਵੀਰੋ, ਕਾਲਜ ਸਕੂਲ ਤੋਂ ਆਏ ਅਧਿਆਪਕ ਸਾਹਿਬਾਨ, ਆਓ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਪਿਤਾ ਜੀ ਵੱਲੋਂ ਬਖਸ਼ੀ ਹੋਈ ਪਤੇ ਨਾਲ ਸਾਂਝ ਪਾਈ, ਕੇਵਲ ਕਹਿੰਦੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪ ਦਾ ਧਿਆਨ ਧਰ ਕੇ ਇੱਕ ਵਾਰ ਕਹਿੰਦੇ ਰੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੋ ਸਕਦਾ ਹੈ ਕਿ ਬਹੁਤ ਸਾਰੇ ਉਹ ਸਟੂਡੈਂਟ ਹੋਣ ਜਿਨ੍ਹਾਂ ਨੇ ਅਜੇ ਤੱਕ ਕੈਂਪ ਕੋਈ ਲਗਾਇਆ ਨਾ ਹੋਵੇ, ਪਹਿਲੀ ਵਾਰ ਕੈਂਪ ਲਗਾਇਆ ਹੋਵੇ। ਹੋ ਸਕਦਾ ਹੈ ਬਹੁਤ ਸਾਰੇ ਸਟੂਡੈਂਟ ਉਹ ਬੈਠੇ ਹੋਣ ਜਿਹੜੇ ਰੈਗੂਲਰ ਜਿਹੜੇ ਕੈਂਪ ਲਗਾਉਂਦੇ ਆ। ਬੇਨਤੀ ਹੈ ਕਿ ਜਿਵੇਂ ਵੀਰ ਜੀ ਹੁਣੀ ਤੁਹਾਨੂੰ ਕਹਿ ਰਹੇ ਸੀ, ਕੈਂਪ ਦੇ ਕੁਝ ਰੂਲ ਰੈਗੂਲੇਸ਼ਨ ਨੇ ਜਿਨ੍ਹਾਂ ਨੂੰ ਹਰ ਕੈਂਪਰ ਦਾ ਫੋਲੋ ਕਰਨ ਦਾ ਜਿਹੜਾ ਫਰਜ਼ ਬਣਦਾ ਹੈ। ਸੋ ਆਸ ਹੈ ਕਿ ਤੁਸੀਂ ਕਰ ਵੀ ਰਹੇ ਨੇ ਅਤੇ ਕਰਦੇ ਵੀ ਰਹੋਗੇ, ਕਿਉਂਕਿ ਜੇਕਰ ਅਸੀਂ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਨਾ ਕਰਾਂਗੇ ਤਾਂ ਫਿਰ ਅਸੀਂ ਕੁਝ ਗ੍ਰਹਿਣ ਨਹੀਂ ਕਰ ਪਾਵਾਂਗੇ। ਤੁਹਾਡਾ ਬਹੁਤ ਕੀਮਤੀ ਸਮਾਂ ਹੁੰਦਾ ਹੈ, ਕਾਲਜਾਂ ਦਾ ਸਕੂਲਾਂ ਦਾ, ਪੜ੍ਹਾਈ ਛੱਡੀ ਹੈ, ਤੁਹਾਡੇ ਕਾਲਜ ਸਕੂਲਾਂ ਨੇ ਤੁਹਾਨੂੰ ਪਰਮਿਸ਼ਨ ਦਿੱਤੀ ਹੈ, ਤੁਹਾਡੇ ਪੇਰੈਂਟਸ ਨੇ ਬਹੁਤ ਵੱਡਾ ਹੌਸਲਾ ਕੀਤਾ ਹੈ। ਖਾਸ ਕਰਕੇ ਮੈਂ ਬੇਟੀਆਂ ਨੂੰ ਕਹਾਂ ਕਿ ਜਿਨ੍ਹਾਂ ਨੇ ਤੁਹਾਨੂੰ ਇਸ ਇਹਨਾਂ ਕੈਂਪਾਂ ਵਿੱਚ ਭੇਜਣ ਦਾ ਜਿਹੜਾ ਹੌਸਲਾ ਕੀਤਾ ਹੈ, ਉਹਨਾਂ ਦੇ ਹੌਸਲੇ ਦੀ ਆਪਾਂ ਕਦਰ ਕਰੀਏ, ਇਹਨਾਂ ਕੈਂਪਾਂ ਵਿੱਚੋਂ ਜ਼ਰੂਰ ਕੁਝ ਗ੍ਰਹਿਣ ਕਰਕੇ ਜਾਈਏ। ਇਹ ਨਾ ਹੋਵੇ ਕਿ ਅਸੀਂ ਇੰਝ ਲੱਗੇ ਵੀ ਕਿਸੇ ਪਿਕਨਿਕ 'ਤੇ ਆਏ ਹਾਂ। ਠੀਕ ਹੈ ਕਿ ਅਸੀਂ ਸਟੂਡੈਂਟ ਲਾਈਫ ਹੈ ਸਾਡੀ, ਅਸੀਂ ਮਨੋਰੰਜਨ ਵੀ ਸਾਨੂੰ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੈਂਪਾਂ ਦੀ ਇਹੀ ਖਾਸੀਅਤ ਹੈ ਕਿ ਇੱਥੇ ਮਿਸ਼ਰਨ ਦਿੱਤਾ ਜਾਂਦਾ ਹੈ, ਹਰ ਇੱਕ ਚੀਜ਼ ਸਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਤੁਹਾਨੂੰ ਗੇਮਸ ਵੀ ਦਿੱਤੀਆਂ ਜਾਂਦੀਆਂ, ਐਕਟੀਵਿਟੀਜ਼ ਦਿੱਤੀਆਂ ਜਾਂਦੀਆਂ, ਗਰੁੱਪ ਡਿਸਕਸ਼ਨ ਦੇ ਵਿੱਚ ਤੁਹਾਨੂੰ ਆਪਣੇ ਮਨ ਦੇ ਭਾਵ ਵਿਅਕਤ ਕਰਨ ਦਾ ਸਮਾਂ ਵੀ ਦਿੱਤਾ ਜਾਂਦਾ ਹੈ। ਸੋ ਮੇਰੀ ਸ਼ੁਰੂ ਵਿੱਚ ਹੀ ਬੇਨਤੀ ਹੈ ਕਿ ਸਮਾਂ ਮੇਰੇ ਕੋਲ ਬੇਸ਼ੱਕ ਤੁਹਾਡੇ ਨਾਲ ਸਾਂਝ ਪਾਉਣ ਦਾ ਕੀਮਤੀ ਟਾਈਮ ਇੱਕੋ ਘੰਟੇ ਦਾ ਸਮਾਂ ਹੈ, ਪਰ ਤੁਸੀਂ ਕੱਲ੍ਹ ਤੱਕ ਇਸ ਕੈਂਪ ਦੇ ਵਿੱਚ ਬਣੇ ਰਹਿਣਾ ਹੈ ਅਤੇ ਇੱਕ ਕੋਸ਼ਿਸ਼ ਜ਼ਰੂਰ ਕਰੋ ਜਿਹੜੀ ਮੇਰੇ ਮਨ ਦੀ ਭਾਵਨਾ ਹੈ ਕਿ ਜਿਹੜਾ ਸੈਸ਼ਨ ਤੁਹਾਨੂੰ ਸਾਰਿਆਂ ਨੂੰ ਨੋਟ ਕਰਵਾਏ ਹੋਣਗੇ, ਕਿੰਨੇ ਵਜੇ ਕਿਹੜਾ ਸੈਸ਼ਨ ਹੈ, ਕਿੰਨੇ ਵਜੇ ਬ੍ਰੇਕ ਹੈ, ਉਹ ਇਹਨਾਂ ਵੀਰਾਂ ਨੂੰ ਕਹਿਣ ਦੀ ਲੋੜ ਨਾ ਪਵੇ ਕਿ ਤੁਸੀਂ ਆਪਣੇ ਆਪ ਹੀ ਜਿਹੜੇ ਗਰੁੱਪ ਕਮਾਂਡਰ ਬਣਾਏ ਨਾ, ਉਹਨਾਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਜਿਹੜੇ ਗਰੁੱਪ ਦੇ ਉੱਪਰ ਉਹ ਲੀਡਰ ਹੈਗੇ ਆ, ਉਹਨਾਂ ਨੂੰ ਗਰੁੱਪ ਨੂੰ ਲੈ ਕੇ ਉਹ ਆਪਣੇ ਆਪਣੇ ਸੈਸ਼ਨ ਦੇ ਵਿੱਚ ਜਿਹੜੇ ਸਮੇਂ ਸਿਰ ਜਿਹੜੀ ਹਾਜ਼ਰੀ ਦੇਣ ਦੀ ਕਿਰਪਾਲਤਾ ਕਰਨ। ਸੋ ਇੰਨੀਆਂ ਬੇਨਤੀਆਂ ਮੇਰੇ ਵਿਸ਼ੇ ਵਿੱਚ ਜਾਣ ਤੋਂ ਪਹਿਲਾਂ ਸੀ। ਬਹੁਤ ਵਧੀਆ ਢੰਗ ਨਾਲ ਤੁਸੀਂ ਸਰਵਣ ਕੀਤੀਆਂ, ਮੈਨੂੰ ਲੱਗਦਾ ਹੈ ਇੱਦਾਂ ਹੀ ਤੁਸੀਂ ਕੱਲ੍ਹ ਤੱਕ ਫੋਲੋ ਕਰੋਗੇ, ਕਰਦੇ ਵੀ ਆ ਰਹੇ ਨੇ, ਹੋਰ ਵਧੀਆ ਤਰੀਕੇ ਨਾਲ ਕਰੋਗੇ, ਕਿਉਂਕਿ ਸੈਸ਼ਨਾਂ ਦਾ ਜਿਹੜਾ ਟਾਈਮ ਹਨ ਉਹ ਇੱਕ ਇੱਕ ਮਿਨਟ ਕੀਮਤੀ ਆ, ਇੱਕ ਇੱਕ ਪਲ ਕੀਮਤੀ ਆ ਸਾਡਾ ਇੱਥੇ ਬੈਠਾ ਹੋਇਆ, ਸਮਾਂ ਆਪਣੀ ਚਾਲ ਵਿੱਚ ਚੱਲੀ ਜਾ ਰਿਹਾ ਹੈ। ਸੋ ਇਹ ਬੇਨਤੀਆਂ ਜ਼ਰੂਰ ਤੁਸੀਂ ਕਿਤੇ ਵੀ ਕੈਂਪ ਲਗਾਓ, ਅੱਜ ਵਾਲੇ ਕੈਂਪ ਇਕੱਲੇ ਦੀ ਗੱਲ ਨਹੀਂ ਆ, ਜੋ ਮੈਨੂੰ ਵਿਸ਼ਾ ਮਿਲਿਆ ਹੈ ਉਹ ਹੈ ਸੱਭਿਆਚਾਰ ਅਤੇ ਆਚਰਣ ਉਸਾਰੀ। ਹੁਣ ਸੱਭਿਆਚਾਰ ਦਾ ਨਾਮ ਸੁਣਦਿਆਂ ਵੈਸੇ ਸਾਡੇ ਮਨ ਵਿੱਚ ਗੱਲ ਆ ਜਾਂਦੀ ਜੀ ਕਿਹੜਾ ਸੱਭਿਆਚਾਰ ਆ ਜਾਂਦਾ ਜੀ, ਪੈਲਸਾਂ ਵਾਲਾ ਜੀ, ਜਿਹਦੇ ਵਿੱਚ ਉਹ ਨਾਚ ਮੇਲੇ ਜੇ ਚੱਲਦੇ ਹੈ ਨਾ ਜੀ, ਜਿਹੜੇ ਸੱਭਿਆਚਾਰ ਆਪਾਂ ਮਾਵੇਂ ਭੂਆ ਦੇ ਮੁੰਡੇ ਦੇ ਵਿਆਹ 'ਤੇ ਜਾਂਦੇ ਹਾਂ, ਉਹੀ ਸੱਭਿਆਚਾਰ ਦਾ ਖਿਆਲ ਆ ਜਾਂਦਾ ਮਨ ਵਿੱਚ।
ਪਰ ਮੈਂ ਬੇਨਤੀ ਕਰਾਂਗਾ ਕਿ ਮੈਂ ਇੱਕ ਸਲਾਈਡ ਸ਼ੋਅ ਦੇ ਰਾਹੀਂ ਤੁਹਾਡੇ ਨਾਲ ਸੱਭਿਆਚਾਰ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਿੱਖ ਦਾ ਸੱਭਿਆਚਾਰ ਕਿਹੜਾ ਹੈ। ਮੈਂ ਬੇਨਤੀ ਕਰਾਂ ਵੀ ਸ਼ਿਵਰਾਜ ਸਿੰਘ ਇਹ ਵਾਲੀਆਂ ਲਾਈਟਾਂ ਔਫ ਹੋ ਜਾਣ ਅਤੇ ਥੋੜ੍ਹੀ ਕਲੈਰਿਟੀ ਹੋਰ ਹੋ ਜਾਵੇਗੀ। ਆਪ ਸਿਰਫ ਅੱਗੇ ਵਾਲੀਆਂ ਪਹਿਲਾਂ ਬੰਦ ਸੀ, ਦੁਬਾਰਾ ਕਰਵਾ ਦਿਓ ਵੀਰ ਜਿਹੜੇ ਅੱਗੇ ਕਰ ਰਹੇ ਸੀ। ਹਾਂਜੀ ਵਿੱਚ ਸੱਭਿਆਚਾਰ ਦੀ ਦੋ ਸ਼ਬਦਾਂ ਦੇ ਸੁਮੇਲ ਤੋਂ ਕਲੈਰਿਟੀ ਆ ਨਾ ਜੀ ਸਾਰਿਆਂ ਨੂੰ। ਸੱਭਿਆਚਾਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਦਾ ਹੈ, ਸੱਭਿਆ ਪਲੱਸ ਆਚਾਰ, ਵੀ ਅਸੀਂ ਰਹਿੰਦੇ ਕਿਸ ਤਰ੍ਹਾਂ ਦਾ ਹੈ, ਸਾਡਾ ਵਿਹਾਰ ਕਿਵੇਂ ਦਾ ਹੈ। ਉਹ ਸਾਰੀਆਂ ਚੀਜ਼ਾਂ ਮੈਂ ਇਹਦੇ ਵਿਸ਼ੇ ਵਿੱਚ ਵਿਸਤਾਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਸਾਡਾ ਟੋਪਿਕ ਮੇਰਾ ਹੈ ਅਤੇ ਦਿੱਤੇ ਹੋਏ ਸਮੇਂ ਵਿੱਚ ਜਿਹੜੀ ਆਪਾਂ ਨੂੰ ਕੰਪਲੀਟ ਵੀ ਕਰਨਾ ਹੈ। ਸਾਡਾ ਸੱਭਿਆਚਾਰ ਕਿਹੜਾ, ਅਸੀਂ ਕਿਹੜੇ ਸੱਭਿਆਚਾਰ ਦੇ ਵਾਰਸ ਹੈ। ਜਿਹੜੀ ਤਸਵੀਰ ਸੱਭਿਆਚਾਰ ਦਾ ਨਾਂ ਲੈਂਦੇ ਹਾਂ ਸਾਡੀਆਂ ਦਿਮਾਗ ਵਿੱਚ ਆ ਗਈ, ਉਹ ਤਸਵੀਰ ਹੈ ਕਿ ਇਹ ਤਸਵੀਰਾਂ ਸਾਨੂੰ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ ਸੀ। ਇਹ ਇਕੱਲੀ ਇਕੱਲੀ ਤਸਵੀਰ ਦੇ ਬਾਰੇ ਮੈਂ ਐਕਸਪਲੇਨ ਕਰਾਂ ਤਾਂ ਸਮਾਂ ਲੱਗ ਜਾਵੇਗਾ। ਅਸੀਂ ਇਹਨਾਂ ਦੇ, ਇਹ ਸਾਡੇ ਸੱਭਿਆਚਾਰ ਦੇ ਪਾਰਟ ਨੇ। ਇਸ ਧਰਤੀ ਦੇ ਉੱਪਰ, ਪੰਜਾਬ ਦੀ ਧਰਤੀ ਦੇ ਉੱਪਰ ਇਹ ਸਭ ਤੋਂ ਪੁਰਾਣਾ ਸੱਭਿਆਚਾਰ ਹੈ। ਹਿੰਦੂ ਘਾਟੀ ਸੱਭਿਅਤਾ ਅਤੇ ਮੋਹਨਜੋਦੜੋ ਸੱਭਿਅਤਾ, ਜਦੋਂ ਅਸੀਂ ਉਹਦੀਆਂ ਸਰਚ ਹੁੰਦੀ ਹੈ, ਖੋਜ ਹੁੰਦੀ ਹੈ, ਉਹਦੇ ਵਿੱਚੋਂ ਸਾਨੂੰ ਉਸ ਸਮੇਂ ਦੇ ਜੋ ਖੁਦਾਈ ਦੌਰਾਨ ਸਾਨੂੰ ਉਹਦੇ ਸਬੂਤ ਪਰੂਫ ਮਿਲਦੇ ਨੇ, ਉਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਸੱਭਿਆਚਾਰ ਕਿੰਨਾ ਅਮੀਰ ਸੀ, ਇਹ ਸੱਭਿਆਚਾਰ ਕਿੰਨਾ ਮਹਾਨ ਸੀ। ਉਸ ਸਮੇਂ ਲੋਕ ਕਿਵੇਂ ਦਾ ਰਹਿੰਦੇ ਸਨ, ਕਿਵੇਂ ਦਾ ਖਾਂਦੇ ਪੀਂਦੇ ਸਨ, ਕਿਵੇਂ ਦੇ ਘਰ ਹੁੰਦੇ ਸਨ, ਉਹ ਸਾਰਾ ਜਿਹੜਾ ਸੀ ਸਾਡੇ ਸੱਭਿਆਚਾਰ ਦਾ ਅੰਗ ਹੈ, ਸਭ ਤੋਂ ਪੁਰਾਣਾ ਸੱਭਿਆਚਾਰ ਹੈ। ਇਸੇ ਧਰਤੀ 'ਤੇ ਵੇਦ, ਰਮਾਇਣ, ਮਹਾਭਾਰਤ, ਜਿਹੜਾ ਵੇਦਾਂ ਦਾ ਜਿਹੜਾ ਲਿਖਤ ਹੋਇਆ, ਉਚਾਰਨ ਹੋਇਆ, ਇਸੇ ਧਰਤੀ ਦੇ ਉੱਪਰ ਹੋਇਆ। ਮੁਸਲਿਮ ਜਿਹੜਾ ਧਰਮ ਸੀ ਉਸਦਾ ਵੀ ਪ੍ਰਚਾਰ ਪ੍ਰਸਾਰ ਜਿਹੜਾ ਸੀ ਇਸ ਧਰਤੀ ਦੇ ਉੱਪਰ ਹੋਇਆ। ਸੂਫੀਜ਼ਮ ਦਾ ਜਿਹਦੇ ਵਿੱਚ ਸ਼ੇਖ ਫਰੀਦ ਜੀ, ਸਾਈ ਮੀਆਂ ਮੀਰ ਜੀ, ਅਤੇ ਸਭ ਤੋਂ ਵੱਡੀ ਗੱਲ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ ਇਸ ਧਰਤੀ ਦੇ ਉੱਪਰ ਹੋਏ। ਗੁਰੂ ਸਾਹਿਬਾਨਾਂ ਦਾ ਦਿੱਤਾ ਹੋਇਆ ਸੱਭਿਆਚਾਰ ਸਾਡੇ ਕੋਲ ਹੈ। ਹੁਣ ਸੱਭਿਆਚਾਰ ਕਦੋਂ ਬਣਦਾ ਜੀ, ਕਿਹੜੀਆਂ ਚੀਜ਼ਾਂ ਨੂੰ ਰਲਾ ਕੇ ਸੱਭਿਆਚਾਰ ਬਣਦਾ, ਸੱਭਿਆਚਾਰ ਕਿਹੜੀਆਂ ਚੀਜ਼ਾਂ ਦੇ ਮਿਸ਼ਰਣ ਨਾਲ ਤਿਆਰ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਉਹ ਸਾਡੇ ਸਾਹਮਣੇ ਆ ਕਿ ਸਾਡਾ ਖਾਣ ਪੀਣ ਕਿਵੇਂ ਦਾ ਹੈ, ਸਾਡਾ ਪਹਿਨਣ, ਸਾਡਾ ਰਹਿਣ ਸਹਿਣ, ਸਾਡੀ ਸੋਚ, ਵਿਵਹਾਰ, ਸਾਡੇ ਸੰਸਕਾਰ ਕਿੱਦਾਂ ਦੇ ਆ, ਸਾਡੇ ਕਾਰ ਵਿਹਾਰ ਕਿਵੇਂ ਦੇ ਆ, ਇਸਤਰੀ ਜਾਤੀ ਪ੍ਰਤੀ ਸਾਡਾ ਵਿਹਾਰ ਕੀ ਆ, ਦੂਜਿਆਂ ਪ੍ਰਤੀ ਸਾਡਾ ਵਿਹਾਰ ਕੀ ਹੈ, ਅਤੇ ਸਾਡਾ ਗੀਤ ਸੰਗੀਤ, ਇਹ ਸਾਰੀਆਂ ਚੀਜ਼ਾਂ ਜਦੋਂ ਮਿਸ਼ਰਣ ਇੱਕ ਬਣ ਜਾਂਦਾ ਅਤੇ ਇੱਕ ਸੱਭਿਆਚਾਰ ਤਿਆਰ ਹੋ ਜਾਂਦਾ ਹੈ। ਕਿਸੇ ਵੀ ਕੰਟਰੀ ਦਾ, ਕਿਸੇ ਵੀ ਜਿਹੜੀ ਉਮਰ ਦਾ ਜਿਹੜਾ ਸੱਭਿਆਚਾਰ, ਇਹਨਾਂ ਚੀਜ਼ਾਂ ਦੇ ਮਿਸ਼ਰਣ ਦੇ ਨਾਲ ਬਣਦਾ ਹੈ। ਹੁਣ ਸਿੱਖ ਦਾ ਸੱਭਿਆਚਾਰ ਕਿਹੜਾ ਹੈ, ਸਾਡਾ ਸੱਭਿਆਚਾਰ ਕਿਹੜਾ ਹੈ, ਸਾਡਾ ਸੱਭਿਆਚਾਰ ਹੈ ਬਾਣੀ ਦੀ ਟਹਿਕ ਮਹਿਕ ਵਿੱਚ ਰੰਗ ਰਸਾ ਅਤੇ ਮਾਨਵਤਾ ਸੱਭਿਆਚਾਰ। ਸਾਡਾ ਸੱਭਿਆਚਾਰ ਕਿਹੜਾ ਹੈ, ਸਾਡਾ ਸੱਭਿਆਚਾਰ ਹੈ ਕੇਸਾਧਾਰੀ, ਦਸਤਾਰਧਾਰੀ, ਸੇਵਾ ਸਿਮਰਨਧਾਰੀ, ਖੜਗਧਾਰੀ, ਰਾਜਯੋਗੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦਾ ਸੱਭਿਆਚਾਰ। ਇਸ ਟੋਪਿਕ ਦੇ ਉੱਪਰ ਜਿਹੜਾ ਵਾ ਅਸੀਂ ਸੱਭਿਆਚਾਰ ਦੇ ਵਿੱਚ ਅਸੀਂ ਗੱਲ ਕਰਾਂਗੇ। ਸਾਡੇ ਆਚਰਣ ਦੀ ਜੇ ਸਹੀ ਉਸਾਰੀ ਅਸੀਂ ਉਮੀਦ ਰੱਖਦੇ ਹਾਂ ਵੀ ਜੇ ਕਿਸੇ ਇਨਸਾਨ ਦੇ, ਕਿਸੇ ਸਿੱਖ ਦੀ ਵਧੀਆ ਆਚਰਣ ਉਚਾਰੀ ਹੋ ਸਕਦੀ ਆ, ਅਤੇ ਸੱਭਿਆਚਾਰ ਦੇ ਇਹਨਾਂ ਪੱਖਾਂ ਨੂੰ ਜੇ ਅਸੀਂ ਧਿਆਨ ਵਿੱਚ ਲੈ ਕੇ ਚੱਲਾਂਗੇ ਤਾਂ ਉਸ ਵਾਰੇ ਸਾਡੇ ਸੱਭਿਆਚਾਰ ਦੀ ਜਿਹੜੀ ਆ ਉਹ ਸਾਡੀ ਮਿਸਾਲ ਸਾਹਮਣੇ ਪੇਸ਼ ਆਵੇਗੀ। ਸਿੱਖ ਦਾ ਸੱਭਿਆਚਾਰ ਕਿਹੜਾ ਹੈ, ਸਿੱਖ ਦਾ ਸੱਭਿਆਚਾਰ ਹੈ ਕਿਰਤ ਦਾ ਸੱਭਿਆਚਾਰ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਿਸ ਸਮੇਂ ਇਸ ਧਰਤੀ ਦੇ ਉੱਪਰ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਸਭ ਤੋਂ ਪਹਿਲਾਂ ਕਿਹੜੀ ਗੱਲ ਸਤਿਗੁਰੂ ਜੀ ਨੇ ਸਾਨੂੰ ਕਿਹੜੇ ਸੱਭਿਆਚਾਰ ਦੇ ਨਾਲ ਜੋੜਿਆ, ਕਿਰਤ ਦੇ ਸੱਭਿਆਚਾਰ ਨਾਲ ਜੋੜਿਆ। ਪਾਤਸ਼ਾਹ ਨੇ ਜਿਹੜੇ ਸਿੱਖ ਤਿਆਰ ਕੀਤਾ ਉਹ ਵਿਹਲੜ ਮਖੱਟੂ ਕੰਨ ਪੜਵਾਉਣ ਵਾਲਾ, ਪਹਾੜਾਂ ਦੀਆਂ ਕੁੰਦਰਾਵਾਂ ਗੁਫਾਵਾਂ ਵਿੱਚ ਬਹਿਣ ਵਾਲਾ ਸਿੱਖ ਨਹੀਂ ਤਿਆਰ ਕੀਤਾ ਸਤਿਗੁਰੂ ਨੇ, ਕਿਹੜਾ ਸਿੱਖ ਤਿਆਰ ਕੀਤਾ, ਕਿਰਤੀ ਸਿੱਖ ਤਿਆਰ ਕੀਤਾ ਹੈ।
ਤੇ ਸਤਿਗੁਰ ਨੇ ਇਕੱਲਾ ਤਿਆਰ ਨਹੀਂ ਕੀਤਾ, ਸਤਿਗੁਰ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਕਿਰਤ ਕਰਕੇ ਵਿਖਾਈ ਆ। ਕਿਰਤ ਵਿਰਤ ਕਰ ਧਰਮ ਦੀ, ਸਤਿਗੁਰ ਨੇ ਆਪ ਆਪਣੇ ਹੱਥਾਂ ਦੇ ਨਾਲ ਕਿਰਤ ਕੀਤੀ ਆ ਤੇ ਸਾਨੂੰ ਦੱਸਣਾ ਕੀਤਾ ਹੈ। ਹੁਣ ਜੇ ਅਸੀਂ ਵੇਖੀਏ ਸਤਿਗੁਰ ਦੇ ਪਾਵਨ ਪਵਿੱਤਰ ਜੀਵਨ ਤੋਂ, ਤਾਂ ਸੁਲਤਾਨਪੁਰ ਲੋਧੀ ਵਿਖੇ ਸਤਿਗੁਰ ਨੇ ਜੋਬ ਕੀਤੀ ਆ, ਮੋਦੀਖਾਨੇ ਦੇ ਵਿੱਚ ਅਕਾਊਂਟੈਂਟ ਦੀ ਨੌਕਰੀ ਕੀਤੀ ਆ। ਇਹ ਸਾਡੇ ਵਾਸਤੇ ਆ ਜਿਹੜੇ ਅੱਜ ਅਸੀਂ ਕਿਰਤ ਵੱਲੋਂ ਮੁੱਖ ਮੁੜੀ ਜਾਂਦੇ। ਮੈਂ ਅਜੋਕੀ ਸਥਿਤੀ ਜਿਹੜੀ ਆ ਨਾਲ ਨਾਲ ਸੀ ਉਹਨੂੰ ਵੇਹ ਜ਼ਰੂਰ ਕਰਾਂਗੇ ਕਿ ਅੱਜ ਅਸੀਂ ਕਿੱਥੇ ਖੜੇ ਪਏ ਹਾਂ। ਜਿਹੜਾ ਧਰਮ, ਜਿਹੜੇ ਸੱਭਿਆਚਾਰ ਸਾਨੂੰ ਸਤਿਗੁਰੂ ਜੀ ਨੇ ਦਿੱਤਾ ਸੀ, ਉਹ ਸੱਭਿਆਚਾਰ ਕਿੱਧਰ ਗਿਆ? ਜੇ ਅਸੀਂ ਇਹ ਸਾਖੀ ਜਿਹੜੀ ਅਸੀਂ ਅਕਸਰ ਹੀ ਆਮ ਹੀ ਤੁਸੀਂ ਸਾਰਿਆਂ ਨੇ ਆਪਾਂ ਸਰਵਣ ਕੀਤੀ ਆ, ਬੜੀ ਵਾਰ ਸੁਣੀ ਆ ਕਿ ਮਲਕ ਭਾਗੋ ਦੇ ਭਾਈ ਲਾਲੋ ਵਾਲੀ, ਕਿ ਸਤਿਗੁਰ ਨੇ ਜਿਹੜੀ ਮਲਕ ਭਾਗੋ ਦੀ ਰੋਟੀ ਸੀ ਉਹਦੇ ਵਿੱਚੋਂ ਦੁੱਧ ਕੱਢਿਆ, ਖੂਨ ਕੱਢਿਆ, ਅਤੇ ਭਾਈ ਜਿਹੜੇ ਕਿਰਤੀ ਸਨ, ਜਿਹੜੇ ਕਿਰਤੀ ਸਨ ਉਹਨਾਂ ਦੀ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਸੀ। ਮਲਕ ਭਾਗੋ ਨੂੰ ਦੱਸ ਦਿੱਤਾ ਵੀ ਤੇਰੇ ਤਿਆਰ ਕੀਤੇ ਪਕਵਾਨ ਦੇ ਵਿੱਚ ਗਰੀਬਾਂ ਦਾ ਖੂਨ ਹੈ, ਅਤੇ ਭਾਈ ਲਾਲੋ ਨੂੰ ਦੱਸਿਆ ਕਿ ਤੇਰੇ ਉਹਦੇ ਵਿੱਚ ਪਿਆਰ ਦਾ ਦੁੱਧ ਝਲਕਦਾ ਹੈ ਕਿਉਂਕਿ ਤੇਰੀ ਕਿਰਤ ਆ, ਤੂੰ ਆਪਣੇ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਨਾਲ ਇਹ ਪ੍ਰਸ਼ਾਦਾ ਤਿਆਰ ਕੀਤਾ ਹੈ। ਇਹ ਸਾਖੀ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਕਿ ਸਤਿਗੁਰ ਜੀ ਨੇ ਕਿਰਤ ਨੂੰ ਵਡਿਆਈ ਦਿੱਤੀ ਆ, ਨਾ ਕਿ ਵਿਹਲੜਾਂ ਨੂੰ, ਨਾ ਕਿਸੇ ਦਾ ਹੱਕ ਖਾਣ ਵਾਲੇ ਨੂੰ। ਜਿਹੜਾ ਸਤਿਗੁਰ ਜੀ ਨੇ ਵਡਿਆਈ ਦਿੱਤੀ, ਕਿਹਨੂੰ ਦਿੱਤੀ ਆ ਜੀ? ਕਿਰਤ ਕਰਨ ਵਾਲੇ ਨੂੰ ਸਤਿਗੁਰ ਜੀ ਨੇ ਵਡਿਆਈ ਦਿੱਤੀ ਆ, ਅਤੇ ਸਾਡਾ ਸੱਭਿਆਚਾਰ ਕਿਰਤ ਵਾਲਾ ਹੈ। ਅਤੇ ਸਤਿਗੁਰ ਜੀ ਨੇ ਆਪ 16-17 ਸਾਲ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਆਪ ਆਪਣੇ ਹੱਥਾਂ ਦੇ ਨਾਲ ਖੇਤੀ ਕੀਤੀ, ਕਿਰਤ ਕੀਤੀ ਆ। ਜਦੋਂ ਬਾਬਾ ਲਹਿਣਾ ਜੀ ਮਿਲਦੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ, ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਸਮੇਂ ਵੀ ਕਿਰਤ ਕਰ ਰਹੇ ਸਨ, ਆਪ ਜਿਹੜੇ ਸੀ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ। ਕਹਿਣ ਤੋਂ ਭਾਵ ਕਿ ਇਹ ਕਿਰਤੀਆਂ ਦਾ ਸੱਭਿਆਚਾਰ ਹੈ, ਇਹ ਵਿਹਲੜਾਂ ਦਾ ਸੱਭਿਆਚਾਰ ਨਹੀਂ ਹੈ ਜਿਹੜਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਅਸੀਂ ਗੁਰੂ ਸਾਹਿਬ ਜੀ ਤੋਂ ਇਲਾਵਾ ਵੇਖ ਲਈਏ, ਜਿੰਨੇ ਭਗਤ ਸਾਹਿਬਾਨ ਜੀ ਹੋਏ ਆ, ਭਗਤ ਕਬੀਰ ਜੀ ਉਹਨਾਂ ਦੀ ਜੁਲਾਹਾ ਜੀ ਕਿਰਤ ਸੀ, ਜਿਨ੍ਹਾਂ 35 ਮਹਾਂਪੁਰਖਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਹੈ, ਸਾਰੇ ਦੇ ਸਾਰੇ ਕਿਰਤੀ ਹੋਏ ਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਹੜੀ ਕਿਰਤ ਕਰਦੇ ਸਨ ਜੀ? ਸ਼ਾਬਾਸ਼ ਜੀ, ਕੋਈ ਸਟੂਡੈਂਟ ਜੀ ਉੱਪਰੋਂ ਵੀ? ਹਾਂਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਸੀ, ਕਿਹੜੀ ਕਿਰਤ ਕਰਦੇ ਸਨ ਜੀ? ਘੁੰਗੜੀਆਂ ਵਿੱਚ ਦੀ ਕਿਰਤ ਕਰਦੇ ਸਨ ਜੀ। ਅਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ ਵੀ ਆਪਣੀ ਜਿਹੜੀ ਕਿਰਤ ਆ ਉਹ ਨਹੀਂ ਛੱਡੀ। ਇਹ ਤੋਂ ਸਾਨੂੰ ਕੀ ਸੰਕੇਤ ਮਿਲਦਾ ਹੈ ਕਿ ਸਤਿਗੁਰੂ ਜੀ ਨੇ ਕਿਰਤ ਦੇ ਸੱਭਿਆਚਾਰ ਨੂੰ ਮਹਾਨਤਾ ਦਿੱਤੀ ਹੈ। ਇਸ ਕਰਕੇ ਸਾਨੂੰ ਸਾਡਾ ਸੱਭਿਆਚਾਰ ਕਿਹੜਾ ਸੱਭਿਆਚਾਰ ਹੈ ਜੀ? ਕਿਰਤ ਦਾ ਸੱਭਿਆਚਾਰ। ਕਿਹੜਾ ਸੱਭਿਆਚਾਰ ਹੈ ਜੀ? ਸਾਡਾ ਸੱਭਿਆਚਾਰ ਕਿਰਤ ਦਾ ਸੱਭਿਆਚਾਰ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਪਾਵਨ ਪਵਿੱਤਰ ਸਾਖੀ ਮੇਰੇ ਦਿਮਾਗ 'ਚ ਆ ਗਈ। ਗੁਰੂ ਪਾਤਸ਼ਾਹ ਜੀ ਨਾ ਜਦੋਂ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ, ਉਹ ਸਾਰੀ ਕਰਵਾ ਰਹੇ ਸਨ, ਅਤੇ ਉਸ ਸਮੇਂ ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਸੀ, ਉਹ ਕਾਫੀ ਪਹਿਲਾਂ ਅਮੀਰ ਸੀ, ਅਤੇ ਅਮੀਰ ਦੇ ਨਾਲ ਨਾਲ ਉਹਦੇ ਸਮਾਂ ਤਬਦੀਲੀ ਆਈ ਅਤੇ ਉਹਦੇ ਘਰ ਵਿੱਚ ਗਰੀਬੀ ਆ ਗਈ। ਗਰੀਬੀ ਆ ਗਈ, ਉਹ ਨਿਰਾਸ਼ ਹੋ ਗਿਆ। ਅਜੇ ਗੁਰੂ ਘਰ ਦਾ ਸ਼ਰਧਾਲੂ ਇੰਨਾ ਪੱਕਾ ਨਹੀਂ ਸੀ, ਉਹ ਇੱਥੋਂ ਤੱਕ ਨਿਰਾਸ਼ ਹੋ ਗਿਆ ਕਿ ਉਹਨੇ ਨਾ ਆਤਮ ਹੱਤਿਆ ਕਰਨ ਦੀ ਸੋਚ ਲਈ ਕਿ ਮੈਂ ਜੀਵ ਕੇ ਕੀ ਕਰਨਾ ਹੈ, ਮੇਰਾ ਤਾਂ ਕਾਰੋਬਾਰ ਠੱਪ ਹੋ ਗਿਆ। ਅਤੇ ਕੀ ਹੋਇਆ ਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਜਿਹੜੇ ਪਿਆਰੇ ਸਿੱਖ ਸੀ ਨਾ, ਉਹਨਾਂ ਦੀ ਸੰਗਤ ਮਿਲ ਗਈ, ਉਹਨਾਂ ਨੂੰ ਮਿਲਿਆ ਇੱਕ ਵਾਰ। ਉਹਨਾਂ ਕਿਹਾ ਕੀ ਗੱਲ ਭਾਈ, ਸੋਮ ਸ਼ਾਹ ਨੂੰ ਵੱਖ ਵੱਖ ਇਤਿਹਾਸਕਾਰਾਂ ਨੇ ਵੱਖ ਵੱਖ ਨਾਮ ਲਿਖੇ ਆ। ਉਹਦਾ ਇੱਕ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਹੈ ਸੋਮ ਸ਼ਾਹ। ਕਹਿਣ ਲੱਗੇ ਵੀ ਕੀ ਗੱਲ ਭਾਈ, ਤੂੰ ਨਿਰਾਸ਼ ਕਿਉਂ ਹੈ?
ਉਹ ਕਹਿਣ ਲੱਗਾ ਮੇਰਾ ਕਾਰੋਬਾਰ ਖਤਮ ਹੋ ਗਿਆ ਏ, ਮੇਰੇ ਘਰ ਦੇ ਵਿੱਚ ਗੁਜ਼ਾਰਾ ਨਹੀਂ ਆ ਅਤੇ ਮੇਰੇ ਬੱਚੇ ਵੀ ਭੁੱਖੇ ਮਰ ਰਹੇ ਆ, ਮੇਰੇ ਘਰ ਵਿੱਚ ਕੁਝ ਖਾਣ ਵਾਸਤੇ ਨਹੀਂ ਆ ਅਤੇ ਮੈਂ ਜ਼ਿੰਦਗੀ ਤੋਂ ਕੀ ਕਰਨਾ, ਇੰਨਾ ਨਿਰਾਸ਼ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਜੀਵਨ ਲੀਲਾ ਖਤਮ ਕਰਨਾ ਲੱਗਾ ਜਿਵੇਂ ਅੱਜ ਹੋ ਗਿਆ। ਉਹ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਉਹਦੇ ਚਰਨਾਂ ਦੀ ਸੇਵਕ ਸੀ, ਸੰਗਤ ਜੁੜੀ ਸੀ, ਉਹਨਾਂ ਨੇ ਕਿਹਾ ਵੀ ਤੂੰ ਐਵੇਂ ਨਾ ਕਰ, ਤੇਰਾ ਕਾਰੋਬਾਰ ਵੀ ਕੰਮ ਵੀ ਚੱਲ ਜਾਏਗਾ, ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਵੇਖ, ਲੋਕ ਯਤੀਮ ਕਹਿੰਦੇ ਸਨ, ਅੱਜ ਉਹ ਗੁਰਤਾ ਗੱਦੀ ਦੇ ਮਾਲਕ ਆ, ਅੱਜ ਵੇਖ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ, ਤੂੰ ਗੁਰੂ ਰਾਮਦਾਸ ਪਾਤਸ਼ਾਹ ਕੋਲ ਅੰਮ੍ਰਿਤਸਰ ਚਲੇ ਜਾ। ਉਹ ਅੰਮ੍ਰਿਤਸਰ ਸਾਹਿਬ ਆ ਗਿਆ, ਅੰਮ੍ਰਿਤਸਰ ਸਾਹਿਬ ਆ ਕੇ ਉਹਨੇ ਦਰਸ਼ਨ ਕੀਤੇ ਅਤੇ ਮਨ ਨੂੰ ਸੰਤੁਸ਼ਟੀ ਮਿਲੀ ਅਤੇ ਰੋਜ਼ ਸੰਗਤ ਕਰਿਆ ਕਰਨੀ ਅਤੇ ਮਨ ਨੂੰ ਢਰਾਸ ਮਿਲੀ ਅਤੇ ਉਹਨੇ ਮਨ 'ਚ ਇੱਕ ਹਿਆ ਸੋਚ ਲਿਆ ਕਿ ਮੈਂ ਵੀ ਉਹੀ ਕਿਰਤ ਕਰਨੀ ਆ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਰਦੇ ਰਹੇ। ਅਤੇ ਭਾਈ ਸੋਮ ਨੇ ਕੀ ਕੀਤਾ, ਉਹਨੇ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਅਤੇ ਸਤਿਗੁਰ ਵੇਖਦੇ ਉਹ ਕਾਫ਼ੀ ਖੁਸ਼ ਹੋਣ ਲੱਗਿਆ, ਪਰਿਵਾਰ ਸਮੇਤ ਆ ਕੇ ਅੰਮ੍ਰਿਤਸਰ ਰਹਿਣ ਲੱਗ ਪਿਆ ਸੀ। ਗੁਰੂ ਸਾਹਿਬ ਜੀ ਨੇ ਵੇਖਿਆ ਵੀ ਸੋਮ ਸ਼ਾਹ ਕਾਫ਼ੀ ਖੁਸ਼ ਆ ਅਤੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਸੋਚਿਆ ਵੀ ਉਹਦੇ ਕੰਮ ਵੀ ਉਹਦਾ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਸਤਿਗੁਰ ਨੇ ਆਖਿਆ ਵੀ ਇੱਕ ਦਿਨ ਮੈਂ ਵੇਖਿਆ, ਵੇਖਾਂ ਤਾਂ ਸਹੀ ਕਿਤੇ ਮੈਂ ਜਿਹੜੀ ਬੇਨਤੀ ਕਰਨ ਲੱਗਾ ਵੀ ਅਸੀਂ ਕਿਰਤ ਕਰਨੀ ਆ, ਪਰੰਤੂ ਕਿਰਤ ਕਰਦਿਆਂ ਅਸੀਂ ਅਸਲ ਮੂਲ ਨਹੀਂ ਆਪਣਾ ਭੁੱਲਣਾ। ਇਹ ਨਾ ਹੋਵੇ ਮੇਰਾ ਕਾਰੋਬਾਰ ਇੰਨਾ ਉੱਚਾ ਚਲੇ ਜਾਵੇ, ਮੈਂ ਕਹਾਂ ਜੀ ਕੀ ਲੈਣਾ ਬਾਣੀ ਪੜ੍ਹ ਕੇ, ਮੈਂ ਕੀ ਲੈਣਾ ਚੰਗੇ ਕੰਮ ਕਰਕੇ, ਮੈਨੂੰ ਨੈਤਿਕ ਗੁਣਾਂ ਦੀ ਲੋੜ ਹੀ ਨਹੀਂ ਕਿਉਂਕਿ ਮੇਰੇ ਕੋਲ ਤਾਂ ਪੈਸਾ ਧਨ ਬਹੁਤ ਬਹੁਤ ਜ਼ਿਆਦਾ ਹੈ। ਤਾਂ ਗੁਰੂ ਸਾਹਿਬ ਜੀ ਨੇ ਇੱਕ ਦਿਨ ਕੀ ਹੋਇਆ ਵੀ ਸਰੋਵਰ ਦੀ ਸੇਵਾ ਚੱਲ ਰਹੀ ਆ, ਦਰਬਾਰ ਸਾਹਿਬ ਦੀ ਉਸਾਰੀ ਦੀ ਸੇਵਾ ਚੱਲ ਰਹੀ ਆ ਅਤੇ ਸਤਿਗੁਰੂ ਜੀ ਉਦੋਂ ਤੁਰੇ ਜਾ ਰਹੇ, ਸ਼ਾਮ ਦਾ ਟਾਈਮ ਹੈ ਅਤੇ ਗੁਰੂ ਸਾਹਿਬ ਨੇ ਕੀ ਵੇਖਿਆ ਕਿ ਸੋਮ ਸ਼ਾਹ ਨਾਲ ਜਿੱਥੇ ਘੁੰਗੀਆਂ ਵੇਚਦਾ ਸੀ ਉਹਦੇ ਬਿਲਕੁਲ ਕੋਲ ਚੜ੍ਹ ਗਏ, ਉਹਨੇ ਚਿਰ ਨੂੰ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਉਦਣ ਜਿਹੜਾ ਅਕਾਊਂਟ ਦਾ ਕੰਮ ਕਰਦੇ ਸੀ ਨਹੀਂ ਉੱਥੇ, ਅਤੇ ਸਤਿਗੁਰੂ ਜੀ ਨੇ ਸੋਮ ਸ਼ਾਹ ਨੂੰ ਸਾਹਮਣੇ ਜਾ ਕੇ ਖਲੋਤਾ। ਸੋਮ ਸ਼ਾਹ ਨੇ ਸਤਿਗੁਰੂ ਜੀ ਨੂੰ ਜਿਹੜੇ ਚਰਨ ਪਰਸੇ ਅਤੇ ਗੁਰੂ ਸਾਹਿਬ ਜੀ ਪੁੱਛਣ ਲੱਗੇ, ਸੋਮ ਸ਼ਾਹ ਕਿੰਨੇ ਕੁ ਪੈਸੇ ਵੱਟ ਲੈਂਦਾ ਹੈ, ਸਤਿਗੁਰੂ ਜੀ ਕਿਰਪਾ ਹੈ, ਬਹੁਤ ਕਿਰਪਾ ਹੈ ਤੁਹਾਡੀ। ਉਹਨੇ ਚਲੋ ਜਿਹੜੇ ਕੰਮ ਕਰਨ ਵਾਲੇ ਮਿਸਤਰੀ ਸਨ ਨਾ, ਕਾਰੀਗਰ ਸਨ, ਲੇਬਰ ਵਾਲੇ, ਉਹ ਗੁਰੂ ਸਾਹਿਬ ਨੂੰ ਆ ਕੇ ਕਹਿੰਦੇ ਵੀ ਸਤਿਗੁਰੂ ਜੀ ਸਾਨੂੰ ਅੱਜ ਦੇ ਪੈਸੇ ਦਿਹਾੜੀ। ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜਿਹੜੇ ਅਕਾਊਂਟੈਂਟ ਸਨ ਉੱਥੇ ਹੈ ਨਹੀਂ ਸਨ, ਜਿਹੜੇ ਪ੍ਰਬੰਧਕ ਸਨ। ਅਤੇ ਬਾਬਾ ਬੁੱਢਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੋਮ ਸ਼ਾਹ ਨੂੰ ਆਖਿਆ ਵੀ ਸੋਮ ਸ਼ਾਹ ਕਿੰਨੇ ਪੈਸੇ ਵੱਟੇ ਲਿਆ ਨਾ ਤੇਰੇ ਆਪਾਂ। ਸਤਿਗੁਰ ਨੇ ਚੈੱਕ ਕਰਨਾ ਸੀ ਵੀ ਕਿਤੇ ਵੇਖਾਂ ਗੁਰੂ ਘਰ ਪ੍ਰਤੀ ਦਸਵੰਧ ਦੇਣ ਵਾਲੀ ਇਹਦੇ ਅੰਦਰ ਪੈਸੇ ਦਾ ਲਾਲਚ ਤਾਂ ਨਹੀਂ ਆ ਗਿਆ, ਉਹ ਅੱਜ ਸ਼ਰਧਾ ਭਾਵਨਾ ਹੈਗੀ ਕਿ ਨਹੀਂ ਹੈਗੀ। ਸਾਰੇ ਪੈਸੇ ਦੇ ਦਿੱਤੇ ਉਹਨੇ ਗੁਰੂ ਸਾਹਿਬ ਜੀ ਨੂੰ, ਸਤਿਗੁਰੂ ਜੀ ਨੇ ਉਹ ਮਜ਼ਦੂਰਾਂ ਨੂੰ ਦੇ ਦਿੱਤੇ। ਅਗਲਾ ਦਿਨ ਹੋਇਆ ਇਸੇ ਤਰ੍ਹਾਂ, ਫਿਰ ਸਤਿਗੁਰੂ ਜੀ ਨੇ ਕਿਹਾ ਸੋਮ ਸ਼ਾਹ ਕਿੰਨੇ ਪੈਸੇ ਵੱਟੇ, ਅਤੇ ਸੋਮ ਸ਼ਾਹ ਨੇ ਜਿੰਨੇ ਪੈਸੇ ਵੱਟੇ ਸੀ ਸਾਰੇ ਗੁਰੂ ਸਾਹਿਬ ਨੂੰ ਦੇ ਦਿੱਤੇ ਅਤੇ ਗੁਰੂ ਸਾਹਿਬ ਨੇ ਉਹ ਸਾਰੇ ਪੈਸੇ ਜਿਹੜੇ ਸੀ ਫਿਰ ਲੇਬਰ ਨੂੰ ਦੇ ਦਿੱਤੇ। ਤੀਸਰੇ ਦਿਨ ਜਦੋਂ ਗੁਰੂ ਸਾਹਿਬ ਉਸੇ ਸਮੇਂ ਗਏ ਨਾ, ਸੋਮ ਸ਼ਾਹ ਪਹਿਲਾਂ ਹੀ ਆ ਗਿਆ, ਭਾਈ ਸੋਮ ਸੀ ਉਸ ਸਮੇਂ ਉਸਦਾ ਨਾਮ, ਉਹ ਪਹਿਲਾਂ ਚੱਲ ਕੇ ਆ ਗਿਆ ਅਤੇ ਜਿੰਨੀ ਮਾਇਆ ਕੋਲ ਸੀ ਨਾ ਉਹ ਗੁਰੂ ਪਾਤਸ਼ਾਹ ਨੂੰ ਹਾਜ਼ਰ ਕਰਕੇ ਕਹਿਣ ਲੱਗਾ ਵੀ ਸਤਿਗੁਰੂ ਜੀ ਅੱਜ ਦੀ ਇਹ ਮਾਇਆ ਜਿਹੜੀ ਇਹ ਤੁਸੀਂ ਜਿਹੜੀ ਆ ਉਹ ਵਰਤ ਲਓ ਜੀ ਤੁਸੀਂ। ਅਤੇ ਗੁਰੂ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾ ਕੇ ਕਿਹਾ ਵੀ ਸੋਮ ਸ਼ਾਹ ਤੂੰ, ਮੈਂ ਸਿਰਫ ਤੈਨੂੰ ਇਹ ਵੇਖਣਾ ਚਾਹੁੰਦਾ ਸੀ ਵੀ ਤੂੰ ਕਿਰਤ ਕਰਦਾ ਕਰਦਾ ਕਿਤੇ ਗੁਰੂ ਘਰ ਪ੍ਰਤੀ ਤੇਰੀ ਇੱਦਾਂ ਦੀ ਭਾਵਨਾ ਤਾਂ ਨਹੀਂ ਬਣ ਗਈ ਕਿ ਤੂੰ ਗੁਰੂ ਘਰ ਪ੍ਰਤੀ ਅਸ਼ਰਧਕ ਹੋ ਗਿਆ ਵੀ ਤੈਨੂੰ ਮਾਇਆ ਦਾ ਲਾਲਚ ਪੈ ਗਿਆ ਹੋਵੇ। ਸਤਿਗੁਰੂ ਜੀ ਨੇ ਛਾਤੀ ਨਾਲ ਆ ਕੇ ਕਿਹਾ ਵੀ ਇੱਥੇ ਪ੍ਰਵਾਨ ਹੀ ਕਿਰਤੀ ਆ ਅਤੇ ਤੂੰ ਹੁਣ ਸ਼ਾਹਾਂ ਦਾ ਮਤਲਬ ਤੂੰ ਸੋਮ ਸ਼ਾਹ ਗੁਰੂ ਦਾ ਸ਼ਾਹ, ਤੂੰ ਗੁਰੂ ਦਾ ਸ਼ਾਹ ਹਾਂ ਅਤੇ ਅੱਜ ਵੀ ਉਹਨਾਂ ਦਾ ਜਿਹੜਾ ਪਰਿਵਾਰ ਹੈ ਨਾ ਉਹਨਾਂ ਦੇ ਨਾਮ ਨਾਲ ਸ਼ਾਹ ਲੱਗਦਾ ਹੈ, ਸੋਮ ਸ਼ਾਹ ਦੇ ਪਰਿਵਾਰਾਂ ਦੇ ਵੰਸ਼ ਦੇ ਨਾਲ। ਅੱਜ ਵੀ ਉਹਨਾਂ ਦਾ ਵਿਦੇਸ਼ ਵਿੱਚ ਅਮੈਰੀਕਾ ਵਿੱਚ ਬਹੁਤ ਵੱਡਾ ਕਾਰੋਬਾਰ ਹੈ, ਅੱਜ ਵੀ ਉਹਨਾਂ ਦੀ ਅੰਸ ਜਿਹੜੀ ਚੱਲਦੀ ਪਈ ਹੈ। ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਨੇ ਕਿਰਤ ਵਾਲੇ ਸੱਭਿਆਚਾਰ ਨੂੰ ਵਡਿਆਈ ਦਿੱਤੀ ਆ, ਪਰੰਤੂ ਅੱਜ ਸਾਡੇ ਵਿੱਚੋਂ ਜਿਹੜੀ ਕਿਰਤ ਵਾਲਾ ਸੱਭਿਆਚਾਰ ਹੈ ਉਹ ਜਾਈ ਜਾ ਰਿਹਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਸੀ ਨਾ, ਉਸ ਸਮੇਂ ਸਤਿਗੁਰੂ ਜੀ ਨੇ
52 ਵੱਖ-ਵੱਖ ਕਿੱਤਿਆਂ ਦੇ ਲੋਕ ਲਿਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਿਖੇ ਤਾਂ ਵਸਾਏ ਸਨ ਕਿ ਮੇਰਾ ਸਿੱਖ ਕੋਈ ਵੀ ਕੰਮ ਕਰਨ ਵਾਲਾ ਹੋਵੇਗਾ ਤੂੰ ਕਿਰਤ ਕਰ ਲਵੇਗਾ। ਪਰ ਮਾਫ਼ ਕਰਨਾ, ਮੈਂ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਾਂ, ਅੱਜ ਅਸੀਂ ਜਿਹੜੇ ਖੇਤੀਬਾੜੀ ਕਿੱਤੇ ਨਾਲ ਸੰਬੰਧਿਤ ਹਾਂ, ਅਸੀਂ ਸਾਰੇ ਕੰਮਕਾਰ ਕਰਨ ਵਾਲੇ ਹਾਂ, ਸਾਡੇ ਪੇਰੈਂਟਸ ਤਾਂ ਕੰਮ ਕਰਦੇ ਆ, ਪਰੰਤੂ ਅਸੀਂ ਕਿਰਤ ਵਾਲੇ ਸੱਭਿਆਚਾਰ ਤੋਂ ਮੂੰਹ ਮੋੜੀ ਬੈਠੇ। ਅੱਜ ਦਾ ਨੌਜਵਾਨ ਖੇਤਾਂ ਵਿੱਚ ਕੰਮ ਕਰਨਾ ਆਪਣੀ ਹਕਤ ਸਮਝਦਾ ਹੈ। ਮੈਂ ਕੰਮ ਕਰਾਂਗਾ ਪੈਲੀ ਦੇ ਵਿੱਚ, ਮੈਂ ਜਾ ਕੇ ਝੋਨੇ ਦੇ ਬੰਨੇ ਵੱਢਾਂਗਾ, ਮੈਨੂੰ ਕੀ ਲੋੜ ਹੈਗੀ ਆ, ਮੈਂ ਤਾਂ ਕਾਲਜ ਵਿੱਚ ਪੜ੍ਹਦਾ, ਮੇਰਾ ਤਾਂ ਸਟੇਟਸ ਡਾਊਨ ਹੁੰਦਾ ਹੈ। ਮੈਂ ਭੈਣਾਂ ਨੂੰ ਵੀ ਬੇਨਤੀ ਕਰਾਂ ਕਿ ਤੁਸੀਂ ਆਪਣੇ ਪੇਰੈਂਟਸ ਦਾ, ਆਪਣੀ ਮੰਮੀ ਦਾ, ਉਹਨਾਂ ਦੇ ਘਰ ਦੇ ਵਿੱਚ ਕੰਮ ਵਿੱਚ ਹੱਥ ਵੀ ਇਹ ਨਾ ਸੋਚੀਏ ਵੀ ਮੈਂ ਤਾਂ ਕਾਲਜ ਪੜ੍ਹਦੀ ਹਾਂ, ਮੈਨੂੰ ਕਿਉਂ ਰੋਟੀਆਂ ਪਕਾਉਣ ਦੀ, ਮੰਮੀ ਤਿਆਰ ਕਰ ਦੇਵੇ ਮੈਂ ਖਾ ਕੇ ਚਲੇ ਜਾਵਾਂਗੀ, ਕਿਉਂਕਿ ਮੈਂ ਤਾਂ ਕਾਲਜ ਪੜ੍ਹਦੀ ਹਾਂ ਨਾ। ਸਾਡਾ ਸੱਭਿਆਚਾਰ ਕਿਰਤੀਆਂ ਦਾ ਸੱਭਿਆਚਾਰ ਹੈ, ਅਸੀਂ ਆਪਣੇ ਹੱਥਾਂ ਨਾਲ ਆਪਣੇ ਪਰਿਵਾਰ ਦੇ, ਆਪਣੇ ਘਰ ਦੇ ਜਿਹੜੇ ਆ ਕੰਮ ਕਰਨੇ ਆ, ਕਿਉਂਕਿ ਸਤਿਗੁਰੂ ਜੀ ਸਾਨੂੰ ਜੋ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਨੂੰ ਕਮਾਉਣ ਦਾ ਸਾਡਾ ਅਸਲ ਮਕਸਦ ਇਹੀ ਹੈ। ਨੈਕਸਟ ਟੌਪਿਕ ਹੈ ਜੀ ਸਰਬੱਤ ਦਾ ਭਲਾ। ਸਾਡੇ ਸੱਭਿਆਚਾਰ ਦਾ ਅੰਗ ਕੀ ਹੈ ਜੀ? ਜਦੋਂ ਵੀ ਸਿੱਖ ਅਰਦਾਸ ਕਰਦਾ ਸਵੇਰੇ ਸ਼ਾਮ ਤੱਕ ਅਖੀਰ ਦੇ ਵਿੱਚ ਲਾਈਨ ਬੋਲੀ ਜਾਂਦੀ, ਪੰਕਤੀ ਬੋਲੀ ਜਾਂਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਦੀ ਮਿਸਾਲ ਦੇਖਣੀ ਹੋਵੇ ਤਾਂ ਅੱਜ ਦੀ ਤਸਵੀਰ ਸਾਡੇ ਸਾਹਮਣੇ ਹੈ, ਇਸ ਤੋਂ ਵੱਡੀ ਨਹੀਂ ਮਿਲ ਸਕਦੀ ਕਿਤੇ। ਕਿਉਂ ਮਿਲ ਸਕਦੀ ਹੈ? ਸਰਬੱਤ ਦੇ ਭਲੇ ਦੀ ਗੱਲ ਇਹ ਤੋਂ, ਸਰਬੱਤ ਦੇ ਵਿੱਚ ਕੌਣ ਆ ਜਾਂਦਾ? ਦੁਸ਼ਮਣ ਵੀ ਆ ਜਾਂਦਾ ਹੈ। ਸਰਬੱਤ ਦੇ ਭਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਉਦੋਂ ਦੁਸ਼ਮਣ ਵੀ ਆ ਜਾਂਦਾ ਹੈ। ਉਹ ਭਾਈ ਘਨੱਈਆ ਜੀ ਦੇ ਸਮੇਂ ਦੀ ਗੱਲ ਹੈ, ਇਹ ਤਸਵੀਰ ਜਿਹੜੀ ਸਾਹਮਣੇ ਤੁਹਾਨੂੰ ਦਿਸ ਰਹੀ ਹੈ ਕਿ ਜਦੋਂ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਨਾ ਵੀ ਗੁਰੂ ਸਾਹਿਬ ਜੀ ਅਸੀਂ ਦੁਸ਼ਮਣ ਨਾਲ ਲੜ ਰਹੇ ਹਾਂ ਅਤੇ ਸਾਡਾ ਸਾਥੀ ਨਾ ਪਾਣੀ ਪਿਆ ਪਿਆ ਕੇ ਅਤੇ ਦੁਸ਼ਮਣਾਂ ਨੂੰ ਸਾਡੇ ਵਿਰੁੱਧ ਲੜਨ ਵਾਸਤੇ ਖੜਾ ਕਰੀ ਜਾਂਦਾ ਹੈ। ਸਤਿਗੁਰੂ ਜੀ ਨੇ ਸ਼ਿਕਾਇਤ ਦੇ ਕੋਲ ਬੁਲਾਇਆ ਭਾਈ ਘਨੱਈਆ ਜੀ ਨੂੰ ਪੁੱਛਿਆ ਅਤੇ ਭਾਈ ਘਨੱਈਆ ਜੀ ਨੇ ਕਿਹਾ, ਸਤਿਗੁਰੂ ਜੀ ਮੈਨੂੰ ਸਾਰਿਆਂ ਦੇ ਵਿੱਚੋਂ ਤੁਸੀਂ ਦਿਸਦੇ ਜੀ, ਮੈਨੂੰ ਬਗਾਨਾ ਲੱਗਾ ਹੀ ਕੋਈ ਨਹੀਂ, ਮੈਨੂੰ ਓਪਰਾ ਲੱਗਾ ਹੀ ਕੋਈ ਨਹੀਂ ਆ, ਇਸ ਕਰਕੇ ਮੈਨੂੰ ਸਾਰਿਆਂ ਦੇ ਵਿੱਚੋਂ ਤੁਸੀਂ ਦਿਸਦੇ। ਗੁਰੂ ਸਾਹਿਬ ਨੇ ਕੀ ਕੀਤਾ? ਕੱਢ ਦਿੱਤਾ, ਭਜਾ ਦਿੱਤਾ, ਸਜ਼ਾ ਦਿੱਤੀ? ਗੁਰੂ ਸਾਹਿਬ ਨੇ ਕੀ ਕੀਤਾ? ਉਹਨਾਂ ਨੂੰ ਮਲਮ ਪੱਟੀ ਦਿੱਤੀ। ਕਹਿੰਦੇ ਲੈ ਘਨੱਈਆ, ਜੇ ਤੂੰ ਵਾਕਿਆ ਮੈਂ ਐਦਾਂ ਦੇ ਸਿੱਖ ਤਿਆਰ ਕਰਨੇ ਚਾਹੁੰਦਾ ਸਾਂ ਜਿੱਥੇ ਸਿੱਖ ਸੂਰਬੀਰ ਯੋਧੇ ਹੋਣ, ਦੁਸ਼ਮਣ ਨੂੰ ਭਾਜ ਦੇਣ ਵਾਲੇ ਹੋਣ, ਉੱਥੇ ਸਿੱਖ ਇੱਦਾਂ ਦੇ ਮੈਂ ਤਿਆਰ ਕਰਨੇ ਚਾਹੁੰਦਾ ਹੈ ਕਿ ਜਿਹੜੇ ਸਿੱਖ ਜਿਹੜਾ ਲੋੜਵੰਦ ਦੀ ਮਦਦ ਕਰਨ ਵਾਲੇ ਵੀ ਹੋਣ। ਪਰੰਤੂ ਮੈਂ ਇੱਕ ਬੇਨਤੀ ਕਰਾਂ, ਅੱਜ ਮਾਰੀਏ ਸੱਚਾਤੀ ਆਪਾਂ, ਅੱਜ ਸਕੇ ਭਰਾ ਭਰਾ ਦੇ ਨਾਲ ਹੀ ਨਾ ਬੋਲਦੇ, ਆਪਾਂ ਆਪਣੇ ਪਰਿਵਾਰਾਂ ਵੱਲ ਹੀ ਵੇਖ ਲਈਏ। ਸਾਡਾ ਚਾਚੇ ਤਾਇਆਂ ਨਾਲ ਵਿਰਲੇ ਘਰ ਹੀ ਹੋਣਗੇ ਜਿਨ੍ਹਾਂ ਦੀ ਚਾਚੇ ਤਾਇਆਂ ਨਾਲ ਬਣਦੀ ਹੋਣੀ ਹੈ, ਸਾਰਿਆਂ ਦੀ ਗੱਲ ਆ, ਸਮੇਤ ਮੈਂ ਵੀ ਤੁਹਾਡੇ ਵਿੱਚ ਸ਼ਾਮਿਲ ਹਾਂ। ਅੱਜ ਸਾਡੀ ਇੱਕ ਭਰਾ ਹੋਸਪਿਟਲ ਵਿੱਚ ਦਾਖਲ ਹੁੰਦਾ ਤਾਂ ਦੂਜਾ ਪਤਾ ਲੈਣ ਨਹੀਂ ਜਾਂਦਾ, ਕਹਿੰਦੇ ਸਾਡਾ ਸ਼ਰੀਕ ਹੈ। ਅੱਜ ਅਸੀਂ ਗੱਲ ਕਰਦੇ ਪਏ ਹਾਂ ਸਰਬੱਤ ਦੇ ਭਲੇ ਦੀ, ਪਰੰਤੂ ਅੱਜ ਸਾਡੀਆਂ ਲੜਾਈਆਂ, ਅੱਜ ਕਚਹਿਰੀਆਂ, ਕੋਰਟ ਕਾਹਦੇ ਨਾਲ ਭਰੇ ਪਏ ਆ? ਵੱਟਾਂ ਦੀਆਂ ਲੜਾਈਆਂ ਸਾਡੀਆਂ, ਸਾਡੀਆਂ ਛੋਟੀ ਛੋਟੀ ਗੱਲ ਤੋਂ ਲੜਾਈਆਂ ਹੈ। ਜੇ ਕਿਸੇ ਨੇ ਦੂਜਾ ਨਾਲ ਦਾ ਗੁਆਂਢੀਆਂ ਦਾ ਲੜਕਾ, ਜੇ ਕਿਸੇ ਮੋਟਰਸਾਈਕਲ 'ਤੇ ਕਾਲਜ ਆਉਣ ਲੱਗ ਪਿਆ, ਅਸੀਂ ਬੱਸ 'ਤੇ ਆਉਂਦੇ ਪਏ, ਸਾਨੂੰ ਉਸ ਚੀਜ਼ ਦੀ ਵੀ ਈਰਖਾ ਜੈਲਸੀ ਹੋ ਰਹੀ ਹੈ। ਇੱਥੋਂ ਤੱਕ ਮਾਫ਼ ਕਰਨਾ, ਕਿਹੜੇ ਚੰਗਾ ਸੂਟ ਪਾਇਆ ਹੋਵੇ ਉਹਦੀ ਵੀ ਹੋ ਜਾਂਦੀ ਹੈ ਨਾ, ਮੈਨੂੰ ਕਈ ਵਾਰੀ ਇੱਦਾਂ ਦੀ ਹੋ ਜਾਂਦੀ ਹੈ ਨਾ ਗੱਲ। ਪਰ ਆਪਾਂ ਵੇਖੀਏ ਅਸੀਂ ਕਿਹੜੇ ਸੱਭਿਆਚਾਰ ਦੇ ਵਾਸ ਆ, ਅਸੀਂ ਸੱਭਿਆਚਾਰ ਸਾਡੇ ਕੋਲ ਕਿਹੜਾ ਹੈ? ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਪਾਤਸ਼ਾਹ ਜੀ ਦੱਸਦੇ ਨੇ ਵੀ ਸਾਡੇ ਸਾਰੇ ਮਿੱਤਰ ਨੇ, ਸੋ ਇਸ ਕਰਕੇ ਅੱਜ ਜਿਹੜੇ ਵਖਰੇਵੇ ਸਾਡੇ ਵਿੱਚ ਪੈ ਰਹੇ ਆ ਉਹ ਸਾਨੂੰ ਦੂਰ ਕਰ ਦੇਣੇ ਚਾਹੀਦੇ। ਇਹ ਵੀ ਤਸਵੀਰ ਉਸ ਸਮੇਂ ਦੀ ਆ ਜਦੋਂ ਪੰਡਿਤ ਕਿਰਪਾ ਰਾਮ ਦੀ ਗਵਾਹੀ ਵਿੱਚ ਨਾ ਕਸ਼ਮੀਰੀ ਪੰਡਿਤ ਆ ਕੇ ਗਲ ਵਿੱਚ ਪੱਲਾ ਪਾ ਕੇ ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਜਿਨ੍ਹਾਂ ਦੇਵੀ ਦੇਵਤਿਆਂ ਦੀ ਹਜ਼ਾਰਾਂ ਸਾਲ ਤੋਂ ਪੂਜਾ ਕੀਤੀ, ਕਿਸੇ ਨੇ ਬਾਣੀ ਜਪੜੀ, ਸਤਿਗੁਰੂ ਪੁੱਛਿਆ ਕੀ ਹੋਇਆ?
ਕਹਿਣ ਲੱਗੇ ਸਤਿਗੁਰ ਜੀ ਅੱਜ ਸਾਡੇ ਨਾ ਧਾਰਮਿਕ ਚਿੰਨ ਜਨੇਊ ਨੂੰ ਜ਼ਬਰਦਸਤੀ ਔਰੰਗਜ਼ੇਬ ਵੱਲੋਂ ਉਤਾਰਿਆ ਜਾ ਰਿਹਾ। ਜ਼ਬਰਦਸਤੀ ਔਰੰਗਜ਼ੇਬ ਸਵਾ ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਂਦਾ ਸੀ, ਇੰਨਾ ਜ਼ਾਲਮ ਸੀ ਉਹ। ਕਹਿੰਦੇ ਸਤਿਗੁਰ ਜੀ ਸਾਨੂੰ ਜਿਨ੍ਹਾਂ ਦੀ ਹਜ਼ਾਰਾਂ ਸਾਲ ਤੋਂ ਪੂਜਾ ਕੀਤੀ ਕੋਈ ਬਾਂਹ ਨਹੀਂ ਫੜ ਰਿਹਾ, ਇਹ ਸਰਬੱਤ ਦੇ ਭਲੇ ਦਾ ਸੱਭਿਆਚਾਰ ਹੈ, ਇਸ ਤੋਂ ਵੱਡੀ ਸਾਨੂੰ ਮਿਸਾਲ ਕਿਤੇ ਨਹੀਂ ਮਿਲ ਸਕਦੀ। ਉਸ ਧਰਮ ਦੀ ਰੱਖਿਆ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ, ਉਸ ਧਰਮ ਦੀ ਖਾਤਰ ਸਤਿਗੁਰੂ ਜੀ ਨੇ ਆਪਣਾ ਸੀਸ ਜਿਹੜਾ ਵਾਰਿਆ, ਉਸ ਧਰਮ ਦੀ ਖਾਤਰ ਜਿਹਦੇ ਵਿੱਚ ਰਤਾ ਜਿੰਨਾ ਵੀ ਯਕੀਨੀ, ਕਿਹਦੀ ਖਾਤਰ? ਜਨੇਊ, ਉਹ ਜਨੇਊ ਉਹੀ ਜਨੇਊ ਆ ਜਿਹੜੇ ਪਹਿਲੇ ਜਾਮੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੰਡਿਤ ਅਧਿਆਲ ਨੂੰ ਬਹੁ ਫੜ ਕੇ ਕਿਹਾ ਸੀ ਵੀ ਪੰਡਿਤ ਅਧਿਆਲੇ ਕੀ ਕਰਨ ਲੱਗਾ ਹੈ? ਕਹਿ ਲੱਗੇ ਤੁਹਾਨੂੰ ਧਰਮ ਵਿੱਚ ਸ਼ਾਮਿਲ ਕਰਨ ਲੱਗਾ। ਸਤਿਗੁਰੂ ਜੀ ਕਹਿਣ ਲੱਗੇ ਤੂੰ ਧਰਮ ਵਿੱਚ ਇਸ ਧਾਗੇ ਨਾਲ ਮੈਨੂੰ ਸ਼ਾਮਿਲ ਕਰੇਗਾ, ਪਹਿਲਾਂ ਮੇਰੀ ਮਾਂ ਨੂੰ ਪਾ ਦੇ, ਮੇਰੀ ਭੈਣ ਨੂੰ ਪਾ ਦੇ। ਉਹਨੇ ਕਿਹਾ ਵੀ ਇਹ ਨਾਂ ਤੇ ਔਰਤ ਵਾਸਤੇ ਬਣਿਆ। ਕਹਿਣ ਲੱਗਿਆ ਮੇਰਾ ਇੱਕ ਜਿਗਰੀ ਦੋਸਤ ਆ। ਕੌਣ ਜਿਗਰੀ ਦੋਸਤ ਆ? ਮਰਦਾਨਾ। ਕਹਿੰਦੇ ਉਹਨੂੰ ਪਾ ਦੇ। ਕਹਿੰਦੇ ਉਹਦੇ ਵਾਸਤੇ ਨਹੀਂ ਬਣਿਆ, ਛੋਟੀ ਜਾਤ ਵਾਸਤੇ ਨਹੀਂ ਬਣਿਆ। ਤੇ ਸਤਿਗੁਰ ਨੇ ਫਿਰ ਪੰਡਿਤ ਅਧਿਆਲ ਨੂੰ ਕਿਹਾ ਸੀ ਵੀ ਦਇਆ ਕਪਾਹ ਸੰਤੋਖ ਸੂਤ ਜਤ ਕੱਢੀ ਸਤ ਵਾਢੀ ਜਨੇਊ ਜੀ ਤਾਂ ਹਾਈ ਤਾਂ ਪਾਂਡੇ ਘੱਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਗਲੇ ਨਾ ਜਾਏ ਧਾਂਸੇ ਮਾਨਸ ਮਾਨਕਾ ਸੇ ਗੱਲ ਪੱਲੇ ਪਾਏ। ਪੰਡਿਤ ਉਹ ਜਨੇਊ ਪਾ ਜਿਹਨੂੰ ਮੈਲ ਨਾ ਲੱਗੇ, ਜਿਹਨੂੰ ਗੰਢ ਨਾ ਆਵੇ, ਜਿਹੜਾ ਟੁੱਟੇ ਨਾ। ਫਰਿਆਦ ਕਰਦੇ ਆ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪੰਡਿਤ ਕਿਰਪਾ ਰਾਮ ਨੂੰ ਕਿਹਾ ਜਾ ਕੇ ਕਹਿ ਦੇ ਵੀ ਔਰੰਗਜ਼ੇਬ ਨੂੰ ਮੈਂ ਤੇਗ ਤੇ ਪਰਖ ਲੈ, ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲਈ ਸੌ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾਂ। ਤੇ ਸਤਿਗੁਰ ਨੇ ਵੰਗਾਰ ਪਾ ਕੇ ਕਿਹਾ ਸੀ ਔਰੰਗਜ਼ੇਬ ਇੱਕ ਗੱਲ ਯਾਦ ਰੱਖੀ, ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਉਹ ਤੇਗਾਂ। ਔਰੰਗਜ਼ੇਬ ਯਾਦ ਰੱਖੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕੀਤੀ ਵੀ ਜਿਹੜੀ ਉਹਨੇ ਤੇਗ ਵਾਹੁਣੀ ਨਾ, ਤੇਗ ਕਿਹੜੀ ਸੀ? ਖਾਲਸੇ ਰੂਪੀ ਤੇਗ। ਉਹ ਤੇਗ ਸੀ ਸਾਡੇ ਵਾਲੀ ਤੇਗ ਵੱਲ ਇਸ਼ਾਰਾ ਕਰਕੇ ਕਿਹਾ ਸੀ ਵੀ ਇਹੋ ਜਿਹੀ ਤੇਗ ਨਿਕਲੂਗੀ ਉਸ ਤੇਗ ਦੇ ਵਿੱਚੋਂ, ਮੈਨੂੰ ਤੇਰਾ ਡਰ ਨਹੀਂ ਹੈ ਕਿਸੇ ਚੀਜ਼ ਦਾ। ਸਤਿਗੁਰੂ ਜੀ ਨੇ ਜਿਹੜਾ ਹਿੰਦੂ ਧਰਮ ਦੀ ਜਿਹੜੇ ਇਸ ਹਿੰਦੂ ਧਰਮ ਨੇ ਅਸੀਂ ਕਹਿ ਸਕਦੇ ਸਮੁੱਚਾ ਹਿੰਦੁਸਤਾਨ ਦੀ ਧਰਤੀ 'ਤੇ ਧਰਮ ਨਾਂ ਦੇ ਬੀਜ ਨੂੰ ਰੱਖਣ ਵਾਸਤੇ ਇਹ ਆ ਸਰਬੱਤ ਦੇ ਭਲੇ ਦਾ ਸੱਭਿਆਚਾਰ। ਅਤੇ ਮਾਫ ਕਰਨਾ, ਅੱਜ ਅਸੀਂ ਆਪਣੇ ਵੱਲ ਝਾਤੀ ਮਾਰ ਕੇ ਵੇਖ ਲਈਏ, ਔਰੰਗਜ਼ੇਬ ਤਾਂ ਜ਼ਬਰਦਸਤੀ ਇਹ ਕੰਮ ਕਰਵਾ ਰਿਹਾ ਸੀ ਨਾ, ਜ਼ਬਰਦਸਤੀ। ਅੱਜ ਅਸੀਂ ਸ਼ੌਂਕ ਸ਼ੌਂਕ ਵਿੱਚ ਕਰੀ ਜਾ ਰਹੇ ਹਾਂ। ਸਾਡਾ ਸੱਭਿਆਚਾਰ ਕੀ ਸੀ? ਦੂਜਿਆਂ ਦੇ ਧਰਮ ਦੀ ਵੀ ਰਾਖੀ ਕਰਨਾ। ਆਹ ਕੈਂਪ ਲਾ ਕੇ ਕੀ ਸਿਖਾਇਆ ਜਾ ਰਿਹਾ ਸਾਨੂੰ? ਸਾਨੂੰ ਮੋਰਲ ਵੈਲਿਊਜ਼ ਦੱਸੀਆਂ ਜਾ ਰਹੀਆਂ ਨਾ। ਕਾਰਨ ਕੀ ਹੈ ਵੀ ਅਸੀਂ ਮੋਰਲ ਵੈਲਿਊਜ਼ ਭੁੱਲ ਗਏ ਹਾਂ। ਅਤੇ ਮੋਰਲ ਵੈਲਿਊਜ਼ ਕਿੱਥੋਂ ਮਿਲਣੀਆਂ ਸਾਨੂੰ? ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣੀਆਂ, ਸਾਨੂੰ ਗੁਰਬਾਣੀ ਤੋਂ ਮਿਲਣੀਆਂ। ਜਦੋਂ ਅਸੀਂ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰ ਦੇਵਾਂਗੇ ਅਤੇ ਫਿਰ ਸਾਡੇ ਅੰਦਰ ਮੋਰਲ ਵੈਲਿਊਜ਼ ਆ ਜਾਣਗੀਆਂ। ਸਿੱਖ ਦਾ ਸੱਭਿਆਚਾਰ ਸੀ ਆਪਾਂ ਵਾਰਨਾ ਗੁਰੂ ਤੋਂ ਅਤੇ ਗੁਰੂ ਦੇ ਸਿਧਾਂਤ ਤੋਂ, ਪਰੰਤੂ ਮਾਫ ਕਰਨਾ ਅੱਜ ਸਾਡਾ ਸੱਭਿਆਚਾਰ ਕੀ ਬਣ ਚੁੱਕਾ ਹੈ? ਅਸੀਂ ਆਪਣੇ ਆਪ ਤੋਂ ਗੁਰੂ ਦਾ ਸਿਧਾਂਤ ਵਾਰੀ ਜਾ ਰਹੇ ਹਾਂ। ਅੱਜ ਸਾਨੂੰ ਬਹੁਤ ਨੀਝ ਨਾਲ ਇਹ ਗੱਲ ਵਿਚਾਰਨ ਦੀ, ਸੋਚਣ ਦੀ ਜ਼ਰੂਰਤ ਹੈ ਵੀ ਕੀ ਜਿਹੜਾ ਮੇਰਾ ਸੱਭਿਆਚਾਰ ਸੀ ਜਿਹੜਾ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਕੀ ਅਸੀਂ ਵਾਕਿਆ ਹੀ ਇਹ ਸਲਾਈਡ ਸ਼ੋਅ ਦੀ ਸਮਾਪਤੀ ਤੋਂ ਬਾਅਦ ਜ਼ਰੂਰ ਆਪਾਂ ਸੋਚਣਾ ਹੈ। ਅਤੇ ਕੈਂਪ ਦੀ ਜਦੋਂ ਤੁਸੀਂ ਸਮਾਪਤੀ 'ਤੇ ਤੁਹਾਡੇ ਰਿਵਿਊ ਲੈ ਜਾਣੇ ਆ ਤਾਂ ਦੱਸ ਕੇ ਜਾਣਾ ਵੀ ਮੈਂ ਕਿਹੜਾ ਸੱਭਿਆਚਾਰ ਨੂੰ ਆਪਣਾ ਸੱਭਿਆਚਾਰ ਸਮਝੀ ਜਾ ਰਿਹਾ ਸੀ। ਅਗਲਾ ਜੀ ਗਰੀਬ ਦਾ ਮੂੰਹ ਅਤੇ ਗੁਰੂ ਦੀ ਬੋਲਕ। ਸਿੱਖ ਦਾ ਸੱਭਿਆਚਾਰ ਕੀ ਹੈ? ਗਰੀਬ ਦਾ ਮੂੰਹ ਅਤੇ ਗੁਰੂ ਦੀ ਬੋਲਕ। ਹੁਣ ਆਪਾਂ ਵੇਖੀਏ ਵੀ ਅਸੀਂ ਲੋੜਵੰਦਾਂ ਦੀ ਮਦਦ ਕਰਦੇ ਹਾਂ। ਜੇ ਮੰਨ ਲਓ ਮੇਰੇ ਕੋਲ ਪੈਸੇ ਗੁਜ਼ਾਰੇ ਜੋਗੇ ਹੈਗੇ ਆ, ਮੇਰੀਆਂ ਬੁੱਕਸ ਆ ਰਹੀਆਂ, ਮੇਰੀ ਯੂਨੀਫਾਰਮ ਆ ਰਹੀ ਹੈ, ਕੀ ਮੈਂ ਦੂਜਿਆਂ ਦੀ ਮਦਦ ਕਰਨ ਵਾਸਤੇ ਮੇਰੇ ਅੰਦਰ ਭਾਵਨਾ ਹੈਗੀ ਆ? ਹੁਣ ਇਕੱਲਾ ਇਹੀ ਨਹੀਂ ਆ ਵੀ ਮਾਫ ਕਰਨਾ, ਮੈਂ ਤਾਂ ਖਾਰੇ ਮਾਝੇ ਤੋਂ ਆਇਆ, ਸਾਡੇ ਵਾਲੇ ਪਾਸੇ ਥੋੜ੍ਹਾ ਜ਼ਿਆਦਾ ਮੈਨੂੰ ਲੱਗਦਾ ਤੁਹਾਡੇ ਘੱਟ ਹੋਵੇਗਾ। ਸਾਡੇ ਨਾਲ ਇਹ ਨਹੀਂ ਹੈ, ਮੈਂ ਪਹਿਲਾਂ ਮਾਫ਼ੀ ਮੰਗ ਕੇ ਕਹਿ ਲਵਾਂ, ਤੁਸੀਂ ਕਹੋਗੇ ਵੀਰ ਜੀ ਤੁਸੀਂ ਆਉਂਦੇ ਹਾਂ ਤਾਂ ਪਹਿਲਾਂ ਪ੍ਰਸ਼ਾਦੇ ਛਕੇ ਦੋ ਦਿਨ,
ਹੁਣ ਤੁਸੀਂ ਇਹ ਗੱਲ ਕਹਿਣ ਲੱਗ ਪਏ ਜੇ ਲੰਗਰ ਬਹੁਤ ਜ਼ਰੂਰੀ ਆ ਸਾਡੇ ਸਰੀਰ ਦੀ ਇਹ ਮੁੱਖ ਕਿਰਿਆ ਵਾ ਇਹਦੇ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ ਪ੍ਰਸ਼ਾਦਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਪਰੰਤੂ ਜੇ ਅਸੀਂ ਇਕੱਲਾ ਲੰਗਰਾਂ 'ਤੇ ਜ਼ੋਰ ਲਾਈਏ ਬਾਬਾ ਬੁੱਢਾ ਸਾਹਿਬ ਜੀ ਤਾਂ ਮੇਲਾ ਲੰਘ ਕੇ ਗਿਆ ਤੁਹਾਡੇ ਸਮਾਲਵੇ ਸਾਹਿਬ ਤੋਂ ਬਹੁਤ ਸੰਗਤ ਜਾਂਦੀ ਆ ਸਾਡੇ ਜਿਹੜਾ ਅੱਧੇ ਅੱਧੇ ਕਿਲੋਮੀਟਰ 'ਤੇ ਲੰਗਰ ਲੱਗਦੇ ਅੱਧੇ ਅੱਧੇ ਕਿਲੋਮੀਟਰ 'ਤੇ ਫਿਰ ਲੰਗਰ ਇਕੱਲਾ ਲੰਗਰ ਨਹੀਂ ਲੱਗਦਾ ਸਾਡੀ ਦੌੜ ਲੱਗੀ ਹੁੰਦੀ ਹੈ ਵੀ ਇਸ ਪਿੰਡ ਤੋਂ ਇਸ ਪਿੰਡ ਨੇ ਵੱਡਾ ਲੰਗਰ ਲਾਉਣਾ ਜੇ ਵਧੀਆ ਲਾਉਣਾ ਅਤੇ ਸਾਡੀ ਇੱਥੋਂ ਤੱਕ ਦੌੜ ਚਲੀ ਗਈ ਆ ਵੀ ਅਸੀਂ ਉੱਥੇ ਗੁਲਾਬ ਜਾਮੁਨ ਰਸਗੁੱਲੇ ਮਤਲਬ ਬਰਫੀਆਂ ਦੇ ਲੰਗਰ ਆ ਜਿਹੜੇ ਅਸੀਂ ਉਹ ਲਾਉਣੇ ਸੋ ਇਸ ਕਰਕੇ ਇਹ ਨਹੀਂ ਆ ਵੀ ਆਪਾਂ ਸਾਰਾ ਜਿਹੜੀ ਇਨਵੈਸਟਮੈਂਟ ਜਿਹੜੀ ਉੱਥੇ ਜਿੱਥੇ ਬੇਲੋੜੇ ਲੰਗਰਾਂ 'ਤੇ ਇਸ ਵਾਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਸੀਂ ਉਪਰਾਲਾ ਕੀਤਾ ਸੀ ਵੀ ਜਿੰਨੇ ਵੀ ਲੰਗਰ ਸੀ ਉੱਥੇ ਜਾ ਕੇ ਇੱਕ ਤਾਂ ਵਿਚਾਰ ਕੀਤੀ ਗਈ ਦੂਜਾ ਇੱਕ ਪੈਂਪਲੇਟ ਛਪਾ ਕੇ ਇਸ਼ਤਿਹਾਰ ਛਪਾ ਕੇ ਸਾਰੇ ਲੰਗਰਾਂ 'ਤੇ ਜਿੰਨੀ ਸੰਗਤ ਇੱਧਰੋਂ ਵੀ ਜਾ ਰਹੀ ਸੀ ਜਿੰਨੀ ਕੁ ਅਸੀਂ ਸੰਭਵ ਕੋਸ਼ਿਸ਼ ਕਰ ਸਕਦੇ ਸੀ ਉਹ ਜਿਹੜਾ ਸੀ ਅਸੀਂ ਉੱਥੇ ਉਹ ਕੋਸ਼ਿਸ਼ ਕਰਨ ਦੀ ਜਿਹੜੀ ਕੋਸ਼ਿਸ਼ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਿਹਨੂੰ ਗੁਰੂ ਸਾਹਿਬ ਦੀ ਕਿਰਪਾ ਸਦਕਾ ਵਧੀਆ ਜਿਹੜਾ ਸੀ ਨੌਜਵਾਨ ਬੱਚਿਆਂ ਵੱਲੋਂ ਹੁੰਗਾਰਾ ਵੀ ਸਾਨੂੰ ਵਧੀਆ ਮਿਲਿਆ ਸੋ ਗਰੀਬ ਦਾ ਮੂੰਹ ਅਤੇ ਗੁਰੂ ਦੀ ਗੁਲਕ ਹੈ ਸਾਨੂੰ ਲੋੜਵੰਦ ਦੀ ਮਦਦ ਵੀ ਕਰਨੀ ਚਾਹੀਦੀ ਹੈ ਇਹ ਨਾ ਹੋਵੇ ਕਿ ਇਕੱਲਾ ਅਸੀਂ ਇਸ ਚੀਜ਼ 'ਤੇ ਹੋਵੇ ਵੀ ਮੇਰੇ ਕੋਲ ਹੋਵੇ ਕਿਸੇ ਕੋਲ ਹੋਰ ਨਾ ਹੋਵੇ ਇਹ ਸਾਡੀ ਬਿਰਤੀ ਜਿਹੜੇ ਸਾਡਾ ਸੱਭਿਆਚਾਰ ਇਹ ਨਹੀਂ ਹੈਗਾ ਜੇ ਅਸੀਂ ਵੇਖੀਏ ਤਸਵੀਰ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੰਨਾ ਨੂੰ ਪ੍ਰਸ਼ਾਦਾ ਛਕਾਇਆ ਸੀ ਜੀ ਜਿਹੜੇ ਕਾਫੀ ਦਿਨਾਂ ਤੋਂ ਮੈਨੂੰ ਲੱਗਦਾ ਜੀ ਪਰੌਂਠਿਆਂ ਦਾ ਜ਼ੋਰ ਪੈ ਗਿਆ ਵੀਰ ਜੀ ਜਾ ਰਹੇ ਵਿੱਚ ਹੈ ਨਾ ਜੀ ਪੈ ਗਿਆ ਜੀ ਨਹੀਂ ਨਾਲ ਦਹੀਂ ਵੀ ਹੈਗਾ ਸੀ ਅਸਲ 'ਚ ਪਰੌਂਠਿਆਂ ਦਾ ਨਹੀਂ ਪਿਆ ਮੈਨੂੰ ਲੱਗਦਾ ਉਹ ਪ੍ਰਸ਼ਾਦ ਦਾ ਪੈ ਗਿਆ ਹਾਂਜੀ ਕਿ ਜ਼ਿਆਦੀਆਂ ਚੇਅਰ ਜ਼ਿਆਦੀਆਂ ਆਰਾਮਦਾਇਕ ਮਿਲੀਆਂ ਜੀ ਹਾਂਜੀ ਸੈਟਿਆਂ ਦੀ ਨੀਂਦ ਨਹੀਂ ਆ ਰਹੀ ਜੀ ਮੈਨੂੰ ਲੱਗ ਰਿਹਾ ਕੁਝ ਭੈਣਾਂ ਨੂੰ ਵੀ ਜਿਵੇਂ ਨਾ ਵਿੱਚੋਂ ਸੁਣਦੇ ਹੁੰਦੇ ਆ ਇੱਧਰ ਵੀਰਾਂ ਵਾਲੀ ਪਾਸੋਂ ਚੜ੍ਹਦੀ ਕਲਾ ਜੀ ਇੱਧਰੋਂ ਉਹ ਪਿੱਛੇ ਜ਼ਿਆਦਾ ਵੀ ਤਾਂ ਪਿੱਛੋਂ ਦਿਸੇ ਨਹੀਂ ਨਾ ਮੈਨੂੰ ਸੈਟ ਹੈ ਭੈਣੋ ਚਲੋ ਧੰਨਵਾਦ ਜੀ ਚਲੋ ਜੀ ਆਵਾਜ਼ ਨਹੀਂ ਜੀ ਮੈਂ ਸਿਰਫ ਮੈਨੂੰ ਪਤਾ ਸੀ ਜੀ ਇਹਦਾ ਜਵਾਬ ਇੱਕ ਹੀ ਆਉਣਾ ਜੀ ਪੰਜ ਸੱਤ ਜਣਿਆਂ ਕਹਿਣਾ ਮਿਲਦਾ ਹੈ ਬਾਕੀਆਂ ਕਹਿਣਾ ਹੋਰ ਦੇ ਦਿਓ ਜੀ ਚਲੋ ਖੈਰ ਜੀ ਗੁਰੂ ਨਾਨਕ ਆਪਾਂ ਬੇਨਤੀ ਕਰ ਰਹੇ ਸੀ ਮੈਂ ਬੇਟੇ ਤਾਂ ਸਵਾਲ ਕਰ ਰਿਹਾ ਤੁਹਾਡੀ ਇਕਾਗਰਤਾ ਬਣੀ ਰਹੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ 20 ਰੁਪਏ ਵਾਲਾ ਜਿਹੜੇ ਕਾਫੀ ਦਿਨਾਂ ਤੋਂ ਭੁੱਖੇ ਸਨ ਉਹਨਾਂ ਨੂੰ ਪ੍ਰਸ਼ਾਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਛਕਾਇਆ ਸੀ ਸਤਿਗੁਰੂ ਜੀ ਨੇ ਲੋੜ ਮਹਿਸੂਸ ਕਿੱਥੇ ਕੀਤੀ ਸੀ ਔਰ ਲਾਹੌਰ ਦੇ ਵਿੱਚ ਇਹ ਤਸਵੀਰ ਉਸ ਸਮੇਂ ਦੀ ਆ ਜਿਸ ਸਮੇਂ ਵੇਖੋ ਤਸਵੀਰਾਂ ਸਾਰੀਆਂ ਕਾਲਪਨਿਕ ਨੇ ਉਸ ਸਮੇਂ ਨਾ ਤਾਂ ਕੈਮਰੇ ਸਨ ਇਸ ਚੀਜ਼ ਨੂੰ ਮੈਂ ਬੇਨਤੀ ਜ਼ਰੂਰ ਕਰ ਦੇਵਾਂ ਬਹੁਤ ਜ਼ਰੂਰੀ ਧਿਆਨ ਦੇਣ ਯੋਗ ਗੱਲ ਹੈ ਤਸਵੀਰ ਸਾਡੇ ਕੋਲ ਇੱਕੋ ਇੱਕ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਮੂਰਤ ਗੁਰ ਸ਼ਬਦ ਹੈ ਸਾਡੇ ਕੋਲ ਤਸਵੀਰ ਜੇ ਅਸੀਂ ਘਰਾਂ ਵਿੱਚ ਵੀ ਲਾਉਣੇ ਹਾਂ ਨਾ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਜੀ ਇਹਨੂੰ ਮਾਇੰਡ ਨਾ ਕਰਿਓ ਕੋਈ ਜਾਣਾ ਮੈਂ ਪਹਿਲਾਂ ਮਾਫ਼ੀ ਮੰਗ ਕੇ ਪ੍ਰਬੰਧ ਵੀਰ ਸ਼ਿਵਰਾਜ ਸਿੰਘ ਜੀ ਤੋਂ ਵੀ ਮਾਫ਼ੀ ਮੰਗ ਲਵਾਂ ਵੀ ਇਸ ਨੂੰ ਕੋਈ ਜਾਣਾ ਮਾਇੰਡ ਨਾ ਕਰਨਾ ਜਿਹੜੀ ਮੈਂ ਬੇਨਤੀ ਕਰਨ ਲੱਗਾ 1601 ਈਸਵੀ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮੈਂ ਆਪਣੇ ਵਿਸ਼ੇ 'ਚੋਂ ਬਾਹਰ ਚੱਲਿਆ ਜੀ ਥੋੜ੍ਹਾ ਜਿਹਾ 1601 ਈਸਵੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਜਿਹੜੀ ਸੀ ਤਿਆਰ ਹੋ ਗਈ ਅਤੇ ਪ੍ਰਕਾਸ਼ ਕਦੋਂ ਹੋਇਆ ਜੀ
1604 ਈਸਵੀ ਵਿੱਚ, ਬੱਚੇ ਸੁਣ ਰਹੇ ਮੇਰੇ ਪਿੱਛੇ, 1604 ਈਸਵੀ ਵਿੱਚ ਪ੍ਰਕਾਸ਼ ਹੋਇਆ। ਹੁਣ ਗੈਪ ਹੈ ਵਿੱਚ 3-4 ਸਾਲ ਦਾ ਬੇਟੇ, ਪਰੰਤੂ ਇੱਕ ਗੱਲ ਧਿਆਨ ਦੇ ਧਿਆਨ ਜ਼ਰੂਰ ਦਿਓ ਵੀ ਇਹਨਾਂ 3-4 ਸਾਲਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕੋਲ ਜੇ ਭਾਈ ਗੁਰਦਾਸ ਜੀ ਵਰਗੇ ਇੰਨੀ ਸੋਹਣੀ ਰਾਈਟਿੰਗ ਵਾਲੇ ਲਿਖਾਰੀ ਸਨ, ਕੀ ਸਤਿਗੁਰ ਦੇ ਕੋਲ ਕੋਈ ਪੇਂਟਰ ਨਹੀਂ ਸੀ ਹੈਗਾ? ਜ਼ਰੂਰ ਹੋਣਗੇ ਨਾ, ਬਹੁਤ ਵਧੀਆ ਪੇਂਟਰ ਹੋਣਗੇ, ਚਿੱਤਰਕਾਰ ਹੋਣਗੇ ਜੀ, ਪਰੰਤੂ ਗੁਰੂ ਸਾਹਿਬ ਜੀ ਨੇ ਕਿਸੇ ਵੀ ਸਿੱਖ ਨੂੰ ਇਜਾਜ਼ਤ ਨਹੀਂ ਦਿੱਤੀ ਵੀ ਉੱਥੇ ਕੋਈ ਤਸਵੀਰ ਬਣਾ ਕੇ ਤੁਸੀਂ ਰੱਖ ਦਿਓ ਜਦ ਤੱਕ ਪ੍ਰਕਾਸ਼ ਨਹੀਂ ਹੋਇਆ। ਜਦੋਂ ਤੱਕ ਪ੍ਰਕਾਸ਼ ਨਹੀਂ ਨਾ ਹੋਇਆ ਸਾਹਿਬ ਸ੍ਰੀ ਗੁਰੂ, ਉਸ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ, ਉਸ ਸਮੇਂ ਪੋਥੀ ਸਾਹਿਬ ਸੀ। ਇਤਿਹਾਸ ਵਿੱਚ 4 ਵਾਰ 4 ਨਾਮ ਬਦਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਪਹਿਲਾ ਨਾਮ ਪੋਥੀ ਸਾਹਿਬ, 8ਵੇਂ ਪਾਤਸ਼ਾਹ ਦੇ ਸਮੇਂ ਦੇ ਨਾਮ ਗ੍ਰੰਥ ਸਾਹਿਬ, ਅਤੇ ਜਦੋਂ ਦਮਦਮਾ ਸਾਹਿਬ ਇਸ ਧਰਤੀ ਦੇ ਉੱਪਰ ਸਤਿਗੁਰੂ ਜੀ ਨੇ ਬੀੜ ਲਿਖਵਾਈ ਆ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਈ ਨਾਮ ਕਿ ਉਸ ਸਮੇਂ ਸੀ ਆਦਿ ਗ੍ਰੰਥ, ਜਿਸ ਸਮੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਤਿਗੁਰੂ ਜੀ ਨੇ ਗੁਰਤਖ਼ਤ ਦੀ ਬਖਸ਼ਿਸ਼ ਕੀਤੀ ਆ, ਉਸ ਸਮੇਂ ਨਾਮ ਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। 4 ਨਾਮ ਬਦਲੇ ਆ, ਯਾਦ ਰੱਖਿਓ ਇਸ ਚੀਜ਼ ਨੂੰ। ਉਸ ਸਮੇਂ ਨਾਮ ਪੋਥੀ ਸਾਹਿਬ ਸੀ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਕਿਸੇ ਵੀ ਸਿੱਖ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਵੀ ਤੁਸੀਂ ਉੱਥੇ ਤਸਵੀਰ ਬਣਾ ਕੇ ਰੱਖ ਦਿਓ, ਅਤੇ ਉਹਨਾਂ ਚਿਰ ਤੱਕ ਜਦ ਤੱਕ ਪੋਥੀ ਸਾਹਿਬ ਨਹੀਂ ਰੱਖੀ ਜਾਂਦੀ ਉਦੋਂ ਤੱਕ ਤਸਵੀਰ ਨੂੰ ਮੱਥਾ ਟੇਕ ਦਿਓ। ਮੈਂ ਨਾ ਇੱਕ ਸੋਭਾ ਸਿੰਘ ਆਰਟਿਸਟ ਦੀ ਗੱਲ ਪੜ੍ਹੀ, ਮੈਨੂੰ ਬੜੀ ਚੁੱਭਦੀ ਆ। ਉਹ ਕਹਿੰਦਾ ਸਿੱਖਾਂ ਦੇ ਗੁਰੂ ਸਿੱਖਾਂ ਨੂੰ 1430 ਅੰਕ ਦਾ ਭੰਡਾਰ ਰਚ ਕੇ ਦੇ ਕੇ, ਬਾਣੀ ਦਾ ਦੇ ਕੇ ਚਲੇ ਗਏ। ਕਹਿੰਦਾ ਜਿਹਦੀ ਖਾਤਰ ਸਿੱਖਾਂ ਦੇ ਗੁਰੂਆਂ ਨੂੰ ਤੱਤੀਆਂ ਤਵੀਆਂ 'ਤੇ ਬਹਿਣਾ ਪੈ ਗਿਆ। ਕਹਿੰਦਾ ਸਿੱਖ ਅੱਜ ਵੀ ਮੇਰੀ ਕਲਮ ਨੂੰ ਅਤੇ ਮੇਰੇ ਰੰਗ ਨੂੰ ਮੱਥਾ ਟੇਕੀ ਜਾਂਦੇ। ਕਹਿੰਦਾ ਅੱਜ ਵੀ ਸਿੱਖ ਮੇਰੀ ਕਲਮ ਨੂੰ ਅਤੇ ਰੰਗ ਨੂੰ ਮੱਥਾ ਟੇਕੀ ਜਾਂਦੇ ਆ। ਅੱਜ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਬਣ ਕੇ ਪੇਸ਼ ਹੁੰਦੀਆਂ ਨਾ, ਉਹਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਖੁੱਲ੍ਹ ਮਿਲੀ ਹੋਈ ਆ। ਕੋਈ ਕਿਸੇ ਰੂਪ ਦੀ ਤਸਵੀਰ ਬਣਾ ਕੇ ਪੇਸ਼ ਕਰਨ ਦਾ ਧਿਆਨ ਦਿਓ। ਹਮੇਸ਼ਾ ਇੱਕ ਗੱਲ ਯਾਦ ਰੱਖਣੀ ਆ ਵੀ ਗੁਰੂ ਦੀ ਤਸਵੀਰ, ਗੁਰੂ ਦੀ ਮੂਰਤ, ਉਹ ਗੁਰੂ ਦਾ ਸ਼ਬਦ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ ਨਾ, ਉਹੀ ਗੁਰੂ ਦੀ ਤਸਵੀਰ ਹੈ। ਇਸ ਚੀਜ਼ ਨੂੰ ਹਮੇਸ਼ਾ ਧਿਆਨ 'ਚ ਰੱਖਣਾ। ਮੈਂ ਇਹ ਵੀ ਬੇਨਤੀ ਕਰ ਰਿਹਾ ਸੀ ਕਿ ਇਹ ਤਸਵੀਰ ਉਸ ਸਮੇਂ ਦੀ ਜਦੋਂ ਲਾਹੌਰ ਵਿੱਚ ਅਕਾਲ ਪੈ ਗਿਆ ਅਤੇ ਗੁਰੂ ਸਾਹਿਬ ਜੀ ਨੇ ਜਾ ਕੇ ਲਾਹੌਰ ਵਿੱਚ ਜਿਹੜਾ ਸੀ ਲੰਗਰ ਲਗਾਇਆ, ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਕਿ ਭਾਈ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਉਸਾਰੀ ਬੰਦ ਕਰ ਦਿਓ, ਲਾਹੌਰ ਵਿੱਚ ਅਕਾਲ ਪੈ ਗਿਆ ਏ, ਉੱਥੇ ਜਾ ਕੇ ਆਪਾਂ ਇਹ ਸਾਰਾ ਪੈਸਾ ਮਾਇਆ ਸੰਗਤ ਦੀ ਉੱਥੇ ਲੈ ਜਾਓ, ਉੱਥੇ ਜਾ ਕੇ ਲੰਗਰ ਲਾਉਣਾ ਏ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਦੂਸਰੇ ਦਿਨ ਬੇਨਤੀ ਕੀਤੀ, ਸਤਿਗੁਰੂ ਜੀ ਸੰਗਤ ਨੇ ਮਾਇਆ ਜਿਹੜੀ ਸੀ ਨਾ ਆਪਾਂ ਨੂੰ ਦਰਬਾਰ ਸਾਹਿਬ ਦੀ ਇਮਾਰਤ ਵਾਸਤੇ ਦਿੱਤੀ ਸੀ, ਹਰਿਮੰਦਰ ਦੀ ਉਸਾਰੀ ਨਹੀਂ ਦਿੱਤੀ ਸੀ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ ਵੇਖੋ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ ਸੱਭਿਆਚਾਰ ਹੈ ਸਾਡਾ। ਅਤੇ ਸਤਿਗੁਰੂ ਜੀ ਨੇ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਮੈਂ ਉਸ ਹਰਿਮੰਦਰ ਨੂੰ ਤਾਂ ਬਚਾ ਲਵਾਂ ਜਿਸ ਹਰਿਮੰਦਰ ਨੇ ਇਸ ਹਰਿਮੰਦਰ ਵਿੱਚ ਆ ਕੇ ਬੈਠਣਾ ਹੈ, ਹਰਿਮੰਦਰ ਇਹੋ ਸਰੀਰ ਹੈ। ਸਤਿਗੁਰੂ ਜੀ ਨੇ ਆਖਿਆ ਮੈਂ ਉਸ ਹਰਿਮੰਦਰ ਨੂੰ ਤਾਂ ਬਚਾ ਲਵਾਂ। ਅਤੇ ਉੱਥੇ ਜਿੱਥੇ ਸਤਿਗੁਰੂ ਜੀ ਨੇ ਲੋੜ ਮਹਿਸੂਸ ਕੀਤੀ ਉੱਥੇ ਜਾ ਕੇ ਸਤਿਗੁਰੂ ਜੀ ਨੇ ਜਿਹੜੇ ਸੀ ਲੰਗਰ ਲਗਾਏ, ਲੰਗਰ ਦਾ ਜਿਹੜਾ ਸੱਭਿਆਚਾਰ ਹੈ ਉਹ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਅਗਲਾ ਜੀ ਕੇਅਰਿੰਗ ਐਂਡ ਸ਼ੇਅਰਿੰਗ, ਵੰਡ ਛਕਣ ਵਾਲੇ ਜਿਹੜਾ ਸੱਭਿਆਚਾਰ ਆ ਉਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਇੱਕ ਬੜੀ ਪਿਆਰੀ ਸਾਖੀ ਆ ਭਾਈ ਜੀਵਾ ਜੀ, ਬਾਬਾ ਲਹਿਣਾ ਜੀ ਦੀ ਦੁਕਾਨ ਤੋਂ ਨਾ ਸੌਦਾ ਲੈਂਦੇ ਆ ਅਤੇ ਆਪਣੀ ਮਿਹਨਤ ਮਜ਼ਦੂਰੀ ਕਰਦੇ, ਕਿਰਤ ਕਰਨ ਵਾਲੇ ਨੇ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਨੇ। 3 ਦਿਨ ਨਾ ਭਾਈ ਲਹਿਣੇ ਦੀ ਦੁਕਾਨ ਤੋਂ ਸੌਦਾ ਲੈਣ ਹੀ ਨਾ ਗਏ। ਹੁਣ ਭਾਈ ਲਹਿਣੇ ਦੇ ਜਦੋਂ 3 ਦਿਨ ਤੋਂ ਬਾਅਦ ਗਏ ਤਾਂ ਭਾਈ ਲਹਿਣੇ ਨੇ ਸੋਚਿਆ, ਉਹਨਾਂ ਦੀ ਕਰਿਆਨੇ ਦੀ ਦੁਕਾਨ ਸੀ ਭਾਈ ਲਹਿਣਾ ਜੀ ਦੀ, ਭਾਈ ਲਹਿਣਾ ਜੀ ਨੇ ਸੋਚਿਆ ਵੀ ਹੋ ਸਕਦਾ ਕਿਸੇ ਹੋਰ ਦੁਕਾਨ 'ਤੇ ਚਲੇ ਗਿਆ ਹੋਵੇ। ਜਦੋਂ 3 ਦਿਨ ਗਏ ਨਾ ਤਾਂ ਜਾ ਕੇ ਪੈਸੇ ਦਿੱਤੇ ਅਤੇ ਕਹਿਣ ਲੱਗੇ ਵੀ ਆ ਮੈਨੂੰ ਰਾਸ਼ਨ ਦੇ ਦਿਓ। ਅਤੇ ਭਾਈ ਲਹਿਣਾ ਜੀ
ਅੱਗੋਂ ਕਹਿਣ ਲੱਗੇ ਵੀ ਕੀ ਗੱਲ, 3 ਦਿਨ ਤੁਸੀਂ ਆਏ ਨਹੀਂ, ਕਿਸੇ ਹੋਰ ਦੁਕਾਨ 'ਤੇ ਚਲੇ ਗਏ? ਕਹਿੰਦੇ ਨਹੀਂ, ਕਿਸੇ ਹੋਰ ਦੁਕਾਨ 'ਤੇ ਨਹੀਂ ਗਿਆ ਮੈਂ, ਮੈਨੂੰ ਕੰਮ ਨਹੀਂ ਸੀ ਮਿਲਿਆ, ਕੋਈ ਕਿਰਤ ਨਹੀਂ ਮਿਲੀ, ਫਿਰ ਮਾਇਆ ਨਹੀਂ ਆਈ, ਅਤੇ ਕਹਿੰਦੇ ਛਕਿਆ ਕੀ? ਕਹਿੰਦੇ ਗੁਰੂ ਦੇ ਪਾਣੀ ਖਿੱਚਿਆ। ਹੁਣ ਭਾਈ ਜਾਣੇ ਨੇ ਇੱਕ ਗੱਲ ਸੋਚੀ ਵੀ ਇਹ ਮਤਲਬ ਜਿਹੜਾ ਦੁਕਾਨਦਾਰ ਆ ਨਾ, ਸੋਚਦਾ ਇਹ ਪੱਕੇ ਗਾਹਕ ਬਾਰੇ, ਜਿਹੜਾ ਉਹਦਾ ਪੱਕਾ ਗਾਹਕ ਹੋਵੇ ਨਾ, ਉਹਦੇ ਬਾਰੇ ਜ਼ਰੂਰ ਸੋਚਦਾ। ਤੁਸੀਂ ਜਿਹੜੀਆਂ ਦੁਕਾਨਾਂ 'ਤੇ ਪੱਕੇ ਜਾਂਦੇ ਨਾ, ਹੁਣ ਤੁਸੀਂ ਆਪਣੀ ਕੋਲੇਜ ਦੀ ਕੰਟੀਨ 'ਤੇ ਜਾਂਦੇ ਨਾ, ਕੰਟੀਨ ਵਾਲਾ 1-2 ਦਿਨ ਵਾਸਤੇ ਤੁਹਾਡੇ ਕੋਲ ਨਾ ਪੈਸੇ ਉਧਾਰ ਵੀ ਕਰ ਲੈਂਦਾ, ਕਰ ਲੈਂਦਾ ਨਾ ਜੀ, ਉਹਨੂੰ ਪਤਾ ਹੁੰਦਾ ਵੀ ਮੇਰੇ ਕੋਲ ਹੀ ਆਉਣਾ ਇਹਨਾਂ ਨੇ। ਹੁਣ ਭਾਈ ਜਿਹੜੇ ਨੇ ਵੀ ਸੋਚਿਆ, ਕਹਿੰਦਾ 3 ਦਿਨਾਂ ਦਾ ਭੁੱਖਾ ਬੰਦਾ ਹੈ, ਅਤੇ 1 ਦਿਨ ਦੇ ਥੋੜ੍ਹੇ ਜਿਹੇ ਪੈਸੇ ਇਹਦੇ ਕੋਲ, ਜਿੰਨੇ ਕੁ ਪੈਸੇ ਸੀ ਉਹ ਰਸਤੋਂ ਨਹੀਂ ਦੇਣ ਲੱਗਾ। ਅਤੇ ਭਾਈ ਜਿਹੜੇ ਨੇ ਸੋਚਿਆ ਪਰਉਪਕਾਰੀ ਵਿਅਕਤੀ ਦੇ ਨਾਲ ਕਿ ਆਪਣੇ ਕੋਲੋਂ ਨਾ ਥੋੜ੍ਹਾ ਜਿਹੀ ਰਸਤ ਵੱਧ ਪਾ ਦਿੱਤੀ, ਵੱਧ ਰਸਤ ਪਾ ਦਿੱਤੀ। ਅਤੇ ਭਾਈ ਜੀਵਾ ਜੀ ਵੇਖ ਰਹੇ ਸਨ, ਭਾਈ ਜੀਵਾ ਜੀ ਨੇ ਟੋਕ ਦਿੱਤਾ ਭਾਈ ਲੈਣਾ ਜੀ ਨੂੰ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਭੁਲੇਖਾ ਲੱਗ ਗਿਆ, ਮੈਂ ਤੁਹਾਨੂੰ ਇੰਨੀ ਪੈਸੇ ਨਹੀਂ ਦਿੱਤੇ, ਤੁਸੀਂ ਵੱਧ ਰਸਤ ਪਾ ਦਿੱਤੀ ਹੈ, ਤੁਸੀਂ ਆਪਣੀ ਵੱਧ ਰਸਤ ਜਿਹੜੀ ਪਾਈ ਨਾ ਉਹ ਕੱਢ ਲਓ। ਅਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਕਿਤੇ ਮੇਰੇ ਵਰਗਾ ਉੱਥੇ ਹੁੰਦਾ ਹੈ ਨਾ ਜੀ, ਆਪਣੇ 'ਚ ਕੋਈ ਹੁੰਦਾ ਵਾਲਾ ਕੀ ਹੁੰਦਾ ਜੀ, ਕੇਲਿਆਂ ਵਾਲਾ ਕਿਤੇ ਕੇਲੇ 4 ਵੱਧ ਪਾ ਦੇਣਾ, ਅੱਗੇ ਤਾਂ ਛੇਤੀ ਛੇਤੀ ਲਫਾਫੇ 'ਚ ਪਾ ਦੇ, ਕਿਤੇ ਚੇਤਾ ਨਾ ਦੇ, ਐਵੇਂ ਹੁੰਦਾ ਨਾ। ਹੁਣ ਜੀਵਨ ਵੇਖਿਓ, ਇੱਥੇ ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਿੱਖ ਦਾ ਜੀਵਨ ਬੋਲਣਾ ਹੈ, ਸਾਡਾ ਸੱਭਿਆਚਾਰ ਵੇਖਿਓ ਕਿਹੜਾ ਹੈ। ਭਾਈ ਲਹਿਣਾ ਜੀ ਨੂੰ ਜਦੋਂ ਇੰਨੀ ਗੱਲ ਦਾ ਉਹ ਕਹਿਣ ਲੱਗੇ, ਮੈਂ ਜਾਣ ਕੇ ਪਾਉਣ ਲੱਗਾ, ਉਹ ਕਹਿੰਦੇ ਮੈਂ ਗੁਰੂ ਨਾਨਕ ਦੀ ਰਹਿਮਤ ਵਿੱਚ ਕਿਸੇ ਹੋਰ ਦੀ ਰਹਿਮਤ ਨਹੀਂ ਲਾਉਣੀ ਚਾਹੁੰਦਾ, ਮੈਂ ਵੀ ਇੱਕ ਸਰਕਾਰੀ ਜੋਬ ਕਰਦਾ ਹੈ, ਗਵਰਨਮੈਂਟ ਡਿਪਾਰਟਮੈਂਟ ਤੋਂ ਹਾਂ। ਅੱਜ ਮਾਫ ਕਰਨਾ, ਅਸੀਂ ਉਹਨਾਂ ਕੁਰਸੀਆਂ 'ਤੇ ਬੈਠੇ ਲੋਕਾਂ ਦਾ ਕੰਮ ਉਹਨਾਂ ਤੱਕ ਨਹੀਂ ਕਰਦੇ ਜਦ ਤੱਕ ਉਹ ਲੋਕ ਸਾਨੂੰ ਪਿੱਛੋਂ ਦੀ ਆ ਕੇ ਮਿਲ ਨਹੀਂ ਦਿੰਦੇ। ਸਮਝ ਗਏ ਮੈਂ ਕੀ ਕਹਿਣ ਕਰ? ਅੱਜ ਵੱਡੀਆਂ ਤੁਸੀਂ ਉਹਨਾਂ ਥਾਵਾਂ 'ਤੇ ਜਾਣਾ, ਮੈਂ ਤਾਂ ਬੇਨਤੀ ਕਰ ਰਿਹਾ ਬੇਟੇ, ਸਾਡਾ ਸੱਭਿਆਚਾਰ ਕਿਹੜਾ ਹੈ, ਅਸੀਂ ਉਸ ਚੀਜ਼ ਨੂੰ ਪਹਿਚਾਨਣਾ ਹੈ। ਤੁਸੀਂ ਅੱਜ ਸਟੱਡੀ ਕਰ ਰਹੇ ਜੇ, ਗੁਰੂ ਬਖਸ਼ਿਸ਼ ਕਰੇ, ਤੁਸੀਂ ਸਾਰੇ ਚੰਗੀਆਂ ਜੋਬਸ ਦੇ ਉੱਪਰ ਜਾਓ, ਪਰੰਤੂ ਅਸੀਂ ਉਹ ਚੀਜ਼ ਨੂੰ ਯਾਦ ਰੱਖਣਾ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਅਸੀਂ ਜੇ ਬਗਾਨਾ ਹੱਕ ਖਾਂਦੇ ਹਾਂ ਤਾਂ ਸਾਡੇ ਲਈ ਉਹ ਇੱਕ ਜ਼ਹਿਰ ਹੈ। ਅਤੇ ਜਦੋਂ ਇੰਨੀ ਗੱਲ ਵੇਖੀ ਨਾ, ਭਾਈ ਲਹਿਣਾ ਜੀ ਨੂੰ ਉਹ ਹੈਰਾਨ ਹੋ ਗਈ, ਕਹਿੰਦੇ 3 ਦਿਨਾਂ ਦਾ ਭੁੱਖਾ ਬੰਦਾ ਕੋਲੋਂ ਵੱਧ ਰਸਤ ਪਾਉਣ ਲੱਗਾ, ਮੰਨਿਆ ਹੀ ਨਹੀਂ, ਵੱਧ ਪਾ ਕੇ ਦੇਣ ਲੱਗਾ, ਕਹਿੰਦੇ ਮੰਨਿਆ ਨਹੀਂ। ਉਹ ਕਹਿੰਦੇ ਅੱਜ ਵੇਖਦਾ ਵੀ ਇਹ 3 ਦਿਨਾਂ ਦੇ ਭੁੱਖੇ ਨੇ, ਥੋੜ੍ਹੇ ਜਿਹੇ ਰਸਤ ਨਾਲ ਕੀ ਕਰਨਗੇ, ਪਿੱਛੇ ਪਿੱਛੇ ਚੱਲ ਪਏ। ਜਦੋਂ ਪਿੱਛੇ ਪਿੱਛੇ ਗਏ ਨਾ, ਅਤੇ ਜਾ ਕੇ ਕੀ ਵੇਖਿਆ ਵੀ ਉਹਨੇ ਆਪਣੀ ਧਰਮ ਸਪਤਨੀ ਨੂੰ ਉਹ ਰਸਤ ਦਿੱਤੀ, ਤਾਂ ਪ੍ਰਸ਼ਾਦੇ ਇਤਿਹਾਸ ਵਿੱਚ ਜ਼ਿਕਰ ਹੈ ਕਿ 3 ਪ੍ਰਸ਼ਾਦੇ ਤਿਆਰ ਹੋਏ। ਅਤੇ ਜਦੋਂ ਛਕਣ ਲੱਗੇ ਨਾ, ਪਤਨੀ ਕਹਿੰਦੀ ਵੀ ਤੁਸੀਂ ਸਾਰਾ ਦਿਨ ਕੰਮ ਕਰਨਾ, ਤੁਸੀਂ 2 ਛਕ ਲਓ, ਮੈਂ 1 ਛਕ ਲੈਂਦੀ। ਉਹ ਕਹਿੰਦਾ, ਪਤੀ ਕਹਿੰਦਾ ਨਹੀਂ ਕੋਈ ਗੱਲ ਨਹੀਂ, ਤੂੰ 2 ਛਕ ਲਾ ਅਤੇ ਮੈਂ 1 ਛਕ ਲੈਂਦਾ। ਇੰਨੀ ਦੇਰ ਨੂੰ ਕੀ ਹੋਇਆ ਕਿ ਬਾਹਰੋਂ ਨਾ ਕੋਈ ਆ ਗਿਆ, ਜਿਹਨੂੰ ਸੋ ਕਾਲਡ ਅਸੀਂ ਅੱਜ ਦੀ ਲੈਂਗੁਏਜ 'ਚ ਮੰਗਤਾ ਕਹਿ ਸਕਦੇ ਹਾਂ, ਬਾਹਰੋਂ ਮੰਗਣ ਵਾਲਾ ਪ੍ਰਸ਼ਾਦਾ ਆ ਗਿਆ। ਉਹਨੇ ਆਵਾਜ਼ ਦਿੱਤੀ, ਕਹਿੰਦਾ ਮੈਨੂੰ ਭੁੱਖ ਬੜੀ ਲੱਗੀ, ਮੈਨੂੰ ਨਾ ਪ੍ਰਸ਼ਾਦਾ ਦਿਓ ਖਾਣ ਵਾਸਤੇ। ਉਹਨਾਂ ਨੇ ਭਾਈ ਜੀ ਬਾਜੀ ਨੇ ਕੀ ਕੀਤਾ, 1 ਪ੍ਰਸ਼ਾਦਾ ਉਹਨੂੰ ਦੇ ਦਿੱਤਾ, ਜਿਹੜਾ 1 ਬੱਚਿਆ ਨਾ ਉਹ ਅਰਦਾਸ ਕਰਕੇ ਛਕਣ ਲੱਗੇ ਜੀ। ਅਰਦਾਸ ਕਰਨੀ ਚਾਹੀਦੀ ਨਾ ਪ੍ਰਸ਼ਾਦਾ ਛਕਣ ਲੱਗਿਆ, ਕੈਂਪ 'ਚ ਤਾਂ ਦੱਸਿਆ ਗਿਆ ਉਹ ਘਰ ਜਾ ਕੇ ਵੀ ਆਪਾਂ ਕਰਿਆ ਕਰਨੀ, ਜਦੋਂ ਪ੍ਰਸ਼ਾਦਾ ਛਕਣ ਲੱਗਣਾ ਨਹੀਂ ਸਵੇਰੇ ਸ਼ਾਮ। ਜਿਹੜੀਆਂ ਗੱਲਾਂ ਕੈਂਪ 'ਚ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਨਾ, ਇਹਨਾਂ ਨੂੰ ਆਪਣੀ ਆਪਾਂ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ। 3 ਦਿਨਾਂ ਦੇ ਵਿੱਚ ਤੁਹਾਨੂੰ ਸਿਰਫ ਇੱਕ ਡੈਮੋ ਦਿੱਤਾ ਗਿਆ ਹੈ, ਇਸ ਡੈਮੋ ਨੂੰ ਆਪਾਂ ਇੰਪਲੀਮੈਂਟ ਕਰਨਾ ਹੈ। ਅਤੇ ਜਦੋਂ ਭਾਈ ਜੀਵਾ ਜੀ ਉਹ ਛਕਣ ਲੱਗੇ ਨਾ ਪ੍ਰਸ਼ਾਦਾ, ਤਾਂ ਉਹ ਜਿਹਨੂੰ ਪ੍ਰਸ਼ਾਦਾ ਦਿੱਤਾ ਸੀ ਨਾ, ਉਹਨੇ ਜਲਦੀ ਜਲਦੀ ਨਾਲ ਖਾ ਲਿਆ, ਉਹ ਜ਼ਿਆਦਾ ਭੁੱਖਾ ਸੀ, ਉਹ ਕਹਿੰਦਾ ਮੇਰੀ ਭੁੱਖ ਨਹੀਂ ਮੇਰੀ, ਮੈਨੂੰ ਹੋਰ ਦਿਓ। ਉਹਨੇ 1 ਪ੍ਰਸ਼ਾਦਾ ਹੋਰ ਉਹਨੂੰ ਦੇ ਦਿੱਤਾ, ਜਿਹੜਾ 1 ਬੱਚਿਆ ਨਾ, ਦੋਵੇਂ ਪਤੀ ਪਤਨੀ ਨੇ, ਭਾਈ ਜੀਵਾ ਅਤੇ ਉਹਨਾਂ ਦੀ ਪਤਨੀ ਨੇ ਅੱਧਾ ਅੱਧਾ ਕਰਕੇ ਅਤੇ ਛਕ ਕੇ, ਅਤੇ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਤੇਰਾ ਸ਼ੁਕਰ ਹੈ, ਤੂੰ ਸਾਨੂੰ ਪੇਟ ਭਰ ਕੇ ਛਕਣ ਵਾਸਤੇ ਪ੍ਰਸ਼ਾਦਾ ਦਿੱਤਾ। ਜਦੋਂ ਇੰਨੀ ਗੱਲ ਭਾਈ ਲਹਿਣਾ ਜੀ ਨੇ ਲਿਖੀ ਨਾ, ਫਿਰ ਰਿਹਾ ਨਹੀਂ ਗਿਆ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਦਰਸ਼ਨਾਂ ਦੀ ਉਤਾਵਲਾ ਹੋ ਗਿਆ, ਜਿਹਨੇ ਭਾਈ ਜੋਧ ਦੇ ਕੋਲੋਂ ਬਾਣੀ ਸਰਵਣ ਕਰ ਲਈ ਅਤੇ ਭਾਈ ਜੀਵਾ ਜੀ ਦਾ ਜੀਵਨ ਵੇਖ ਲਿਆ। ਸਿੱਖ ਦਾ ਜਿਹੜਾ ਕਿਰਦਾਰ ਹੈ ਨਾ, ਸਿੱਖ ਦਾ ਜੀਵਨ ਆ,
ਉਹ ਮਾਫ ਕਰਨਾ ਉੱਪਰ ਦੀ ਵੱਡੀ ਸ੍ਰੀ ਸਾਹਿਬ ਮੈਂ ਪਾਲਵਾਂ, ਮੇਰੇ ਸਿਰ ਤੇ ਦਸਤਾਰ ਸਜਾ ਲਵਾਂ, ਦਾੜਾ ਮੇਰਾ ਪ੍ਰਕਾਸ਼ ਹੋਵੇ, ਮੈਂ ਕਿਸੇ ਨੂੰ ਸੁਣਾ ਸੁਣਾ ਕੇ ਉੱਚੀ ਉੱਚੀ ਸਤਨਾਮ ਵਾਹਿਗੁਰੂ ਕਰਦਾ ਤੁਰਿਆ ਜਾਵਾਂ। ਸਿੱਖ ਦਾ ਕਿਰਦਾਰ ਇਕੱਲਾ ਇਹ ਨਹੀਂ ਹੈ ਗੁਰੂ ਸਵਾਰੀ, ਸਿੱਖ ਦਾ ਜੀਵਨ ਬੋਲਦਾ ਹੈ, ਇਹ ਕਿਰਤੀਆਂ ਦਾ ਸੱਭਿਆਚਾਰ ਹੈ। ਜਿੱਥੇ ਸਾਨੂੰ ਪੋਸ਼ਾਕ ਜ਼ਰੂਰੀ ਆ, ਉੱਥੇ ਸਾਡਾ ਜੀਵਨ ਵੀ ਜ਼ਰੂਰੀ ਹੈ। ਉੱਥੇ ਸਾਡੇ ਅੰਦਰ ਕੀ ਆ ਉਹ ਚੀਜ਼ ਅਸੀਂ ਇਸ ਇਹ ਪ੍ਰੇਰਨਾਮਈ ਜਿਹੜੀ ਸਾਖੀ ਹੈ ਸਾਡੇ ਵਾਸਤੇ ਸਤਿਗੁਰੂ ਜੀ ਨੇ ਉਹ ਵੰਡ ਛਕਣ ਵਾਲੀ ਗੱਲ ਸਾਨੂੰ ਸੁਧਾਰ ਦਿੱਤਾ। ਅਗਲਾ ਸੱਭਿਆਚਾਰ ਹੈ ਸੋਸ਼ਲ ਜਸਟਿਸ, ਸਮਾਜਿਕ ਨਿਆਂ ਵਾਸਤੇ ਸਿੱਖ ਲੜਦਾ ਵੀ ਆ। ਇੱਥੇ ਆਸ਼ੂਤੋਸ਼ ਵਾਲਾ ਭਈਆ ਕੋਈ ਆ ਕੇ ਭਣਿਆਏ ਵਾਲਾ ਸੌਦੇ ਵਾਲਾ ਆ ਕੇ ਸਾਡੇ ਗੁਰੂ ਦੀਆਂ ਨਕਲਾਂ ਕਰੇ, ਸਾਡੇ ਸੱਭਿਆਚਾਰ ਦੇ ਉੱਪਰ ਕੋਈ ਹਮਲੇ ਕਰੇ, ਤਾਂ ਸਿੱਖ ਗੁੱਛੂ ਗੁੱਛੂ ਹੋ ਕੇ ਬਹਿਣ ਵਾਲਾ ਨਹੀਂ ਗਾ। ਸ਼ਾਇਦ ਮੈਂ ਮੇਰੀ ਲੈਂਗੁਏਜ ਮਾਝੇ ਵਾਲੀ ਤੁਹਾਨੂੰ ਨਾ ਕੁਝ ਕੁਝ ਵਰਡ ਸਮਝ ਲੱਗਦੇ ਹੋਣ, ਲੱਗਦੇ ਮਤਲਬ ਸਿੱਖ ਜਿਹੜਾ ਵਾ ਉਹ ਮਤਲਬ ਉਹ ਕੀ ਕਹਿੰਦੇ ਹੁੰਦੇ ਆ ਜੀ ਪੰਜਾਬੀ ਵਿੱਚ, ਡੁੱਲ ਵੱਡਾ ਬਣ ਕੇ ਬਹਿਣ ਵਾਲਾ ਨਹੀਂ ਆ। ਸਮਾਜਿਕ ਨਿਆਂ ਵਾਸਤੇ ਸਿੱਖ ਲੜਦਾ ਵੀ ਆ। ਸਤਿਗੁਰੂ ਨੇ ਸਾਨੂੰ ਦੱਸਿਆ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਤਲਵਾਰਾਂ ਵੱਧ ਕੇ ਸਤਿਗੁਰੂ ਜੀ ਨੇ ਸਾਨੂੰ ਇਸ ਸਿਧਾਂਤ ਤੋਂ ਵੀ ਜਿਹੜਾ ਵਾ ਜਾਣੂ ਕਰਵਾਇਆ। ਅਗਲਾ ਸਾਡੇ ਸੱਭਿਆਚਾਰ ਦਾ ਪਾਠ ਹੈ ਜੀ ਬੋਲਚਾਲ। ਸਿੱਖ ਦਾ ਬੋਲਚਾਲ ਕਿੱਦਾਂ ਦਾ ਹੋਣਾ ਚਾਹੀਦਾ ਜੀ? ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ। ਸਾਡਾ ਸੁਭਾਅ ਕਿੱਦਾਂ ਦਾ ਚਾਹੀਦਾ ਜੀ? ਮਿੱਠ ਬੋਲਣਾ ਸੁਭਾਅ ਚਾਹੀਦਾ ਜੀ, ਹੈਗਾ ਜੀ ਅੱਜ ਸਾਡਾ। ਸਾਡੀ ਬੋਲਚਾਲ ਕਿੱਦਾਂ ਦਾ? ਮਿੱਠਾ ਮਿੱਠਾ ਬੋਲਣ ਵਾਲਾ ਸੁਭਾਅ ਵਾ ਸਿੱਖ ਪੰਜਾਬੀਆਂ ਦਾ, ਸਿੱਖਾਂ ਦਾ। ਅੱਜ ਮਾਫ਼ ਕਰਨਾ ਸਭ ਤੋਂ ਮੋਟੀ ਗਾਲ ਕੱਢਣ ਲਈ ਜਾਣੇ ਜਾਣੇ ਆਪਾਂ। ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ, ਜੇ ਕੋਈ ਬਾਹਰਲੇ ਵੈਸ਼ਨੋ ਕਲਚਰ ਦਾ ਆ ਕੇ ਸਾਡੇ ਕੋਲ ਖੜ ਜਾਵੇ ਨਾ, ਸਾਡੀ ਗੱਲ ਕਰਨ ਦਾ ਤਰੀਕਾ ਹੀ ਇੱਦਾਂ ਦਾ ਹੁੰਦਾ ਵੀ ਇੰਝ ਲੱਗਦਾ ਕਿਸੇ ਨੂੰ ਵੀ ਇਹ ਤਾਂ ਲੜ ਰਹੇ ਆ ਦੋਵੇਂ ਜਾਣੇ, ਸਾਡੀ ਬੋਲੀ ਦੇ ਵਿੱਚ ਭਾਰਾ ਭਣ ਇੰਨਾ ਆ ਗਿਆ। ਸੋ ਇਸ ਕਰਕੇ ਸਾਡਾ ਸੱਭਿਆਚਾਰ ਕਿਹੜਾ ਹੈ ਜੀ? ਮਿੱਠ ਬੋਲਣ ਵਾਲਾ ਸੱਭਿਆਚਾਰ ਹੈ। ਸੋ ਇਹ ਚੀਜ਼ 'ਤੇ ਨਿਮਰਤਾ ਅਤੇ ਹਲੀਮੀ, ਨਿਮਰਤਾ ਅਤੇ ਹਲੀਮੀ। ਅੱਜ ਮਾਫ਼ ਕਰਨਾ ਜੇ ਨਿਮਰਤਾ ਅਤੇ ਹਲੀਮੀ ਵਾਲਾ ਸੱਭਿਆਚਾਰ ਦਾ ਗੁਣ ਸਾਡੇ ਵਿੱਚ ਹੁੰਦਾ ਤੇ ਅੱਜ ਸਾਡੀਆਂ ਬਹੁਤ ਸਾਰੀਆਂ ਲੜਾਈਆਂ, ਝਗੜੇ ਤੇ ਕਲੇਸ਼ ਖਤਮ ਹੋ ਜਾਂਦੇ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਭਾਈ ਦਾਤੂ ਨੇ ਆ ਕੇ ਧੰਨ ਗੁਰੂ ਰਾਮ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਲੱਤ ਮਾਰੀ ਤੇ ਸਤਿਗੁਰੂ ਜੀ ਨੇ ਕੀ ਕੀਤਾ? ਕੀ ਕੀਤਾ ਜੀ ਸਤਿਗੁਰੂ ਜੀ ਨੇ? ਕੀ ਕੀਤਾ? ਉਹਦੀ ਲੱਤ ਫੜ ਕੇ ਘੁੱਟਣੀ ਸ਼ੁਰੂ ਕਰ ਦਿੱਤੀ। ਇੱਕ ਸਵਾਲ ਆ ਬੇਟੇ ਤੁਹਾਨੂੰ ਸਾਰਿਆਂ ਨੂੰ, ਆਪਣੇ ਦਿਮਾਗ ਵਿੱਚ ਜ਼ਰੂਰ ਸਾਰੇ ਜਣੇ ਸੋਚਿਓ, ਕੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਉਸ ਸਮੇਂ ਤੱਕ ਇੰਨੇ ਸਿੱਖ ਨਹੀਂ ਸੀ ਤਿਆਰ ਹੋਏ ਵੀ ਜਿਹੜੇ ਸਤਿਗੁਰੂ ਦੇ ਕੋਲ ਖੜ ਸਕਦੇ ਹੋਣ ਤੇ ਉਸ ਮਾਰੀ ਹੋਈ ਲੱਤ ਦਾ ਜਵਾਬ ਦੇ ਸਕਦੇ ਹੋ? ਹੈਗੇ ਨਹੀਂ ਸੀ ਸਤਿਗੁਰੂ ਦੇ ਕੋਲ? ਹੈ ਸੀ ਨਾ, ਪਰੰਤੂ ਸਤਿਗੁਰ ਨੇ ਦੱਸਣਾ ਕੀ ਸੀ ਕਿ ਮੈਂ ਭਾਈ ਦਾਤੂ ਦੇ ਅੰਦਰ ਦੀ ਅੱਗ ਤੇ ਜਿਹੜਾ ਭਾਂਬੜ ਮੱਚਦਾ ਈਰਖਾ ਦਾ, ਉਹਨੂੰ ਮੈਂ ਠੰਡਿਆ ਕਿੱਦਾਂ ਕਰਨਾ ਹੈ? ਸਤਿਗੁਰੂ ਜੀ ਉਹਦੀ ਲੱਤ ਫੜ ਕੇ ਘੁੱਟਣੀ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਸਾਡੇ ਬਜ਼ੁਰਗ ਤੇ ਸਖ਼ਤ ਆਗੇ ਆ ਤੇ ਲਿਆਓ ਤੁਹਾਡੇ ਕੋਮਲੰਗਾਂ ਨੂੰ ਸੱਟ ਨਾ ਲੱਗੀ ਹੋਵੇ ਤੇ ਮਾਫ਼ ਕਰਿਓ। ਅੱਜ ਮਾਰੀ ਇਹ ਝਾਤੀ ਆਪਾਂ ਕਿੱਥੇ ਕੱਢਿਆ, ਲਾਗ ਦੇ ਕੋਈ ਮੋਟਰਸਾਈਕਲ ਭਜਾ ਕੇ ਲੰਘ ਜਾਵੇ ਨਾ, ਡੇਲੇ 'ਚ ਗੜ ਗੜ ਵਿਹਣੇ ਆਪਾਂ ਵੀ ਤੈਨੂੰ ਬਾਹਲੀ ਕਾਹਲੀ ਚੜੀ ਸੀ। ਇਹ ਸੁਭਾਅ ਸਾਡਾ ਮਿੱਠ ਬੋਲਣ ਵਾਲਾ, ਸਾਡਾ ਨਿਮਰਤਾ ਵਾਲਾ, ਹਲੀਮੀ ਵਾਲਾ ਸਾਡਾ ਸੁਭਾਅ ਅੱਜ ਸਾਡੇ ਵਿੱਚੋਂ ਗਾਇਬ ਹੁੰਦਾ ਦਿਸ ਰਿਹਾ ਹੈ। ਜੇ ਇਹ ਆ ਗਿਆ, ਖਤਮ ਹੋ ਗਿਆ ਨਾ ਬੇਟੇ ਸਾਡਾ ਜਿਹੜਾ ਅੰਦਰ ਜੋ ਕ੍ਰੋਧ ਸਾਡੇ ਅੰਦਰ ਜਿੰਨੀ ਹੋਮੇ ਬਣੀ ਪਈ ਆ, ਤੇ ਮਾਫ਼ ਕਰਨਾ ਨਾ ਤੇ ਆਪਾਂ ਕਾਲਜਾਂ ਦੀਆਂ ਪ੍ਰਧਾਨਗੀਆਂ ਖਾਤਰ ਲੜਨਾ ਹੈ, ਨਾ ਸਾਡੀ ਕੋਈ ਈਰਖਾ ਵੈਰ ਵਿਰੋਧ ਰਹਿ ਜਾਣਾ ਹੈ। ਸਾਡੇ ਅੰਦਰ ਕੋਈ ਵੀ ਕਿਸੇ ਦੀ ਕੋਈ ਦੁਸ਼ਮਣੀ ਥੋੜ੍ਹੀ ਆ, ਪਰੰਤੂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਰਕੇ ਉਹ ਤਾਂ ਬਣ ਗਈਆਂ ਵੀ ਸਾਡੇ ਅੰਦਰ ਅੱਜ ਉਹ ਸੁਭਾਅ ਨਹੀਂ ਹੈਗਾ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਨਾਲ ਜੁੜਵੀਂ, ਕਾਲਜਾਂ ਵਾਲੇ ਜਿੰਨੇ ਵੀਰ ਬੈਠੇ ਆ ਜਾਂ ਜਿਹੜੇ ਸਕੂਲਾਂ ਵਾਲੇ ਇਹਨਾਂ ਨੇ ਕਾਲਜਾਂ 'ਚ ਜਾਣਾ ਹੈ, ਵੀਰੋ ਕਿਸੇ ਦੇ ਹੱਥ ਕੰਡੇ ਨਾ ਬਣੋ ਕਾਲਜਾਂ ਵਿੱਚ ਜਾ ਕੇ। ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਚਾਹੀਦੀਆਂ, ਉਹਨਾਂ ਨੇ ਤੁਹਾਡੇ ਕੈਰੀਅਰ ਦਾ ਬੇੜਾ ਗਰਕ ਕਰਨ ਦੀ ਖਾਤਰ ਤੁਹਾਡੇ ਯੂਨਿਟ ਜਿਹੜੇ ਆ ਨਾ ਪੋਲੀਟੀਕਲ ਯੂਨਿਟ ਬਣਾਉਣੇ ਸ਼ੁਰੂ ਕਰ ਦਿੱਤੇ ਆ, ਔਰ ਉਹਦੀ ਖਾਤਰ ਸਾਡੇ ਵਾਲੇ ਪਾਸੇ ਵੀ ਅਸੀਂ ਵੇਖਦੇ ਹਾਂ ਕਾਲਜਾਂ 'ਚ ਗੋਲੀਆਂ ਚੱਲਦੀਆਂ ਨੇ। ਪ੍ਰਿੰਸੀਪਲ, ਅਸੀਂ ਸਟੱਡੀ ਸਰਕਲ ਵੱਲੋਂ ਕਾਲਜਾਂ ਵਿੱਚ ਜਾਂਦੇ, ਪ੍ਰਿੰਸੀਪਲ ਪਰੇਸ਼ਾਨ ਹੋਏ ਪਏ ਨੇ
ਸਕੂਲ ਕਾਲਜ ਮੈਨੇਜਮੈਂਟ ਜਿਹੜੀ ਉਹ ਪਰੇਸ਼ਾਨ ਹੋਈ ਆ ਕਾਹਦੇ ਕਰਕੇ, ਕਿਉਂਕਿ ਉਹਨਾਂ ਲੋਕਾਂ ਨੇ ਸਾਨੂੰ ਹੱਥ ਚੁੱਕ ਕੇ ਬਣਾ ਲਿਆ। ਜਿਹੜੇ ਨੌਜਵਾਨ ਬੱਚੇ ਜਿਹੜੇ ਇਸ ਲਾਈਨ 'ਚ ਪੈ ਜਾਂਦੇ ਆ, ਉਹ ਬੱਚੇ ਜਿਹੜੇ ਆਪਣੇ ਕੈਰੀਅਰ ਨੂੰ ਤਬਾਹ ਕਰ ਬੈਠਦੇ ਆ। ਮੇਰੀ ਬੇਨਤੀ ਆ ਵੀ ਇਹ ਜਿਹੜਾ ਨਿਮਰਤਾ ਵਾਲਾ, ਹਲੀਮੀ ਵਾਲਾ ਸੁਭਾਅ ਆ, ਸੱਭਿਆਚਾਰ ਦਾ ਗੁਣ ਆ, ਉਹਨੂੰ ਆਪਾਂ ਆਪਣੇ ਅੰਦਰ ਜ਼ਰੂਰ ਜਿਹੜਾ ਲੈ ਕੇ ਆਈਏ। ਅਗਲਾ ਜੀ, ਜਾਤ ਪਾਤ ਰਹਿਤ ਸਾਂਝਾ ਮਨੁੱਖੀ ਸਮਾਜ। ਸਾਡੇ ਵਿੱਚ ਕੋਈ ਜਾਤ ਪਾਤ ਹੈਗੀ ਜੀ? ਹੈਗੀ ਜੀ ਜਾਤ ਪਾਤ, ਪਰੰਤੂ ਅੱਜ ਬਹੁਤ ਵੱਡੀ ਆਪਾਂ ਕਹਿ ਸਕਦੇ ਨਹੀਂ ਹੈਗੀ, ਪਰੰਤੂ ਸੋਚ ਕੇ ਵੇਖਿਓ, ਅੱਜ ਅਸੀਂ ਜੱਟ ਵੀ ਹਾਂ, ਅਸੀਂ ਭਾਪੇ ਵੀ ਹਾਂ, ਅਸੀਂ ਰਾਮਗੜੀਏ ਵੀ ਹਾਂ, ਅਸੀਂ ਮਜ਼੍ਹਬੀ ਸਿੱਖ ਵੀ ਹਾਂ, ਅੱਜ ਸਾਡੇ ਅੰਦਰ ਜਾਤਾਂ ਪਾਤਾਂ ਬੜੀਆਂ ਹੈ, ਪਰੰਤੂ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਸੱਭਿਆਚਾਰ ਦਿੱਤਾ ਨਾ, ਉਹ ਜਾਤ ਪਾਤ ਤੋਂ ਰਹਿਤ ਜਿਹੜਾ ਸਾਨੂੰ ਸੱਭਿਆਚਾਰ ਦਿੱਤਾ। ਮਨੁੱਖ ਦਾ ਜਦੋਂ ਜਨਮ ਹੁੰਦਾ ਹੈ, ਉਹ ਜਨਮ ਸਮੇਂ 'ਤੇ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਕਿਸੇ ਜਾਤ ਵਿੱਚ ਜਨਮ ਨਹੀਂ ਲੈਂਦਾ। ਸਿੱਖਾਂ ਦੀ ਕੋਈ ਜਾਤ ਨਹੀਂ ਆ, ਅਤੇ ਜਿਹਦੀ ਜਾਤ ਆ ਉਹ, ਹੁਣ ਆਪਾਂ ਸੋਚੀਏ ਵੀ ਆਪਾਂ ਯਕੀਨ ਰੱਖਦੇ ਹਾਂ, ਜਦੋਂ ਸਤਿਗੁਰੂ ਜੀ ਨੇ ਕਿਹਾ ਸੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿ ਭਾਈ ਮਰਦਾਨਾ ਜੀ ਨੂੰ ਪਾ ਦਿਓ, ਕਹਿੰਦਾ ਛੋਟੀ ਜਾਤ ਦਾ ਏ, ਇਹ ਜਨੇਊ ਇਹਦੇ ਵਾਸਤੇ ਨਹੀਂ ਬਣਿਆ। ਸਤਿਗੁਰੂ ਜੀ ਨੇ ਕਿਹਾ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹਿੰਮਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀ। ਤੈਨੂੰ ਜਿਹੜੇ ਨੀਵੇਂ ਦਿਸਦੇ ਆ ਨਾ, ਸਤਿਗੁਰੂ ਜੀ ਕਹਿਣ ਲੱਗੇ, ਪਰਮਾਤਮਾ ਇਹਨਾਂ ਵਿੱਚ ਵੀ ਵੱਸਦਾ ਹੈ। ਸਤਿਗੁਰੂ ਨੇ ਕਿਹਾ ਇਹਨਾਂ ਵਿੱਚ ਵੀ ਵੱਸਦਾ ਹੈ, ਪਰੰਤੂ ਅਸੀਂ ਅੱਜ ਪਤਾ ਕਿੱਥੇ ਖੜੇ? ਅਸੀਂ ਕਿਹਾ ਗੁਰੂ ਸਾਹਿਬ ਜੀ, ਤੁਸੀਂ ਸਾਨੂੰ ਜਾਤ ਪਾਤ ਤੋਂ ਰਹਿਤ ਜਿਹੜਾ ਸਮਾਜ ਦੀ ਸਿਰਜਣਾ ਕਰਕੇ ਦੇ ਕੇ ਗਏ ਜੀ, ਅਸੀਂ ਤੁਹਾਨੂੰ ਮੰਨ ਦੇਣਾ ਹੈ। ਅੱਜ ਮਾਫ ਕਰਨਾ, ਸਾਡੇ ਏਰੀਏ 'ਚ ਤਾਂ ਮੈਂ ਤੁਹਾਡੇ ਏਰੀਏ 'ਚ ਪਹਿਲੀ ਵਾਰ ਆਇਆ, ਸਾਡੇ ਏਰੀਏ 'ਚ ਖੈਰ ਇੱਥੇ ਵੀ ਹੋਵੇਗਾ। ਅੱਜ ਕੀ ਹੈਗਾ ਵੀ ਜਾਤਾਂ ਦੇ ਨਾਂ 'ਤੇ ਆਹ ਜੱਟਾਂ ਦਾ ਗੁਰਦੁਆਰਾ, ਆਹ ਰਾਮਗੜੀਆਂ ਦਾ, ਆਹ ਮਜ਼ਬੀ ਸਿੱਖਾਂ ਦਾ, ਅਸੀਂ ਕਿਹਾ ਗੁਰੂ ਸਾਹਿਬ ਜੀ ਤੁਹਾਨੂੰ ਵੰਡ ਕੱਢਣਾ। ਫਿਰ ਉਹ ਗੁਰਦੁਆਰੇ ਵਾਲੇ ਉਹਦੇ ਘਰੇ ਉੱਥੇ ਨਹੀਂ ਜਾਂਦੇ, ਉੱਥੇ ਜੋੜ ਮੇਲਾ ਹੋਵੇ ਉੱਥੇ ਨਹੀਂ ਜਾਂਦੇ, ਉਹ ਕਹਿੰਦੇ ਵੀ ਇਹ ਤਾਂ ਇਹਨਾਂ ਦਾ ਗੁਰਦੁਆਰਾ। ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੈਗੀ, ਇਸ ਗੱਲ ਨੂੰ ਹਮੇਸ਼ਾ ਆਪਾਂ ਧਿਆਨ ਵਿੱਚ ਰੱਖੀਏ। ਜਿਹਦੀ ਜਾਤ ਆ ਉਹ ਸਿੱਖ ਨਹੀਂ ਆ, ਜੇ ਆਪਾਂ ਜਾਤਾਂ ਪਾਤਾਂ 'ਚ, ਆਹ ਜਿਹੜਾ ਵਾਇਰਸ ਸਾਨੂੰ ਬਹੁਤ ਚਿਬੜਿਆ ਹੋਇਆ, ਆਹ ਨੌਜਵਾਨ ਵੀਰ ਬੈਠੇ ਆ, ਅੱਜ ਸਾਡੇ ਮੋਟਰਸਾਈਕਲਾਂ ਦੇ ਮਗਰੇ ਬੋਤਾਂ ਜ਼ਰੂਰ ਲਿਖੀਆਂ ਹੋਈਆਂ, ਸਾਡੇ ਨਾਂ ਦੇ ਨਾਲ ਸਿੰਘ ਅਤੇ ਕੌਰ ਲੱਗਣਾ ਜ਼ਰੂਰੀ ਨਹੀਂ ਅਸੀਂ ਸਮਝਦੇ, ਪਰੰਤੂ ਅਸੀਂ ਭੁੱਲਰ ਵੀ ਹੈਗੇ, ਅਸੀਂ ਖਹਿਰੇ ਵੀ ਹੈਗੇ, ਅਸੀਂ ਸੰਧੂ ਵੀ ਹੈਗੇ ਆ। ਇਹ ਜਾਤਾਂ ਗੋਤਾਂ ਸਾਡੀਆਂ, ਅਸੀਂ ਇਹਦੇ ਜਾਤ ਗੋਤ ਦੇ ਵਿੱਚ ਪਏ ਹੋਏ। ਮੈਂ ਇੱਕ ਹੋਰ ਬੇਨਤੀ ਕਰਾਂ, ਆਹ ਵਿਆਹ ਵਾਲੇ ਨਾ ਸਿਆਲ ਸ਼ੁਰੂ ਹੋ ਗਿਆ ਜੀ, ਆਪਣੇ ਘਰਾਂ 'ਚ ਆਉਂਦੇ ਨਾ ਵਿਆਹਾਂ ਦੇ ਕਾਰਡ ਜੀ, ਆਪਾਂ ਜਾਣਾ ਵਿਆਹਾਂ 'ਤੇ, ਉਹਦੇ ਵਿੱਚੋਂ 50-60% ਉਹ ਕਾਰਡ ਆਉਣਗੇ ਤੁਹਾਨੂੰ ਜਿਨ੍ਹਾਂ ਦੇ ਨਾਂ ਦੇ ਨਾਲ ਸਿੰਘ ਅਤੇ ਕੌਰ ਕੱਟਿਆ ਹੋਵੇਗਾ, ਮਗਰਲੇ ਪਾਸੇ ਸਿਰਫ ਆ ਗੋਤ ਲਿਖੀ ਹੋਵੇ। ਮੈਂ ਬੇਨਤੀ ਕਰਾਂ, ਇਹ ਜਿਹੜਾ ਸਿੰਘ ਅਤੇ ਕੌਰ ਹੈ ਨਾ, ਸਾਨੂੰ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ, ਇਹਨੂੰ ਐਵੇਂ ਨਾ ਆਪਣੇ ਆਪ ਨੂੰ ਦੂਰ ਕਰੀ ਜਾਈਏ, ਇਹਨੂੰ ਅਸੀਂ ਨਾ ਆਪਣਾ ਸਟੇਟਸ ਸਿੰਬਲ ਸਮਝਣ ਲੱਗ ਪਏ ਹਾਂ। ਅੱਜ ਸਾਡੀ ਅਸੀਂ ਮਾਡਰਨਾਈਜੇਸ਼ਨ ਦਾ ਯੁੱਗ ਵਿਖਾ ਰਹੇ ਹਾਂ ਵੀ ਅਸੀਂ ਮਾਡਰਨ ਹੈ, ਵੀ ਸਿੰਘ ਅਤੇ ਕੌਰ ਲਾਉਣਾ ਇੰਨਾ ਜ਼ਰੂਰੀ ਨਹੀਂ ਸਮਝਦੇ। ਗੁਰੂ ਸਾਹਿਬ ਨੇ ਜਾਤ ਪਾਤ ਦੇ ਜਿੱਥੇ ਖੰਡਨ ਕੀਤਾ ਨਾ, ਅਕਬਰ ਆਇਆ ਕਿਤੇ ਬਾਦਸ਼ਾਹ ਸੀ, ਸਤਿਗੁਰੂ ਜੀ ਨੇ ਅਕਬਰ ਬਾਦਸ਼ਾਹ ਨੂੰ ਵੀ ਉਸ ਸਮੇਂ ਇਹ ਗੱਲ ਕਹੀ ਵੀ ਪਹਿਲੇ ਪੰਗਤ ਪਾਸ਼ੇ ਸੰਗਤ, ਵੀ ਪਹਿਲਾਂ ਜਾ ਕੇ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕ ਅਤੇ ਫਿਰ ਸਾਡੇ ਨਾਲ ਆ ਕੇ ਗੱਲ ਕਰੀ, ਫਿਰ ਦਰਸ਼ਨ ਹੋ ਗਏ ਤੈਨੂੰ। ਇਹਦਾ ਮਤਲਬ ਕੀ ਸੀ? ਸਤਿਗੁਰ ਨੇ ਕਿਹਾ ਜਦੋਂ ਤੂੰ ਪ੍ਰਸ਼ਾਦਾ ਛਕੇਗਾ ਨਾ, ਨਾਲ ਬੈਠਾ ਹੋਇਆ ਜਿਹਦੇ ਕੱਪੜੇ ਤਾਂ ਮੈਲੇ ਆ, ਜਿਹੜਾ ਕਿਰਤੀ ਆ, ਜਿਹਦੇ ਕੋਲੋਂ ਪਸੀਨੇ ਦੀ ਬਦਬੂ ਤੇ ਆਉਂਦੀ ਹੋਵੇਗੀ, ਪਰੰਤੂ ਉਸ ਗਰੀਬ ਦੇ ਨਾਲ ਜਦੋਂ ਤੂੰ ਪ੍ਰਸ਼ਾਦਾ ਬੈਠ ਕੇ ਛਕੇਗਾ ਨਾ, ਤੇਰੇ ਅੰਦਰ ਬਾਦਸ਼ਾਹ ਦੀ ਜਿਹੜੀ ਹਉਮੈ ਆ ਨਾ, ਹੰਕਾਰ ਆ ਤੇਰੇ ਅੰਦਰੋਂ, ਉਹ ਖਤਮ ਹੋ ਜਾਵੇਗਾ। ਸਤਿਗੁਰੂ ਜੀ ਨੇ ਪੰਗਤ ਵਿੱਚ ਜਿਹੜਾ ਪੰਗਤ ਨੇ ਜਿਹੜਾ ਸਾਡਾ ਪੰਗਤ ਵਾਲਾ ਸੱਭਿਆਚਾਰ ਸਾਨੂੰ ਦਿੱਤਾ, ਸਾਡਾ ਨਹਾਉਣਾ ਇੱਕ ਕਰ ਦਿੱਤਾ, ਸਰੋਵਰ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਜਿਹੜੇ ਖੁਦਵਾਈ ਕਰਕੇ ਦੇ ਦਿੱਤੇ, ਉਹ ਜਿਹੜਾ ਸਾਡੇ ਸੱਭਿਆਚਾਰ ਬਰਾਬਰਤਾ ਦਾ ਸੱਭਿਆਚਾਰ ਹੈ।
ਅਗਲੀ ਗੱਲ ਹੈ ਜੀ ਫਾਰਗਿਵਨੈਸ, ਮਾਫ਼ ਕਰ ਦੇਣਾ ਜੀ। ਸਾਡੇ ਅੰਦਰ ਹੈਗਾ ਜੀ ਇੱਦਾਂ ਦਾ ਸੁਭਾਅ ਕਿਸੇ ਨੂੰ ਮਾਫ਼ ਕਰ ਦੇਣ ਵਾਲਾ? ਹੈਗਾ ਜੀ, ਪੱਕੀ ਗੱਲ ਹੈ ਜੀ। ਜਿਹੜੇ ਜ਼ਿਆਦਾ ਕੁਰਸੀਆਂ 'ਚ ਲੰਮੇ ਪਏ ਉਹਨਾਂ ਦਾ ਹੈਗਾ ਕਿ ਜਿਹੜੇ ਸਿੱਧੇ ਹੋ ਕੇ ਬੈਠੇ ਉਹਨਾਂ ਦਾ ਹੈਗਾ, ਜਿਹੜੇ ਸਿੱਧੇ ਹੋ ਕੇ ਬੈਠੇ। ਵੈਰੀ ਗੁੱਡ। ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਦੁਸ਼ਮਣ ਆਇਆ ਜਿਹੜਾ ਵਾਰ ਕਰਦਾ ਪਿਆ ਹੈ, ਗੁਰੂ ਸਾਹਿਬ ਨੇ ਜਿਹੜਾ ਵਾਰ ਕਰਦਾ ਪਿਆ ਹੈ, ਜਦੋਂ ਉਹ ਆ ਕੇ ਸਤਿਗੁਰੂ ਜੀ ਦੇ ਕੋਲ ਉਹ ਘਾਇਲ ਹੈ ਅਤੇ ਸਤਿਗੁਰੂ ਨੇ ਉਹਨੂੰ ਵੀ ਢਾਲ ਦੀ ਛਾਂ ਕਰਕੇ ਕਿਹਾ ਵੀ ਲੈ ਇਸ ਸਮੇਂ 'ਤੇ ਮੈਂ ਇਹਨਾਂ ਤੈਨੂੰ ਮਾਫ਼ ਕਰ ਦਿੰਦਾ, ਪਰੰਤੂ ਅੱਜ ਸਾਡੀਆਂ ਲੜਾਈਆਂ ਝਗੜੇ ਬਹੁਤੇ ਤੌਰ 'ਤੇ ਇੱਥੇ ਆ ਕੇ ਖੜ੍ਹੇ ਹੋਏ ਆ, ਕਿਉਂਕਿ ਸਾਡੇ ਅੰਦਰ ਮਾਫ਼ ਕਰਨ ਵਾਲਾ ਸੱਭਿਆਚਾਰ, ਜਿਹੜੇ ਸਾਡੇ ਅੰਦਰ ਉਹ ਸੁਭਾਅ ਆ, ਉਹ ਸਾਡੇ ਅੰਦਰ ਖਤਮ ਹੁੰਦਾ ਜਾ ਰਿਹਾ। ਅਗਲੀ ਆ ਜੀ ਬੜਾ ਜ਼ਰੂਰੀ ਵਿਸ਼ਾ ਹੈ, ਲਿੰਗ ਭੇਦ। ਸਾਡੇ ਅੰਦਰ ਕੋਈ ਲਿੰਗ ਭੇਦ ਹੈਗਾ ਜੀ? ਮਤਲਬ ਔਰਤ ਅਤੇ ਮਰਦ ਵਿੱਚ ਕੋਈ ਅੰਤਰ ਹੈਗਾ? ਅਸੀਂ ਕਹਿ ਦੇਵਾਂਗੇ ਨਹੀਂ ਹੈਗਾ, ਪਰੰਤੂ ਅੱਜ ਸਾਡੇ ਅੰਦਰ ਬਹੁਤ ਵੱਡਾ ਲਿੰਗ ਭੇਦ ਬਣਿਆ ਹੈ। ਮਰਦ ਅੱਜ ਵੀ ਪ੍ਰਧਾਨ ਹੈ, ਜਿਹੜੇ ਰਾਈਟ ਸੀ। ਮੈਂ ਬੇਨਤੀ ਕਰਨਾ ਬੇਟੀਆਂ ਦੀ ਗਿਣਤੀ ਵੀ ਇੱਥੇ ਇਕੁਅਲ ਆ, ਧਿਆਨ ਦੇ ਕੇ ਸ਼ਰਵਣ ਕਰਿਓ। ਅੱਜ ਔਰਤ ਨੂੰ ਬਰਾਬਰ ਦੇ ਅਧਿਕਾਰ ਉਨੇ ਹੀ ਆ ਜਿੰਨੇ ਇੱਕ ਲੜਕੇ ਨੂੰ ਆ, ਜਿੰਨੇ ਇੱਕ ਬੇਟੇ ਨੂੰ ਉਨੀ ਬੇਟੀ ਨੂੰ ਆ। ਪਰੰਤੂ ਉਹਦੇ ਵਾਸਤੇ ਕੁਝ ਕੰਡੀਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਲੜਕੇ ਨੇ ਵੀ ਫੋਲੋ ਕਰਨਾ ਅਤੇ ਲੜਕੀਆਂ ਨੇ ਵੀ ਫੋਲੋ ਕਰਨਾ ਹੈ। ਜੇ ਬਰਾਬਰ ਵਾਲਾ ਅਧਿਕਾਰ ਕਿਸੇ ਧਰਮ ਦੇ ਵਿੱਚ ਹੈਗਾ ਤਾਂ ਮੈਂ ਬੇਟੀਆਂ ਨੂੰ ਬੇਨਤੀ ਕਰਾਂਗਾ ਉਹ ਮਾਣ ਕਰਨਾ ਚਾਹੀਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚ, ਹੋਰ ਕਿਤੇ ਕਿਸੇ ਸੱਭਿਆਚਾਰ 'ਚ ਨਹੀਂ ਇਹ ਪਾਰਟ ਹੈਗਾ। ਇਹ ਸਿਰਫ ਜਿਹੜਾ ਔਰਤ ਨੂੰ ਹਿੰਦੂ ਮੰਦਰਾਂ ਦੇ ਵਿੱਚ ਬਰਾਬਰਤਾ ਦਾ ਅਧਿਕਾਰ ਨਹੀਂ ਆ, ਮੁਸਲਮਾਨ ਧਰਮ ਦੇ ਵਿੱਚ ਮੱਕੇ ਵਿੱਚ ਉਹਨੂੰ ਜਾ ਕੇ ਕੋਈ ਧਾਰਮਿਕ ਰਸਮਾਂ ਕਰਨ ਦਾ ਬਰਾਬਰਤਾ ਦਾ ਅਧਿਕਾਰ ਅੱਜ ਤੱਕ ਵੀ ਨਹੀਂ ਹੈਗਾ। ਜੇ ਹੈਗਾ ਤਾਂ ਉਹ ਪਹਿਲੇ ਧਾਰਮਿਕ ਰਹਿਬਰ ਸਨ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਸੋ ਤੋਂ ਮੰਦਾ ਆਖੀ ਹੈ ਜਿੱਤ ਜੰਮੇ ਰਜਾਣ, ਪਰੰਤੂ ਅੱਜ ਮਾਫ਼ ਕਰਨਾ। ਪਹਿਲਾਂ ਤੁਹਾਡੇ ਮਾਲਵੇ ਦਾ ਇਹ ਚੀਜ਼ ਮੰਨਿਆ ਜਾਂਦਾ ਸੀ ਵੀ ਲੜਕਿਆਂ ਦੇ ਸੌਦੇ ਹੁੰਦੇ ਆ, ਹੁਣ ਵਾਝਾ ਵੀ ਪਿੱਛੇ ਨਹੀਂ ਹੈਗਾ। ਸਾਡੇ ਵੀ ਇਹੋ ਕੁਝ ਹੋ ਗਿਆ, ਤੁਹਾਡੇ ਜਿੱਥੇ ਪੈਸੇ ਟੁੱਕ ਲੈਂਦੇ ਆ ਨਾ ਤਾਂ ਸਾਡੇ ਵੈਸੇ ਹੀ ਦਾਜ ਦੇ ਜਿਹੜੇ ਵੱਡੇ ਮੂੰਹ ਖੁੱਲ੍ਹੇ ਹੋਏ ਆ। ਜੇ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਂਦਾ, ਲੜਕੀ ਨੂੰ ਬਰਾਬਰ ਸਮਝਿਆ ਜਾਂਦਾ, ਫਿਰ ਲੜਕੀ ਦੇ ਨਾਲ ਦਾਜ ਨਾ ਜਾਂਦਾ। ਮੈਂ ਤਾਂ ਬੇਨਤੀ ਕਰਦਾ ਹੁੰਦਾ ਦਾਜ ਮੰਗਣ ਵਾਲਿਆਂ ਨੂੰ, ਜਾਂ ਜਿਹੜੇ ਦਾਜ ਦੇ ਲੋਭੀ ਲਾਲਚੀ ਨੇ, ਜਿਹੜੇ ਧੀ ਦੇ ਨਾਲ ਦਾਜ ਦੀ ਆਸ ਰੱਖਦੇ ਨੇ ਵੀ ਦਾਜ, ਇੱਕ ਤਾਂ ਲੜਕੀ ਗਈ, ਲੜਕੀ ਨੇ ਸਾਰਾ ਉਮਰ ਵੇਖੋ ਜਿਹੜੇ 20-22 ਸਾਲ ਲੜਕੀ ਦੀ ਪਰਵਰਿਸ਼ ਕਿੱਥੇ ਹੁੰਦੀ ਆ, ਪਾਲਣ ਪੋਸ਼ਣ ਕਿੱਥੇ ਹੁੰਦਾ ਹੈ, ਆਪਣੇ ਪੇਰੈਂਟਸ ਦੇ ਘਰੇ। ਫਿਰ ਲੜਕੀ ਉਹੀ ਜਦੋਂ ਆਪਣੇ ਸਹੁਰੇ ਦੇ ਘਰ ਜਾਂਦੀ ਹੈ ਤਾਂ ਉਹਦੇ ਨਾਲ ਉਹਦੇ ਜੇਬ ਨੂੰ ਸੈਫਟ ਤਾਂ ਕੀਤਾ ਜਾਂਦਾ ਹੈ ਸਾਡੇ ਸਮਾਜ ਵੱਲੋਂ, ਜੇ ਉਹ ਨਾਲ ਕੁਛ ਲੈ ਕੇ ਆਉਂਦੀ ਹੈ, ਅਤੇ ਜੇ ਨਹੀਂ ਲੈ ਕੇ ਆਉਂਦੀ ਤਾਂ ਉਹਨੂੰ ਸੈਫਟ ਨਹੀਂ ਕੀਤਾ ਜਾਂਦਾ, ਫਿਰ ਉਹਨੂੰ ਤਾਨੇ ਮਿਹਣੇ ਦੇਣੇ ਸ਼ੁਰੂ ਕਰ ਦਿੰਦੇ ਆ। ਇਹ ਬਰਾਬਰਤਾ ਦਾ ਅਧਿਕਾਰ ਨਹੀਂ ਅਸੀਂ ਕਹਿ ਸਕਦੇ। ਜਦੋਂ ਅਸੀਂ ਸੌਦੇ ਕਰਦੇ ਹਾਂ ਨਾ, ਮੈਂ ਬੇਨਤੀ ਕਰਾਂ ਤੁਸੀਂ ਇਹ ਕੈਂਪ ਲਗਾ ਰਹੇ ਜੇ ਆਪਣੀਆਂ ਜ਼ਮੀਰਾਂ ਨੂੰ ਜਗਾ ਕੇ ਜਾਣਾ। ਜਦੋਂ ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਰਹਿਮਤ ਕਰੇ, ਖੁਸ਼ੀਆਂ ਦੇਵੇ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਜੀਵਨ ਨੂੰ ਅੱਗੇ ਸਤਿਗੁਰੂ ਜੀ ਤੋਰੇ, ਜਦੋਂ ਤੁਸੀਂ ਗ੍ਰਸਥ ਵਿੱਚ ਪ੍ਰਵੇਸ਼ ਕਰਨਾ ਹੈ, ਉੱਥੇ ਅਸੀਂ ਦ੍ਰਿੜਤਾ ਵਿਖਾਈਏ ਆਪਣੇ ਪੇਰੈਂਟਸ ਨੂੰ। ਲੜਕੀ ਇਹ ਗੱਲ ਕਹਿ ਦੇਵੇ ਕਿ ਮੈਂ ਉੱਥੇ ਦਾਜ ਦੇ ਲੋਭੀਆਂ ਦੇ ਪਿਤਾ ਜੀ, ਤੁਹਾਡੀ ਮਰਜ਼ੀ, ਕਿਉਂਕਿ ਇਹ ਅਧਿਕਾਰ ਆਪਣੇ ਮਾਂ ਪਿਓ ਨੂੰ ਅਸੀਂ ਦੇਣੇ ਹਾਂ, ਸਾਡੇ ਆਪਣੇ ਅਧਿਕਾਰ ਨਹੀਂ ਹੈਗੇ, ਇਹ ਸੱਭਿਆਚਾਰ ਸਾਡਾ ਨਹੀਂ। ਮੈਂ ਅਗਲੇ ਟੌਪਿਕ 'ਤੇ ਜਾ ਕੇ ਇਸ ਚੀਜ਼ ਦੇ ਨਾਲ ਤੁਹਾਡੇ ਨਾਲ ਵਿਸਥਾਰ ਵਿੱਚ ਗੱਲ ਕਰਾਂਗਾ। ਇਹ ਅਧਿਕਾਰ ਤਾਂ ਅਸੀਂ ਮਾਤਾ ਪਿਤਾ ਨੂੰ ਦੇਣੇ ਹਾਂ, ਪਰੰਤੂ ਲਿੰਗ ਭੇਦ ਸਾਡੇ ਵਿੱਚ ਕੋਈ ਨਹੀਂ ਆ। ਅਸੀਂ ਲੜਕੀ ਨੂੰ ਨੀਵਾਂ ਨਹੀਂ ਵਿਖਾਉਣੇ, ਅਸੀਂ ਦਾਜ ਕਿਉਂ ਲੈਂਦੇ ਹਾਂ? ਜਦੋਂ ਇੱਕ ਹੋਰ ਮੈਂ ਬੇਨਤੀ ਕਰਾਂ, ਜਦੋਂ ਕਿਸੇ ਦਾ ਕੋਈ ਸਮਾਨ ਨਾ ਨਾ ਵਿਕੇ, ਅਸੀਂ ਔਰਤ ਨੂੰ ਇੰਨਾ ਨੀਵਾਂ ਵਿਖਾ ਰਹੇ, ਜਦੋਂ ਕਿਸੇ ਦੁਕਾਨਦਾਰ ਦਾ ਸਮਾਨ ਨਾ ਨਾ ਵਿਕੇ, ਉਹ ਔਫਰ ਦੇ ਦਿੰਦਾ ਕੋਈ ਨਾ ਕੋਈ। ਮੈਨੂੰ ਪਤਾ ਲੱਗਣਾ ਵੀ ਜਿਸ ਦਿਨ ਮੇਰੀ ਭੈਣ 'ਤੇ ਜਾਂ ਮੇਰੀ ਧੀ 'ਤੇ ਸਮਾਂ ਆ, ਤਾਂ ਉਦੋਂ ਕੀ ਬਣੇਗਾ? ਇਹ ਗੱਲ ਉਹਦੇ 'ਤੇ ਵੀ ਲਾਗੂ ਹੁੰਦੀ ਆ। ਅਸੀਂ ਕੀ ਕਰਦੇ ਹਾਂ ਵੀ ਉਹਦੇ ਨਾਲ ਉਹਨੂੰ ਸੈਟ ਨਾ ਕੀਤਾ ਜਾਣਾ। ਅਸਲ 'ਚ ਹੋਣਾ ਪਤਾ ਕਿੱਦਾਂ ਚਾਹੀਦਾ ਸੀ? ਹੋਣਾ ਚਾਹੀਦਾ ਸੀ ਵੀ ਲੜਕੇ ਵਾਲੇ ਇੱਕ ਟੀ ਵੀ ਦੇ ਦਿੰਦੇ,
ਕਿਹਨੂੰ ਦਿੰਦੇ? ਲੜਕੀ ਵਾਲਿਆਂ ਨੂੰ। ਉਹ ਕਹਿੰਦੇ ਵੀ ਆਹ ਲਓ ਭਾਈਆ ਜੀ, ਤੁਹਾਨੂੰ ਐਲ ਸੀ ਡੀ ਦਿੱਤੀ, ਐਲ ਈ ਡੀ ਦਿੱਤੀ, ਹੁਣ ਤਾਂ ਐਲ ਈ ਡੀ ਆ ਗਈ ਹੈ ਨਾ ਜੀ, ਐਲ ਈ ਡੀ ਦਿੱਤੀ ਅਸੀਂ, ਲੜਕੀ ਤੁਹਾਡੀ ਅੱਗੇ ਤੁਹਾਡੇ ਨਾਲ ਦੁੱਖ ਸੁੱਖ ਵੰਡਾਉਂਦੀ ਰਹਿੰਦੀ ਸੀ, ਉਹਨੇ ਚੱਲ ਜਾਣਾ ਸਾਡੇ ਘਰੇ, ਤੁਸੀਂ ਹੁਣ ਟੀ ਵੀ ਵੇਖਿਆ ਕਰੋ, ਕਥਾ ਕਹਾਣੀ ਕਥਾ ਗੁਰਬਾਣੀ ਜਿਹੜੀ ਸਰਵਣ ਕਰਿਆ ਕਰੋ। ਅਸਲ 'ਚ ਇਹ ਚਾਹੀਦਾ ਸੀ ਨਾ, ਇੱਕ ਵਾਸ਼ਿੰਗ ਮਸ਼ੀਨ ਵੀ ਦੇ ਜਾਂਦੇ ਲੜਕੀ ਦੀ ਮੰਮੀ ਨੂੰ ਵੀ ਆਹ ਵਾ ਭੈਣ ਜੀ, ਅੱਗੇ ਤੁਹਾਡੀ ਕੁੜੀ ਕੱਪੜੇ ਧੋ ਦਿੰਦੀ ਸੀ, ਹੁਣ ਤੁਸੀਂ ਵਾਸ਼ਿੰਗ ਮਸ਼ੀਨ ਰੱਖ ਲਓ, ਹੁਣ ਕੱਪੜੇ ਇਹਦੇ ਨਾਲ ਧੋ ਲਿਆ ਕਰੋ। ਪ੍ਰੰਤੂ ਹੋਇਆ ਕੀ ਆ, ਇਹ ਸਾਰਾ ਕੁਝ ਉਲਟ ਹੋਇਆ ਹੈ, ਇਹ ਸਾਰਾ ਕੁਝ ਲੜਕੀ ਨੂੰ ਲੈ ਕੇ ਜਾਣਾ ਪੈਂਦਾ ਹੈ। ਇਹਦੇ ਤੋਂ ਸਾਨੂੰ ਕੀ ਪ੍ਰੂਵ ਹੁੰਦਾ ਹੈ ਕਿ ਅਸੀਂ ਸਾਡੇ ਵਿੱਚ ਅੱਜ ਵੀ ਲੇਟ ਭੇਦ ਹੈਗਾ ਹੈ। ਤਾਂ ਕਰਕੇ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਨਾ, ਸੋ ਕੋ ਮੰਦਾ ਆਖੀਏ ਜਿੱਤ ਦੇ ਜਾਣ, ਉਹ ਸੱਭਿਆਚਾਰ ਅਸੀਂ ਭੁੱਲ ਗਏ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ, ਵਿਰੋਧ ਨਹੀਂ ਕੀਤਾ, ਬੰਦ ਕੀਤਾ। ਔਰਤ ਨੂੰ ਆਪਣੇ ਪਤੀ ਦੀ ਮੌਤ ਜਦੋਂ ਹੋ ਜਾਂਦੀ ਸੀ, ਉਹਨੂੰ ਆਪਣੀ ਉਹਦੀ ਚਿਖਾ ਵਿੱਚ ਸੜਨਾ ਪੈਂਦਾ ਸੀ, ਅਤੇ ਸਤਿਗੁਰੂ ਜੀ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ। ਜਿਹੜੀ ਪਰਦੇ ਦੀ ਰਸਮ ਸੀ ਨਾ ਘੁੰਡ ਕੱਢਣ ਵਾਲਾ, ਉਹ ਵੀ ਜਿਹੜਾ ਸੀ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸੀ ਉਹ ਬੰਦ ਕੀਤਾ। ਸਾਡੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਵੱਡੇ ਵੀਰ ਵੀਰ ਪ੍ਰਤਾਪ ਸਿੰਘ ਜੀ, ਸਾਡੇ ਫਾਊਂਡਰ ਵੀਰ ਵੀਰ ਜੇ ਪੀ ਸਿੰਘ ਜੀ, ਵੀਰ ਜਤਿੰਦਰਪਾਲ ਸਿੰਘ ਜੀ ਸਾਡੇ ਵਿੱਚ ਪਹੁੰਚੇ ਨੇ। ਉਹਨਾਂ ਨੂੰ ਇੱਥੇ ਆਉਣ 'ਤੇ ਬਹੁਤ ਬਹੁਤ ਜੀਰੋ ਆਇਆ ਜੀ, ਜੋ ਬੱਚਿਆਂ ਨੂੰ ਪਿਆਰ ਦੇਣ ਵਾਸਤੇ ਪਹੁੰਚੇ ਨੇ। ਗੁਰੂ ਸਾਹਿਬ ਦੀ ਕਿਰਪਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਜੀਵਾ ਹੈ ਵੀਰ ਜੀ ਉਹਨਾਂ ਨੂੰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਤੀ ਪ੍ਰਥਾ ਦਾ, ਮੈਂ ਬੇਨਤੀ ਕਰਾਂ ਬੇਟਿਓ ਬੱਚੇ ਪਲੀਜ਼, ਗੁਰੂ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ। ਔਰ ਇੱਥੋਂ ਤੱਕ ਕਿ ਜਿਹੜਾ ਪਰਦੇ ਵਾਲਾ ਉਸ ਸਮੇਂ ਘੁੰਡ ਕੱਢਣ ਦਾ ਰਾਜ ਸੀ ਔਰਤ ਵਾਸਤੇ, ਸਤਿਗੁਰੂ ਜੀ ਨੇ ਉਹ ਵੀ ਜਿਹੜਾ ਸੀ ਉਸ ਚੀਜ਼ ਨੂੰ ਖਤਮ ਕੀਤਾ। ਮੈਂ ਇੱਕ ਬੇਨਤੀ ਕਰਾਂ, ਜਦੋਂ ਗੁਰੂ ਸਾਹਿਬ ਜੀ ਨੇ ਇਹ ਕੀਤਾ ਹੋਵੇਗਾ, ਉਦੋਂ ਸੋਨੀਆਂ ਦੀਆਂ ਗੱਲਾਂ ਬਹੁਤ ਪਈਆਂ ਹੋਣਗੀਆਂ, ਹੈ ਨਾ ਜੀ। ਸਮਾਜ ਕਹਿੰਦਾ ਹੋਣਾ ਨਾ ਕਿ ਬਾਬੇ ਬੀਬੀਆਂ ਦਾ ਘਰੇ ਮੂੰਹ ਵੇਖਣਾ ਚਾਹੁੰਦੇ ਆ, ਪਰਦਾ ਤਾਂ ਹੈ ਨਾ, ਕਿਉਂਕਿ ਉਹਨੂੰ ਪਰਦਾ ਤਾਂ ਕਰਵਾਇਆ ਜਾਂਦਾ ਸੀ ਕਿ ਉਹਨੂੰ ਨੀਵੇਂ ਦਰਜੇ 'ਤੇ ਵਿਖਾਇਆ ਜਾਂਦਾ ਸੀ। ਸਤਿਗੁਰੂ ਜੀ ਨੇ ਉਹ ਚੀਜ਼ ਦਾ ਜਿਹੜਾ ਖੰਡਨ ਕੀਤਾ, ਜਦੋਂ ਸਤਿਗੁਰੂ ਜੀ ਨੇ ਪ੍ਰਚਾਰ ਵਾਸਤੇ ਜਿੱਥੇ ਪੀੜ੍ਹੇ ਤਾਪੇ, ਮੰਜੀਆਂ ਤਾਪੀਆਂ, ਅਤੇ ਬਰਾਬਰ ਦਾ ਅਧਿਕਾਰ ਜਿਹੜਾ ਸੀ ਉਹ ਔਰਤ ਨੂੰ ਦਿੱਤਾ ਪ੍ਰਚਾਰਕਾਂ ਦੇ ਵਿੱਚ, ਮੱਥੋ ਮਰਾਰੀ ਜਿਹੜੇ ਅਸੀਂ ਉਹਨਾਂ ਨੂੰ ਸੁਣਦੇ, ਉਹਨਾਂ ਦਾ ਇਤਿਹਾਸ ਵਿੱਚ ਨਾਂ ਸਰਵਣ ਕਰਦੇ ਹਾਂ, ਉਹ ਵੀ ਇੱਕ ਬਹੁਤ ਵੱਡੀ ਮਿਸਾਲ ਹੈ ਸਾਡੇ ਸਾਹਮਣੇ। ਹੁਣ ਔਰਤਾਂ ਜਦੋਂ ਸਤਿਗੁਰੂ ਜੀ ਨੇ ਬਰਾਬਰ ਲਿਆ ਕੇ ਖੜਾ ਕੀਤਾ ਨਾ, ਵੀ ਸਾਡੀਆਂ ਫਿਰ ਸਤਿਕਾਰਯੋਗ ਮਾਤਾਵਾਂ ਜਿਹੜੀਆਂ ਸੀ ਨਾ, ਉਹ ਵੀ ਪਿੱਛੇ ਨਹੀਂ ਰਹੀਆਂ। ਉਹਨਾਂ ਨੇ ਕਿਹਾ ਵੀ ਸਤਿਗੁਰੂ ਜੀ ਜੇ ਤੁਸੀਂ ਸਾਨੂੰ ਬਰਾਬਰ ਸਮਝਦੇ ਹੈ ਨਾ, ਫਿਰ ਮਾਂ ਭਾਗੋ ਵਰਗੀਆਂ ਨੇ ਫਿਰ ਇਹੋ ਜਿਹੀ ਦਲੇਰੀ ਵਿਖਾਈ ਵੀ ਜਿਹੜੇ ਲੋਕ, ਜਿਹੜੇ ਸਿੱਖ ਜਿਹੜੇ ਸਨ, ਬੇਵੁੱਕ ਹੋ ਕੇ ਹਾਲਾਤਾਂ ਤੋਂ ਮੁਣਕਰ ਹੋ ਕੇ ਜਿਹੜੇ ਵਾਪਸ ਮੁੜ ਆਏ ਸਨ, ਮਾਤਾ ਭਾਗੋ ਜੀ ਨੇ ਉਸ ਸਮੇਂ ਵੰਗਾਰ ਪਾ ਕੇ ਅਤੇ ਉਹਨਾਂ ਨੂੰ ਵੀ ਜਿਹੜੇ ਸੀ ਬਦਾਵਾ ਪਾਉਣ ਵਾਲਾ ਜਿਹੜਾ ਕੰਮ ਸੀ ਉਹ ਵੀ ਮਾਤਾ ਭਾਗ ਕੌਰ ਦੇ ਹੱਥੋਂ ਆਇਆ। ਮਹਾਰਾਣੀ ਸਦਾ ਕੌਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ, ਮਹਾਰਾਣੀ ਸਦਾ ਕੌਰ ਨੇ ਵੀ ਜਿਹੜਾ ਸੀ, ਸਦਾ ਕੌਰ ਦਾ ਬਹੁਤ ਵੱਡਾ ਸਿੱਖ ਰਾਜ ਸਥਾਪਿਤ ਕਰਨ ਦੇ ਵਿੱਚ ਜਿਹੜਾ ਸੀ ਉਹ ਰੋਲ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਔਰਤਾਂ ਸੀ, ਜਿਹੜਾ ਔਰਤ ਨੂੰ ਇੱਜ਼ਤ ਦੇਣ ਵਾਲਾ ਜਿਹੜਾ ਕੰਮ ਸੀ ਸਾਡੇ 18ਵੀਂ ਸਦੀ ਦੇ ਇਤਿਹਾਸ ਵਿੱਚ ਆਉਂਦਾ ਹੈ। ਜਦੋਂ ਇੱਥੇ ਮੁਗਲ ਆਉਂਦੇ ਸਨ, ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸਨ, ਸਾਡੇ ਪੁਰਾਤਨ ਸਿੱਖਾਂ ਨੇ ਜਿਹੜਾ ਸੀ ਉਸ ਚੀਜ਼ ਦਾ ਮੂੰਹ ਤੋੜਵਾ ਜਵਾਬ ਦਿੱਤਾ, ਔਰਤਾਂ ਨੂੰ ਛਡਵਾਉਣਾ ਅਤੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਉਣਾ। ਇਹ ਤਸਵੀਰਾਂ ਜਿਹੜੀਆਂ ਅੱਜ ਦੀਆਂ ਵਾ, ਇੱਕ ਲੜਕੀ ਬੱਸ ਵਿੱਚ ਚੜ੍ਹਦੀ ਆ,
ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ ਕਿ ਅਸੀਂ ਜ਼ਰੂਰ ਇਸ ਵਿਸ਼ੇ 'ਤੇ ਧਿਆਨ ਦੇਈਏ। ਉਹਨੂੰ ਗਲਤ ਤੱਕਣ ਵਾਲੀਆਂ ਨਜ਼ਰਾਂ ਕਿੰਨੀਆਂ ਹੁੰਦੀਆਂ, ਉਹਨੂੰ ਬਿਹਾਰ ਤੋਂ ਆ ਕੇ ਤੱਕਣ ਵਾਲੇ ਭਈਏ ਨਹੀਂ ਹੁੰਦੇ, ਮਹਾਰਾਸ਼ਟਰ ਤੋਂ ਨਹੀਂ ਆਏ ਹੁੰਦੇ, ਸਾਡੇ ਹੁੰਦੇ ਆ। ਕੋਈ ਇਸ ਮੋੜ ਤੋਂ ਨਹੀਂ ਚੜਿਆ ਹੁੰਦਾ, ਅਗਲੇ ਮੋੜ ਤੋਂ ਚੜਿਆ ਹੁੰਦਾ। ਅਸੀਂ ਜੇ ਸਮਝਦੇ ਹਾਂ ਕਿ ਔਰਤ ਬਰਾਬਰ ਹੈ, ਤਾਂ ਅਸੀਂ ਇਹ ਚੀਜ਼ ਜ਼ਰੂਰ ਧਿਆਨ ਵਿੱਚ ਰੱਖੀਏ ਕਿ ਕੀ ਅਸੀਂ ਉਸ ਫਰਕ ਦੀ ਪਾਲਣਾ ਕਰਦੇ ਹਾਂ। ਦਾਜ ਲੈਣਾ ਬੰਦ ਕਰ ਦਿਓ, ਕਿਤੇ ਦੇਣਾ ਆਪੇ ਬੰਦ ਹੋ ਜਾਵੇਗਾ। ਇਹ ਬੜੀਆਂ ਇਹੋ ਜਿਹੀਆਂ ਹੈਗੀਆਂ ਸਾਡੇ ਸਾਹਮਣੇ ਸਲਾਈਡਸ, ਮੈਂ ਸਮੇਂ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ। ਮਾਦਾ ਭਰੂਣ ਹੱਤਿਆ ਜਿਹੜੀ ਅੱਜ ਸਾਡੀਆਂ ਧੀਆਂ ਦਾ ਕੁੱਖਾਂ ਵਿੱਚ ਕਤਲ ਹੋ ਰਿਹਾ, ਉਹਦਾ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਅਸੀਂ ਔਰਤ ਨੂੰ ਬਰਾਬਰਤਾ ਦਾ ਜਿਹੜਾ ਹੱਕ ਨਹੀਂ ਦਿੱਤਾ, ਜਿਹੜਾ ਸਾਡੇ ਸੱਭਿਆਚਾਰ ਦਾ ਮੇਨ ਪਾਠ ਸੀ। ਅੱਜ ਧੀ ਦਾ ਜਿਹੜਾ ਚੈੱਕਅਪ ਕਰਾ ਕੇ ਸਾਡੇ ਪਾਪ ਦੀਆਂ ਨਿਸ਼ਾਨੀਆਂ ਨੇ, ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਸਾਨੂੰ ਇਹ ਦਰਸਾ ਰਹੀਆਂ, ਅਸੀਂ ਧੀਆਂ ਨੂੰ ਕੁੱਖਾਂ ਵਿੱਚ ਖਤਮ ਕਰ ਰਹੇ ਹਾਂ। ਇੱਕ ਧਿਆਨ ਦੇਣ ਯੋਗ ਬਹੁਤ ਗੱਲ ਹੈ, ਜਿਹੜੀ ਲੜਕੀਆਂ ਦੀ ਰੇਟ ਘੱਟ ਰਹੀ ਹੈ, ਲੜਕਿਆਂ ਦੇ ਮੁਕਾਬਲੇ ਜਿਹੜਾ ਬਰਥ ਰੇਟ ਘੱਟ ਰਿਹਾ ਹੈ, ਉਹ ਸਾਡੇ ਵਾਸਤੇ ਇੱਕ ਚਿੰਤਾਜਨਕ ਵਿਸ਼ਾ ਹੈ। ਸੋ ਧਿਆਨ ਦੇਣ ਦੀ ਬਹੁਤ ਜ਼ਿਆਦਾ ਸਾਨੂੰ ਇਸ ਵੱਲ ਵੀ ਜ਼ਰੂਰਤ ਹੈ। ਅੱਜ ਲੜਕੀ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀ। ਅਗਲਾ ਜੀ ਪਹਿਰਾਵਾ, ਸਿੱਖ ਦਾ ਪਹਿਰਾਵਾ ਦਸਤਾਰ ਅਤੇ ਕਛਹਿਰੇ ਤੋਂ ਛੁੱਟ ਕੋਈ ਵੀ ਪਹਿਰਾਵਾ ਹੋ ਸਕਦਾ, ਪਰੰਤੂ ਉਹ ਸਭਿਅਕ ਹੋਵੇ, ਉਹਦੇ ਵਿੱਚੋਂ ਸਾਡਾ ਨਿਗੇਜ ਨਾ ਝਲਕਦਾ ਹੋਵੇ। ਮੇਰੀਆਂ ਧੀਆਂ ਵਰਗੀਆਂ ਜੇ, ਮੈਂ ਹੱਥ ਜੋੜ ਕੇ ਮਾਫ਼ੀ ਮੰਗ ਕੇ ਬੇਨਤੀ ਕਰਨੀ ਚਾਹੁੰਦਾ, ਬੇਟੇ ਇੱਦਾਂ ਦਾ ਪਹਿਰਾਵਾ ਅਸੀਂ ਕਦੀ ਨਾ ਪਾਈਏ, ਜਿਹਦੇ ਨਾਲ ਜਿਹੜਾ ਪਹਿਰਾਵਾ ਪਹਿਨਣ ਦੇ ਨਾਲ ਕਿਸੇ ਦੀ ਮੈਲੀ ਨਜ਼ਰ ਸਾਡੇ ਸਰੀਰ ਦੇ ਉੱਪਰ ਪਵੇ। ਤੁਸੀਂ ਕਾਲਜਾਂ ਵਿੱਚ ਪੜ੍ਹ ਰਹੇ ਜੇ, ਅਸੀਂ ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਮਾਡਰਨ ਪਤਾ ਕਦੋਂ ਕਹਿੰਦੇ ਹਾਂ, ਘੱਟ ਕੱਪੜੇ ਪਾ ਲੈਣ ਨੂੰ ਮਾਡਰਨ ਕਹਿੰਦੇ ਹਾਂ। ਘੱਟ ਕੱਪੜੇ ਪਾ ਲੈਣਾ ਮਾਡਰਨ ਨਹੀਂ ਆ, ਜਦੋਂ ਅਸੀਂ ਪੂਰਾ ਪਹਿਰਾਵਾ ਪਾਇਆ ਹੋਵੇ ਅਤੇ ਸਾਡੀ ਦਿੱਖ ਜਿਹੜੀ ਆ ਉਹ ਪਰਸਨੈਲਿਟੀ ਬਣਦੀ ਆ। ਅਤੇ ਮੈਂ ਵੀਰਾਂ ਨੂੰ ਬੇਨਤੀ ਕਰਾਂ ਜਿਨ੍ਹਾਂ ਦੇ ਨਾਮ ਨਾਲ ਸਿੱਖ ਲੱਗਦਾ ਹੈ, ਦਸਤਾਰ ਸਾਨੂੰ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ। ਮੈਂ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ ਹੈ, ਬੜਾ ਸੌਖਾ ਹੈ ਕਹਿ ਲੈਣਾ ਅਤੇ ਸੁਣ ਲੈਣਾ, ਪ੍ਰੰਤੂ ਕਿਤੇ ਯਾਦ ਕਰਿਆ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਚਾਰ ਪੁੱਤ ਵਾਰੇ ਸਾਡੀ ਕਾਤਰ, ਅਤੇ ਪੁੱਤਾਂ ਦੀਆਂ ਲਾਸ਼ਾਂ ਦੇ ਕੋਲੋਂ ਛਾਲਾਂ ਮਾਰ ਕੇ ਲੰਘ ਗਏ, ਪਰਵਾਹ ਨਹੀਂ ਕੀਤੀ। ਪਤਾ ਕਿਉਂ ਨਹੀਂ ਕੀਤੀ? ਜਦੋਂ ਪੁੱਛਿਆ ਸੀ ਮਾਤਾਵਾਂ ਨੇ ਆ ਕੇ, ਤਾਂ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਬੂਏ ਤੋਂ ਕਿਆ ਪਿਆ, ਜੀਵਤ ਕਈ ਹਜ਼ਾਰ ਉਂਗਲ ਆਪਣੇ ਵੱਲ ਕੀਤੀ ਸੀ। ਕੋਈ ਸਮਾਂ ਆਇਆ ਸਾਡੇ ਸਿਰਾਂ ਦੇ ਮੁੱਲ ਪੈਂਦੇ ਸਨ, ਦਸਤਾਰ ਵਾਲੇ ਦੇ ਸਿਰ ਦਾ ਮੁੱਲ ਪੈਂਦਾ ਸੀ, ਵਧੀਕ ਮੁੱਲ ਪੈਂਦਾ ਸੀ। ਉਸ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਬੜੇ ਵੱਡੇ ਮੁੱਲ ਸਨ, 80-80 ਰੁਪਈਏ ਮੁੱਲ ਪੈ ਜਾਣਾ। ਸਿੱਖਾਂ ਨੇ ਪਰਵਾਹ ਨਹੀਂ ਕੀਤੀ। ਅੱਜ ਸਾਡੇ ਉੱਪਰ ਕੋਈ ਤਲਵਾਰ ਦਾ ਜ਼ੋਰ ਨਹੀਂ ਆ। ਅੱਜ ਅਸੀਂ ਫੈਸ਼ਨ ਪ੍ਰਸਤੀ ਦੇ ਦੌਰ ਦੇ ਵਿੱਚ ਆ ਕੇ ਅਸੀਂ ਆਪਣੇ ਇਸ ਸੱਭਿਆਚਾਰ, ਜਿਹੜਾ ਦਸਤਾਰ ਰੂਪੀ ਸੱਭਿਆਚਾਰ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹਦੇ ਵੱਲੋਂ ਮਨੁੱਖਰ ਹੋ ਰਿਹਾ। ਮੈਂ ਬੇਨਤੀ ਕਰਾਂ, ਦਸਤਾਰ ਇੱਕ ਉਹ ਸਾਨੂੰ ਸਤਿਗੁਰੂ ਜੀ ਨੇ ਪਹਿਚਾਣ ਦਿੱਤੀ ਹੈ। ਤੁਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਖਲੋਤੇ ਹੋ, ਵੀਰੋ ਤੁਹਾਡੀ ਆਈਡੈਂਟੀ ਆ, ਦੱਸਣ ਦੀ ਲੋੜ ਨਹੀਂ ਆ ਕਿ ਇਹ ਸਿੱਖ ਆ, ਇਹ ਕਿੱਥੋਂ ਆਇਆ ਹੈ, ਸਾਡੀ ਪਹਿਚਾਣ ਹੈ, ਸਾਡੀ ਦਸਤਾਰ। ਅਤੇ ਮੈਂ ਧੀਆਂ ਨੂੰ ਵੀ ਬੇਨਤੀ ਕਰਾਂ, ਅਸੀਂ ਆਪਣੇ ਕੇਸਾਂ ਦੀ, ਆਪਣੇ ਰੋਮਾਂ ਦੀ ਬੇਅਦਬੀ ਨਾ ਕਰੀਏ। ਸਾਡੀ ਸੁੰਦਰਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸਾਨੂੰ ਸੱਭਿਆਚਾਰ ਦਿੱਤਾ ਹੈ, ਉਹਦੇ ਵਿੱਚੋਂ ਬਖਸ਼ਿਸ਼ ਕੀਤੀ ਆ। ਦਸਤਾਰ ਵਾਲਾ ਸੱਭਿਆਚਾਰ, ਜਿਹੜੀ ਦਸਤਾਰ ਨਾਲ ਸਾਡੀ ਪਰਸਨੈਲਿਟੀ ਬਣਦੀ ਹੈ ਪਿਆਰਿਓ, ਉਹ ਕਿਸੇ ਹੋਰ ਚੀਜ਼ ਨਾਲ ਸਾਡੀ ਪਰਸਨੈਲਿਟੀ ਜਿਹੜੀ ਨਹੀਂ, ਅੱਗੇ ਨਾਲੋਂ ਬਹੁਤ ਰੁਝਾਨ ਦਾ ਫਰਕ ਪਿਆ ਹੈ। ਬਹੁਤ ਸਾਰੇ ਨੌਜਵਾਨ ਵਾਪਸ ਮੁੜੇ ਆ, ਮੈਨੂੰ ਵੱਧ ਪਿਆਰ ਆ ਜਿਹੜੇ ਵੀਰ ਕੇਸ ਜਿਨ੍ਹਾਂ ਦੇ ਸਿਰਾਂ 'ਤੇ ਨਹੀਂ ਹੈਗੇ, ਜਿਨ੍ਹਾਂ ਨੇ ਕਟਾਏ ਹੋਏ ਆ, ਸ਼ਾਇਦ ਉਹਨਾਂ ਵੀਰਾਂ ਨੂੰ ਅਜੇ ਤੱਕ ਮੈਂ ਸਮਝਦਾ ਵੀ ਇਵੇਂ ਦੇ ਕੈਂਪ ਨਾ ਮਿਲੇ ਹੋਣ, ਕੋਈ ਵੀਰ ਨਾ ਆ ਕੇ ਮਿਲਿਆ ਹੋਵੇ। ਪ੍ਰੰਤੂ ਜਦੋਂ ਸਮਝ ਲੱਗ ਜਾਵੇ ਜੀ, ਉਦੋਂ ਉਸ ਤੋਂ ਬਾਅਦ ਵੀ ਅਸੀਂ ਇਸ ਸੱਭਿਆਚਾਰ ਨੂੰ ਨਾ ਪਹਿਚਾਣ ਪਾਈਏ, ਤਾਂ ਉਹਦੇ ਦੋਸ਼ੀ ਅਸੀਂ ਹੋਵਾਂਗੇ। ਸਾਡਾ ਸੱਭਿਆਚਾਰ ਸੀ, ਖੇਡ ਸੱਭਿਆਚਾਰ ਸੀ,
ਮਾਰ ਖਾੜੇ, ਘੋੜਸਵਾਰੀ, ਨੇਜੇਬਾਜ਼ੀ, ਤੀਰਅੰਦਾਜ਼ੀ, ਗਤਕਾ, ਮੈਂ ਵਿਸਤਾਰ ਵਿੱਚ ਸਮੇਂ ਦੀ ਸੀਮਾ ਵਿੱਚ ਦਰਸਾਇਆ ਨਹੀਂ ਜਾ ਸਕਦਾ। ਸਾਡਾ ਸੱਭਿਆਚਾਰ ਕਿਹੜਾ ਸੀ? ਨਸ਼ੇ ਤੋਂ ਰਹਿਤ ਸੱਭਿਆਚਾਰ ਸੀ, ਪਰੰਤੂ ਅੱਜ ਨਸ਼ੇ ਨੂੰ ਸਾਡੇ ਸਮਾਜ ਨੇ ਜਕੜ ਲਿਆ ਹੈ। ਅਸੀਂ ਦੋਸ਼ ਦੇਈ ਜਾਂਦੇ ਹਾਂ, ਆਹ ਸਰਕਾਰ ਆਈ ਇਹਨੇ ਨਸ਼ਾ ਲਾ ਦਿੱਤਾ, ਦੂਜੀ ਸਰਕਾਰ ਆਈ ਉਹਨੇ ਨਸ਼ਾ ਲਾ ਦਿੱਤਾ। ਸਾਡੀ ਪੋਲੀਟਿਕਸ ਇਸ ਵਿਸ਼ੇ ਦੇ ਉੱਪਰ ਹੋ ਰਹੀ ਆ, ਸਰਕਾਰਾਂ ਇਸ ਮੁੱਦੇ ਨੂੰ ਲੈ ਕੇ ਬਦਲ ਜਾਂਦੀਆਂ ਨੇ, ਪਰੰਤੂ ਮੈਂ ਇੱਕ ਬੇਨਤੀ ਕਰਾਂ, ਕੋਈ ਨਸ਼ਾ ਕਿਸੇ ਨੂੰ ਨਹੀਂ ਲਾ ਸਕਦਾ, ਮੇਰੀ ਨਿੱਜੀ ਰਾਏ ਹੈ। ਕੋਈ ਕਿਸੇ ਨੂੰ ਨਸ਼ਾ ਨਹੀਂ ਲਗਾ ਸਕਦਾ, ਮੇਰਾ ਆਪਣਾ ਮਾਣ ਆ। ਜਦੋਂ ਅਸੀਂ ਨਸ਼ੇ ਦੀ ਜਕੜ ਦੇ ਵਿੱਚ ਆ ਜਾਂਦੇ ਹਾਂ, ਨਸ਼ੇ ਸਾਨੂੰ ਲਾਗਤ ਹੋ ਜਾਂਦੇ ਆ। ਇਹ ਜਿਹੜਾ ਬੜਾ ਵੱਡਾ ਡਾਟਾ ਇਹਨੇ ਨਹੀਂ ਸਾਂਝਾ ਕਰ ਸਕਦਾ, ਇਹ ਬੜੀਆਂ ਇਵੇਂ ਦੀਆਂ ਤਸਵੀਰਾਂ ਰੋਜ਼ ਅਖਬਾਰਾਂ ਵਿੱਚੋਂ ਮਿਲ ਜਾਂਦੀਆਂ ਹੈ। ਨਸ਼ੇ ਦੇ ਜਿਹੜੇ ਤਸਕਰ ਆ ਉਹ ਅੱਜ ਪੰਜਾਬ ਦੇ ਵਿੱਚ ਹੈਵੀ ਹੋ ਰਹੇ ਆ। ਨਸ਼ਾ ਸਾਡੇ ਨੌਜਵਾਨਾਂ ਤੱਕ ਅੱਜ ਪਹੁੰਚ ਰਿਹਾ, ਪ੍ਰੋਵਾਈਡ ਕੀਤਾ ਜਾ ਰਿਹਾ, ਪਰੰਤੂ ਜੇ ਮੈਂ ਦ੍ਰਿੜ ਹੋਵਾਂ, ਮੇਰੀ ਸੋਚ ਪੱਕੀ ਹੋ ਜਾਵੇ, ਤਾਂ ਮੈਂ ਬੇਨਤੀ ਕਰਾਂ ਕੋਈ ਨਸ਼ਾ ਨਹੀਂ ਲਾ ਸਕਦਾ। ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਸ਼ੁਰੂ ਪਤਾ ਕਦੋਂ ਹੁੰਦੀ ਹੈ? ਜਦੋਂ ਆਪਾਂ ਵਿਆਹਾਂ 'ਚ ਪੈਲਸਾਂ 'ਚ ਜਾਂਦੇ ਹਾਂ, ਜਿਹੜਾ ਬੱਚਾ ਅੰਦਰੋਂ ਪੱਕਾ ਹੁੰਦਾ, ਜਿਹਦੇ ਪਰਿਵਾਰ ਵਿੱਚ ਵੀ ਨਸ਼ਾ ਨਹੀਂ ਨਾ ਕੀਤਾ ਜਾਂਦਾ, ਜਦੋਂ ਆਪਣੇ ਦੋਸਤਾਂ ਵਿੱਚ ਬੈਠਦਾ ਹੈ, ਉਵੇਂ ਦੀ ਸੰਗਤ ਵਿੱਚ ਬੈਠਦਾ ਹੈ, ਉਹ ਕਹਿ ਦਿੰਦੇ ਚੱਲ ਪੀਲਾ ਤੂੰ, ਇਹ ਜਮਾਂ ਦਾ ਪਾਣੀ ਆ, ਬੀਅਰ ਤੋਂ ਸ਼ੁਰੂ ਹੋ ਕੇ ਉਹ ਫਿਰ ਨਸ਼ਿਆਂ ਦਾ ਸੇਵਨ ਕਰਨ ਲੱਗ ਪੈਂਦੇ ਆ। ਇਸ ਸਾਨੂੰ ਲਾਹਣ ਤੋਂ ਬਚਣਾ ਚਾਹੀਦਾ ਹੈ। ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਤਿਗੁਰੂ ਜੀ ਜਦੋਂ ਤੋਂ ਸੇਵਾ ਲੈਂਦੇ ਆ, ਹਰ ਐਤਵਾਰ ਮੈਨੂੰ ਇੱਕ ਜੇਲ੍ਹ ਵਿੱਚ ਜਾਣ ਦੀ ਸਮਾਂ ਮਿਲਦਾ ਹੈ। ਕੱਲ੍ਹ ਵੀ ਐਤਵਾਰ ਹੈ, ਸਾਡੇ ਪੱਟੀ ਸਬ ਜੇਲ੍ਹ ਹੈ, ਉਹਦੇ ਵਿੱਚ ਮੈਨੂੰ ਜੇਲ੍ਹ ਸੁਪਰਡੈਂਟ ਨੇ ਇੱਕ ਦਿਨ ਗੱਲ ਦੱਸੀ। ਉਹ ਕਹਿਣ ਲੱਗਾ, ਕੰਪੇਨ ਚੱਲੀ ਸੀ ਨਾ ਪਿੱਛੇ ਜੇ ਨਸ਼ੇ ਵਾਲਿਆਂ ਨੂੰ ਫੜਨ ਵਾਲੀ ਕੰਪੇਨ ਚੱਲੀ ਸੀ, ਬਹੁਤ ਵੱਡੇ ਲੈਵਲ 'ਤੇ ਚੱਲੀ ਸੀ। ਉਹਨੇ ਦੱਸਿਆ, ਕਹਿੰਦਾ ਮੇਰੀ ਜੇਲ੍ਹ ਵਿੱਚ ਇੱਕ ਵੀ ਸੁਪਰਡੈਂਟ ਦੀ ਵਾਰਡਿੰਗ ਸੀ। ਉਹ ਕਹਿਣ ਲੱਗਾ, ਮੇਰੀ ਜੇਲ੍ਹ ਵਿੱਚ ਇੱਕ ਵੀ ਉਹ ਬੰਦਾ ਨਹੀਂ ਆਇਆ ਜਿਹੜਾ ਨਸ਼ੇ ਦਾ ਤਸਕਰ ਹੈ ਜਾਂ ਜਿਹੜਾ ਸਮੈਕ ਦਾ ਵੱਡੇ ਲੈਵਲ 'ਤੇ ਸਪਲਾਈ ਕਰ ਰਿਹਾ। ਮੇਰੀ ਜੇਲ੍ਹ ਵਿੱਚ ਕਹਿੰਦਾ ਜਿਹੜਾ 300-400 ਜਣਾ ਨਵਾਂ ਆਇਆ ਨਾ, ਉਹਨਾਂ ਵਿੱਚੋਂ ਕਹਿੰਦਾ ਵੀ ਜਿਹੜੇ ਸੇਵਨ ਕਰਨ ਵਾਲੇ ਨਾ, 100-100 ਦੀਆਂ ਕੁੜੀਆਂ ਲੈ ਕੇ ਖਾਣ ਵਾਲੇ, ਉਹ ਲੋਕ ਆਏ ਆ। ਕਹਿਣ ਤੋਂ ਮੇਰਾ ਭਾਵ ਕੀ ਆ, ਜਿਹੜੇ ਸਪਲਾਇਰ ਹੈਗੇ ਆ ਵੀਰੋ, ਉਹਨਾਂ ਨੂੰ ਨੱਕ ਨਹੀਂ ਪਈ, ਸਾਨੂੰ ਆਪਣੀ ਸੋਚ ਨੂੰ ਬਦਲਣਾ ਪੈਣਾ। ਜੇ ਅਸੀਂ ਸਮਝਦੇ ਹਾਂ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਇਸ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਦੇ ਵਾਸ ਹਾਂ, ਅਤੇ ਸਾਨੂੰ ਅੱਜ ਸੁਚੇਤ ਹੋਣਾ ਚਾਹੀਦਾ ਪੈਣਾ ਹੈ। ਸਰਕਾਰਾਂ ਦਾ ਮੁੱਦਾ ਮੈਂ ਤੁਹਾਨੂੰ ਦੱਸਿਆ ਹੈ, ਕਹਿੰਦੇ ਪੰਜਾਬ ਵਿੱਚ 11 ਹੋਰ ਫੈਕਟਰੀਆਂ ਲੱਗਣਗੀਆਂ। ਸਾਡੀਆਂ ਸਰਕਾਰਾਂ ਨੇ ਇਹ ਗੱਲ ਕਹਿੰਦੀਆਂ ਵੀ ਐਕਸਾਈਜ਼ ਡਿਊਟੀ ਦੇ ਉੱਤੋਂ ਸਾਡੀਆਂ ਜਿਹੜੀਆਂ ਸਰਕਾਰ ਚੱਲਦੀਆਂ ਹੈ। ਇਹ ਬਹੁਤ ਡਾਟਾ ਹੈ ਜਿਹੜਾ ਸਾਂਝਾ ਕਰਨ 'ਤੇ ਸ਼ਾਇਦ ਮੈਨੂੰ ਤੁਹਾਡੇ ਨਾਲ ਬਾਅਦ ਤੋਂ ਸਮਾਂ ਲੱਗ ਜਾਵੇ। ਨਸ਼ਿਆਂ ਦੇ ਵਾਧੇ ਦੇ ਕਾਰਨ ਥੋੜ੍ਹੇ ਜਿਹੇ ਮੈਂ ਡਿਸਕਸ ਜ਼ਰੂਰ ਕਰਾਂਗਾ। ਪੰਜਾਬ ਲੈਨ ਬਾਰਡਰ 'ਤੇ ਸਥਿਤ ਹੋਣਾ ਵੀ ਇੱਥੇ ਸਪਲਾਈ, ਸਾਡਾ ਜਿਹੜਾ ਅੱਜ ਡਰੱਗ ਟ੍ਰਾਂਜਿਸਟ ਏਰੀਆ ਬਣਿਆ ਪਿਆ ਪੰਜਾਬ, ਸਾਡੇ ਵਿੱਚ ਅਨਪੜ੍ਹਤਾ, ਇਹ ਨਹੀਂ ਵੀ ਪੜ੍ਹੇ ਲਿਖੇ ਨਸ਼ੇ ਨਹੀਂ ਕਰਦੇ, ਕਾਲਜਾਂ ਵਾਲੇ ਜ਼ਿਆਦਾ ਕਰਨ ਲੱਗ ਪਏ ਅੱਜ ਕੱਲ੍ਹ। ਅਨਪੜ੍ਹਤਾ ਸਾਡੀ ਕਾਹਦੇ ਤੋਂ? ਗੁਰੂ ਦੇ ਗਿਆਨ ਤੋਂ ਅਨਪੜ੍ਹਿਆ ਸੀ। ਜੇ ਅਸੀਂ ਉਸ ਗਿਆਨ ਨੂੰ ਗ੍ਰਹਿਣ ਕੀਤਾ ਹੁੰਦਾ ਤਾਂ ਫਿਰ ਸਾਨੂੰ ਪਤਾ ਲੱਗ ਜਾਂਦਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧੇ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ, ਜਿੱਤ ਪੀਤੇ ਮਤ ਦੂਰ ਹੋਏ, ਬਰਨ ਪਰੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜੇ ਮੈਂ ਪੜ੍ਹਿਆ ਹੁੰਦਾ ਕਿਤੇ ਤਾਂ ਮੈਨੂੰ ਪਤਾ ਲੱਗ ਜਾਂਦਾ ਇੱਕ ਬਹੁਤ ਵੱਡਾ ਕਾਰਨ ਬੇਰੁਜ਼ਗਾਰੀ ਵੀ ਆ, ਮਾਤਾ ਪਿਤਾ ਤੋਂ ਦੂਰੀ ਆ, ਆਪਣੇ ਆਪਣੇ ਬੈਡਰੂਮ ਹੈ, ਸਾਡੇ ਮੰਮੀ ਡੈਡੀ ਦਾ ਚੈਨਲ ਹੋ ਰਿਹਾ, ਆਪਣਾ ਹੋ ਰਿਹਾ, ਟੀ ਵੀ ਵੱਖਰੇ ਵੱਖਰੇ ਆ, ਜਿਹਦੇ ਕਰਕੇ ਸਾਡਾ ਵਿੱਚ ਨਸ਼ਿਆਂ ਦਾ ਰੁਝਾਨ ਸਾਡੇ ਵਿੱਚ ਵੱਧਦਾ ਹੈ। ਸ਼ੌਂਕ ਸ਼ੌਂਕ ਵਿੱਚ ਅਤੇ ਜਾਂ ਫਿਲਮਾਂ ਦੱਸ ਰਿਹਾ, ਅਸੀਂ ਉਹਨਾਂ ਵਾਲੇ ਨਕਲ ਕਰ ਲੈਂਦੇ ਹਾਂ। ਮੈਂ ਬੇਨਤੀ ਕਰਾਂ ਉਹਨਾਂ ਵਰਗੇ ਹੇਅਰਸ ਦਾ ਸਟਾਈਲ, ਉਹਨਾਂ ਵਾਂਗੂ ਬੀੜੀਆਂ ਸਿਗਰਟਾਂ ਪੀਣੀਆਂ, ਉਹਨਾਂ ਦੀ ਨਕਲ ਕਰਨੀ, ਜਿਹੜੇ ਕਿਤੇ 6 ਮਹੀਨੇ ਦੀ ਕੈਦ ਵੀ ਹੋ ਜਾਵੇ, ਜੇਲ੍ਹਾਂ ਵਿੱਚ ਜਾਣਾ ਪੈ ਜਾਵੇ, ਅਤੇ ਜਵਾਕਾਂ ਵਾਂਗੂ ਰਹਿੰਦੇ ਆ, ਅਤੇ ਅਸੀਂ ਵਾਰਸ ਕਿਹਨਾਂ ਦੇ ਹਾਂ? ਅਸੀਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੂੰ ਕਿਤੇ ਬੰਦ ਵੀ ਕੱਟਿਆ ਜਾਣ ਲੱਗਦਾ, ਅਤੇ ਜਲਾਦ ਦਾ ਹੱਥ ਫੜ ਕੇ ਕਹਿੰਦੇ ਆ ਤੈਨੂੰ ਹੁਕਮ ਧੋਇਆ ਸੀ ਮੇਰਾ ਬੰਦ ਕੱਟਣ ਦਾ, ਮੇਰਾ ਮਨ ਮੇਰੇ ਕੋਟੇ ਤੋਂ ਸ਼ੁਰੂ ਹੁੰਦਾ ਹੈ।
ਅਸੀਂ ਉਹਨਾਂ ਦੇ ਵਾਸਤੇ ਹਾਂ, ਉਸ ਸੱਭਿਆਚਾਰ ਦੇ ਵਾਸਤੇ ਹਾਂ। ਸੋ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਮੈਂ ਦੇਖੋ ਗੱਲ ਕਹਿੰਦਾ ਕਿ ਜਦੋਂ ਅਸੀਂ ਗੁਰੂ ਸਾਹਿਬ ਦੀ ਮੱਤ ਲੈਣੀ, ਉਦੋਂ ਇਸ ਲਾਹਣ ਤੋਂ ਜਿਹੜਾ ਅਸੀਂ ਬਚ ਸਕਦੇ ਹਾਂ। ਜਦ ਤੱਕ ਅਸੀਂ ਇਸ ਲਾਹਣ ਤੋਂ ਬਚਦੇ ਨਹੀਂ ਹਾਂ, ਸਾਡਾ ਪੰਜਾਬ ਅੱਜ ਬਹੁਤ ਮਾੜੇ ਮੋੜ 'ਤੇ ਖੜ੍ਹਾ ਪਿਆ ਹੈ। ਮੈਂ ਬੱਚਿਆਂ ਨੂੰ ਬੇਨਤੀ ਕਰਾਂ, ਖਾਸ ਕਰਕੇ ਨੌਜਵਾਨ ਵੀਰਾਂ ਨੂੰ, ਕਿ ਜ਼ਰੂਰ ਇਸ ਪਾਸੇ ਧਿਆਨ ਦਿਓ। ਮੈਂ ਕਾਫੀ ਕੁਛ ਕਰ ਰਿਹਾ। ਇਹਦਾ ਟੌਪਿਕ ਹੈ ਮੀਡੀਆ। ਇਹ ਸੱਭਿਆਚਾਰ ਦੇ ਵਿੱਚ ਜਿੰਨਾ ਵਿਗਾੜ ਸਾਡੇ ਵਿੱਚ ਆਇਆ, ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਕੱਲ੍ਹ ਤੋਂ ਤੁਹਾਨੂੰ ਬਹੁਤ ਸਾਰੇ ਟੌਪਿਕ ਜਿਹੜੇ ਇਸ ਵਿਸ਼ੇ 'ਤੇ ਡਿਸਕਸ ਕੀਤੇ ਗਏ ਹੋਣਗੇ। ਜੋ ਕੁਝ ਅਸੀਂ ਮੀਡੀਆ ਵਿੱਚ ਵੇਖਦੇ ਹਾਂ ਉਹਦਾ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ। ਉਹ ਬੱਚੇ ਜੋ ਮੀਡੀਆ ਅਸੀਂ ਬੱਚੇ ਕੀ ਵੇਖਦੇ ਹੁੰਦੇ, ਕਾਰਟੂਨ ਵੇਖੀ ਜਾਂਦੇ ਆ, ਲੜਾਈ ਮਾਰਧਾੜ ਵਾਲੀਆਂ ਫਿਲਮਾਂ ਵੇਖੀ ਜਾਂਦੇ, ਉਹ ਕੁਝ ਕਾਲਜਾਂ ਸਕੂਲਾਂ 'ਚੋਂ ਹੀ ਜਾਂਦਾ ਪਿਆ। ਉਹਨਾਂ ਨੇ ਨਕਲ ਕੀਤੀ ਹੈ, ਪਰੰਤੂ ਅਸੀਂ ਜਿਹੜਾ ਵਾ ਉਹ ਐਕਚੁਅਲ ਵਿੱਚ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਮੁਸੀਬਤਾਂ ਦੇ ਢੇਰ ਵਿੱਚ ਜਿਹੜਾ ਉਸ ਦਲਦਲ ਵਿੱਚ ਫਸਾਈ ਜਾ ਰਹੇ ਹਾਂ। ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਮੀਡੀਆ ਵਿੱਚ ਜੋ ਕੁਝ ਸਾਨੂੰ ਵਿਖਾਇਆ ਜਾ ਰਿਹਾ, ਨੌਜਵਾਨ ਦੇ ਮਨ 'ਤੇ ਉਸ ਚੀਜ਼ ਦਾ ਬਹੁਤਾ ਪ੍ਰਭਾਵ ਪੈ ਰਿਹਾ ਹੈ। ਸਾਡੇ ਅੰਦਰ ਇੰਟਰਨੈਟ ਦੀ ਅੱਜ ਬਹੁਤ ਵੱਡਾ ਯੁੱਗ ਆ, ਪਰੰਤੂ ਮੈਂ ਬੇਨਤੀ ਕਰਾਂ, ਇੰਟਰਨੈਟ ਤੋਂ ਚੰਗਾ ਵੀ ਬਹੁਤ ਕੁਝ ਆ ਰਿਹਾ। ਬਹੁਤ ਕੁਝ ਤੁਸੀਂ ਚੰਗਾ ਵੀ ਗ੍ਰਹਿਣ ਕਰ ਸਕਦੇ ਜੀ, ਪਰੰਤੂ ਜੇ ਅਸੀਂ ਇਸ ਪੱਖ ਤੋਂ ਸੁਚੇਤ ਨਾ ਹੋਏ। ਮੈਂ ਵੀਰਜੀ ਹੋਣੀ ਪਹਿਲਾਂ ਕਹਿ ਰਹੇ ਸਨ ਵੀ ਸਾਰੇ ਜਣੇ ਮੋਬਾਈਲ ਕੋਈ ਚੀਜ਼ ਯੂਜ਼ ਕਰੇਗਾ, ਅਤੇ ਜੇ ਸਾਨੂੰ ਉਹ ਚੀਜ਼ ਦੀ ਖੁੱਲ ਮਿਲ ਜਾਵੇ ਤਾਂ ਮੈਨੂੰ ਲੱਗਦਾ ਵੀ 4 ਘੰਟੇ ਦਾ ਸੈਸ਼ਨ ਦੇ ਦਿੱਤਾ ਜਾਵੇ ਨਾ, ਵੀ ਆਹ ਸੈਸ਼ਨ ਫੇਸਬੁੱਕ ਅਤੇ ਵਟਸਐਪ ਦਾ ਹੈ, ਉਹ ਵੀ ਥੋੜ੍ਹਾ ਲੱਗਣਾ ਸਾਨੂੰ। ਸਹੀ ਗੱਲ ਨਾ ਜੀ, ਉਹ ਵੀ ਥੋੜ੍ਹਾ ਲੱਗਣਾ ਹੈ। ਸੋ ਇਸ ਕਰਕੇ ਅੱਜ ਅਸੀਂ ਇਹਦੀ ਪਕੜ ਵਿੱਚੋਂ ਨਿਕਲ ਨਹੀਂ ਸਕਦੇ, ਪਰੰਤੂ ਇਹਦੀ ਸਹਿਯੋਗ ਜਿਹੜੀ ਆ ਵਰਤੋਂ ਅਸੀਂ ਕਰ ਸਕਦੇ ਹਾਂ। ਪਹਿਰਾਵਾ ਜਿਹੜਾ ਵਿਗੜ ਗਿਆ ਇਹ ਵਾਸਤੇ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਸਾਡੀ ਦਾਦੀ ਮਾਂ ਸੀ, ਉਹਦਾ ਪਹਿਰਾਵਾ ਇੱਦਾਂ ਦਾ ਸੀ, ਮੰਮੀ ਦਾ ਇੱਦਾਂ ਦਾ ਹੋ ਗਿਆ, ਅਤੇ ਹੁਣ ਧੀ ਦਾ ਤਾਂ ਐਵੇਂ ਦੀ ਆਸ ਰੱਖੀ ਜਾ ਸਕਦੀ ਹੈ ਨਾ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਆ। ਸੱਭਿਆਚਾਰ ਦੇ ਵਿੱਚ ਗੰਦਲਾਪਣ ਆ ਗਿਆ। ਸਾਡਾ ਸੱਭਿਆਚਾਰ ਸੀ 31 ਰਾਗਾਂ ਦਾ ਸੱਭਿਆਚਾਰ ਸੀ। ਜਦੋਂ ਸੱਤੇ ਬਲਵੰਡ ਨੇ ਨਾਂਹ ਕਰ ਦਿੱਤੀ ਨਾ, ਸਤਿਗੁਰੂ ਜੀ ਨੇ ਕਿਹਾ ਵੀ ਲਿਆਓ ਸਰੰਦਾ, ਵੀ ਸਰੰਦਾ ਲਿਆਓ ਚੁੱਕ ਕੇ ਕੀਰਤਨ ਕਰੀਏ, ਕਿਉਂਕਿ ਉਦੋਂ ਸਿੱਖ ਜਿਹੜਾ ਬਾਣੀ ਗਾਇਨ ਕਰਦਾ ਸੀ। ਅੱਜ ਸਾਡੇ ਅੰਦਰ ਜਿਹੜਾ ਰਾਗ ਵਾਲਾ ਕਲਚਰ ਹੈ ਸਾਨੂੰ ਭੁੱਲ ਚੁੱਕਾ ਹੈ। ਅਸੀਂ ਨਕਲ ਕਰਦੇ ਇਹਨਾਂ ਦੀਆਂ ਫੋਟੋ ਮੈਂ ਤਾਂ ਕਰਕੇ ਲਾਈ ਆ, ਇਸ ਕਰਕੇ ਨਹੀਂ ਵੀ ਇਹ ਬੜੇ ਮਹਾਨ ਲੋਕ ਹੈ ਤਾਂ ਕਰਕੇ ਫੋਟੋ। ਇਹਨਾਂ ਪੱਗਾਂ ਬੰਨ੍ਹ ਕੇ ਦਸਤਾਰਾਂ ਵਾਲਿਆਂ ਦੇ ਗਾਣੇ ਬੋਲ ਕੇ, ਦਸਤਾਰਾਂ ਵਾਲਿਆਂ ਦਾ ਕਿਰਦਾਰ ਗੰਦਲਾ ਕਰਨ ਵਾਲਿਆਂ ਦੀਆਂ ਅਸਲ ਜਿਹੜੀਆਂ ਐਕਚੁਅਲ ਸ਼ਕਲਾਂ ਹੇਠਾਂ ਵਾਲੀਆਂ ਹੈ। ਜਿਹੜੇ ਕਹਿ ਦਿੰਦੇ ਵੀ ਆ ਕੇ ਪੱਗਾਂ ਪੋਜੀਆਂ ਵਾਲੇ ਵੀ ਭਾਜੋ ਘਰੇ, ਪੱਗਾਂ ਵਾਲੇ ਇਸ ਤਰ੍ਹਾਂ ਦੇ ਹੁੰਦੇ ਆ, ਜਾਂ ਕਹਿ ਦਿੰਦੇ ਵੀ ਮਤਲਬ ਬਾਂਹ ਫੜਨੀ ਕੋਈ ਡਾਕਾ ਤਾਂ ਨਹੀਂ ਮਾਰੇ, ਐਵੇਂ ਦੇ ਗਾਣੇ ਜੋ ਬੋਲ ਕੇ ਸਾਨੂੰ ਦੱਸਦੇ ਆ, ਪੱਗਾਂ ਬੰਨ ਕੇ ਇਹ ਸਾਡਾ ਕਿਰਦਾਰ ਜਿਹੜਾ ਗੰਦਲਾ ਕਰ ਰਹੇ ਆ, ਔਰਤ ਦਾ ਸਤਿਕਾਰ ਹੈ। ਪਰੰਤੂ ਇਹੋ ਜਿਹੀ ਔਰਤ ਵੀ ਸਾਨੂੰ ਗਾਇਕ ਰੂਪ ਵਿੱਚ ਨਹੀਂ ਚਾਹੀਦੀ, ਜਿਹੜੀਆਂ ਸਾਡੀਆਂ ਧੀਆਂ ਦੇ ਕੋਲਜ ਘਰ ਤੋਂ ਤੁਰਨ ਤੋਂ ਲੈ ਕੇ ਅਤੇ ਕੋਲਜ ਪਹੁੰਚਣ ਤੱਕ ਜਿਹੜਾ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਆ। ਸਾਡੇ ਅੰਦਰ ਜਿਹੜਾ ਪੈਲਸ ਕਲਚਰ ਆ ਗਿਆ ਉਹਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਹੈ। ਮੈਂ ਬੇਨਤੀ ਜਿਹੜੀ ਪਹਿਲਾਂ ਕੀਤੀ ਸੀ, ਦੁਬਾਰਾ ਬੇਨਤੀ ਉਹ ਤੁਹਾਨੂੰ ਫਿਰ ਕਰਾਂਗਾ, ਕਿ ਅਸੀਂ ਆਪਣੇ ਆਪਣੇ ਜਦੋਂ ਸਾਡੇ ਕੋਲ ਸਮਾਂ ਆਵੇ ਅਤੇ ਗੁਰੂ ਕਿਰਪਾ ਕਰੇ ਅਸੀਂ ਦ੍ਰਿੜ ਹੋ ਜਾਈਏ, ਆਪਣੇ ਪਰਿਵਾਰਾਂ ਵਿੱਚ ਇਹ ਬੇਨਤੀ ਕਰੀਏ। ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਾਂ ਕਿ ਮੈਂ ਲੱਚਰਤਾ ਤੋਂ ਬਿਨਾਂ ਜਿਹੜਾ ਵਾ ਉਹ ਆਪਣਾ ਕੋਈ ਵੀ ਜਿਹੜਾ ਘਰ ਦਾ ਕਾਰ ਵਿਹਾਰ ਹੈ, ਮੈਂ ਖੁਸ਼ੀ ਦਾ ਸਮਾਗਮ ਹੈ ਉਹ ਅਸੀਂ ਕਰਾਂਗੇ। ਪਰੰਤੂ ਅੱਜ ਤਾਂ ਅਸੀਂ ਵੇਖਿਆ ਵੀ ਕੋਈ ਸਾਡੇ ਏਰੀਏ 'ਤੇ 1-2 ਥਾਵਾਂ 'ਤੇ ਮੈਂ ਵੇਖਿਆ ਆਪ ਜਾ ਕੇ ਉਹਨਾਂ ਦੇ ਘਰਾਂ ਵਿੱਚ ਬਜ਼ੁਰਗ ਮਰ ਜਾਵੇ ਤਾਂ ਉਹਦਾ ਵੀ ਡੀ ਜੇ ਲਾਉਣ ਲੱਗ ਪਿਆ। ਮਤਲਬ ਇਹਨਾਂ ਡੀ ਜੇ ਕਲਚਰ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ। ਸਾਨੂੰ ਨੱਚਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਅਸੀਂ ਕਿਸ ਗੱਲ ਤੋਂ ਨੱਚ ਰਹੇ ਹਾਂ। ਇਸ ਗੱਲ ਤੋਂ ਨੱਚ ਰਹੇ ਹਾਂ ਵੀ ਸਾਡਾ ਨੌਜਵਾਨ ਪਤਿਤ ਹੋ ਰਿਹਾ ਹੈ, ਸਾਡਾ ਨੌਜਵਾਨ ਨਸ਼ੇੜੀ ਹੋ ਰਿਹਾ ਹੈ, ਪੰਜਾਬ ਦੀ ਜਿਹੜੀ ਗਰੋਥ ਰੇਟ ਆ ਉਹ ਥੱਲੇ ਨੂੰ ਆ ਰਹੀ ਹੈ। ਅਸੀਂ ਕਿਹੜੀ ਗੱਲ ਤੋਂ ਕਿਸ ਚੀਜ਼ ਦੀ ਖੁਸ਼ੀ ਮਨਾ ਰਹੇ ਹਾਂ? ਸਾਡਾ ਕਿਸਾਨ ਅੱਜ ਫਾਹੇ ਲੈ ਰਿਹਾ ਹੈ, ਆਤਮ ਹੱਤਿਆ ਕਰ ਰਿਹਾ ਹੈ, ਅਸੀਂ ਗਰੀਬੀ ਵਿੱਚ ਕਕਾਲੀ ਵਿੱਚ ਜਾ ਰਹੇ ਹਾਂ, ਕਿਸ ਖੁਸ਼ੀ ਤੋਂ ਨੱਚ ਰਹੇ ਹਾਂ? ਸੋ ਅਗਲੇ ਪਾਸੇ ਮੈਂ ਬੇਨਤੀ ਕਰਾਂ ਕਿ ਲਾਸਟ ਵਿੱਚ ਮੈਂ ਬੇਨਤੀ
ਇੱਕ ਸਾਨੂੰ ਜਨ ਕਿਹੜਾ ਯਾਦ ਰੱਖਣਾ ਚਾਹੀਦਾ ਸੀ, ਨਨਕਾਣਾ ਸਾਹਿਬ ਵਾਲਾ ਕਿ ਮਿਰਜੇ ਸਾਹਿਬ ਵਾਲਾ? ਨਨਕਾਣਾ ਸਾਹਿਬ ਵਾਲਾ ਪਿਆਰਿਓ ਭੁੱਲ ਗਿਆ, ਸਾਨੂੰ ਯਾਦ ਕਿਹੜਾ ਰਹਿ ਗਿਆ? ਮਿਰਜੇ ਸਾਹਿਬ ਵਾਲਾ ਯਾਦ ਰਹਿ ਗਿਆ, ਜਿਹੜੀ ਧੀ ਮਾਂ ਪਿਓ ਦੀ ਇੱਜ਼ਤ ਰੋਲ ਕੇ ਆ ਗਈ ਆ, ਕੁੱਖ ਵਿੱਚ ਕਤਲ ਕਰਾਉਣ ਧੀਆਂ ਉਹ ਮਾਪੇ ਨਹੀਂ ਹੁੰਦੇ, ਬਿਨਾਂ ਗੱਲ ਤੋਂ ਪੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ, ਕਹਿਣ ਸਿਆਣੇ ਝੂਠਦੀ ਆ, ਕੋਈ ਨੀਹਾਂ ਨਹੀਂ ਹੁੰਦੀਆਂ, ਜੋ ਮਾਪਿਆਂ ਦੀ ਪੱਤ ਰੋਲਦੀਆਂ ਉਹ ਧੀਆਂ ਨਹੀਂ ਹੁੰਦੀਆਂ, ਜਿਹੜੀ ਮਾਂ ਪਿਓ ਦੀ ਪੱਤ ਰੋਲਦੀਆਂ ਨਾ। ਅੱਜ ਵੀ ਮੈਂ ਬੇਨਤੀ ਕਰਾਂ ਬੇਟੇ, ਸਾਡੇ ਅੰਦਰ ਜਿਹੜਾ ਫਰੈਂਡਸ਼ਿਪ ਕਲਚਰ ਆ ਗਿਆ ਨਾ, ਬੇੜਾ ਗਰਕ ਕਰਕੇ ਰੱਖ ਦਿੱਤਾ ਸਾਡੇ ਕਲਚਰ ਦਾ, ਇਹ ਅੱਜ ਸਾਨੂੰ ਇਹਨੂੰ ਅਵੋਇਡ ਕਰਨਾ ਚਾਹੀਦਾ। ਮੈਂ ਕਿ ਵੈਸੇ ਦੋਸਤ ਕੌਣ ਹੈ? ਇੱਕ ਭੈਣ ਅਤੇ ਭਰਾ ਵੀ ਤਾਂ ਦੋਸਤ ਆ ਨਾ, ਜਿਨ੍ਹਾਂ ਦਾ ਬਚਪਨ ਵਿੱਚ ਕਿਤੇ ਬੈੱਡ ਵੀ ਸਾਂਝਾ ਰਿਹਾ ਹੈ, ਉਹ ਵੀ ਤਾਂ ਇੱਕ ਦੋਸਤ ਆ ਨਾ, ਮਾਂ ਵੀ ਤਾਂ ਦੋਸਤ ਹੈ ਨਾ। ਪਰੰਤੂ ਸਾਡੇ ਅੰਦਰ ਜਿਹੜਾ ਫਰੈਂਡਸ਼ਿਪ ਕਲਚਰ ਦੇ ਨਾਂ 'ਤੇ ਜਿਹੜਾ ਸਾਡਾ ਅੱਜ ਘਾਣ ਹੋ ਰਿਹਾ ਹੈ, ਉਹ ਕਿਉਂ ਹੋ ਰਿਹਾ? ਕਿਉਂਕਿ ਸਾਡੇ ਸਾਹਮਣੇ ਪੇਸ਼ ਇਹਨਾਂ ਨੂੰ ਕੀਤਾ ਗਿਆ, ਸਾਨੂੰ ਭੁੱਲ ਗਿਆ ਛੋਟੀ ਉਮਰ ਦਾ ਸ਼ਹੀਦ ਭਾਈ ਦਰਬਾਰਾ ਸਿੰਘ ਜੀ, ਜਿਹੜਾ ਨਨਕਾਣਾ ਸਾਹਿਬ ਦੇ ਜੰਡ ਦੇ ਨਾਲ, ਜਿਹਨਾਂ ਨੂੰ ਭਾਈ ਲਛਮਣ ਸਿੰਘ ਧਾਰੋਵਾਲ ਵਰਗਿਆਂ ਨੂੰ ਜੰਡਾਂ ਨਾਲ ਬੰਨ੍ਹ ਕੇ ਸਾਰਿਆ ਗਿਆ, ਉਹ ਸਾਨੂੰ ਭੁੱਲ ਗਏ। ਨਨਕਾਣਾ ਸਾਹਿਬ ਵਾਲਾ ਜੰਡ ਭੁੱਲ ਗਿਆ, ਕੁਰਬਾਨੀ ਕਿਹਦੀ ਯਾਦ ਰਹੇਗੀ? ਸਾਨੂੰ ਹੀਰ ਰਾਂਝੇ ਦੀ ਰਹਿ ਗਈ। ਅੱਜ ਕਿੱਸੇ ਬਣਾਏ ਜਾਂਦੇ ਆ, ਪਿਛਲੇ ਦਿਨ ਸਿਲੇਬਸ ਵਿੱਚ ਬਹੁਤ ਵੱਡਾ ਤਬਦੀਲੀ ਕੀਤੀ ਗਈ, ਵੈਲ ਪਲੈਂਡ ਦੇ ਨਾਲ ਸਾਰਾ ਕੁਝ ਹੁੰਦਾ ਹੈ, ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੋਈ ਵਡਿਆਈ ਨਹੀਂ ਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਹਿਲੀ ਸੰਸਥਾ ਸੀ ਜਿਹਨੇ ਏਡੇ ਵੱਡੇ ਲੈਵਲ 'ਤੇ ਹਾਰ ਦਾ ਨਾਰਾ ਹੀ ਨਹੀਂ ਮਾਰਿਆ, ਸਰਕਾਰ ਨੂੰ ਇੱਥੋਂ ਤੱਕ ਕੇ ਮਜਬੂਰ ਕਰ ਦਿੱਤਾ ਉਸ ਲੈਵਲ ਤੱਕ ਅਪਰੋਚ ਕਰਕੇ ਕਿ ਸਿਲੇਬਸ 'ਤੇ ਮੁੜ ਤੋਂ ਵਿਚਾਰ ਕੀਤੀ ਜਾਵੇ। ਬੇਸ਼ੱਕ ਉਹਨਾਂ ਦੇ ਹੱਥ ਕੰਢੇ ਉਹ ਵੱਡੇ ਵਰਤ ਰਹੇ ਆ, ਸਾਡੇ ਸਿਲੇਬਸਾਂ ਨੂੰ ਬਦਲਿਆ ਜਾ ਰਿਹਾ, ਇਹ ਕਿਸੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਸਾਰੇ ਕਿੱਸੇ ਸਾਡੇ ਸਿਲੇਬਸਾਂ ਵਿੱਚ ਪਾਏ ਜਾ ਰਹੇ ਆ, ਤਾਂ ਜੋ ਸਾਡੇ ਬੱਚੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਭਾਈ ਮਤੀਦਾਸ ਦੀ ਕੁਰਬਾਨੀ ਨੂੰ ਭੁੱਲ ਜਾਣ, ਕਿਹਨੂੰ ਯਾਦ ਰੱਖਣ? ਹੀਰ ਰਾਂਝੇ ਨੂੰ ਯਾਦ ਰੱਖ ਲੈਣ। ਮੈਂ ਇੱਕ ਬੇਨਤੀ ਕਰਾਂ ਸ਼ੋਰਟਲੀ, ਇਹਦੇ 'ਤੇ ਮਾਣ ਕਰਨ ਵਾਲੀ ਕਿਹੜੀ ਗੱਲ ਹੈ? ਜਿਹੜਾ ਬੰਦਾ ਕਿਸੇ ਦੇ 12 ਸਾਲ ਡੰਗਰੀ ਚਾਰਦਾ ਰਿਹਾ, ਕਮਾਲ ਹੋ ਗਈ, ਇੱਕ ਦਿਨ ਗੁਲਾਮੀ ਨਹੀਂ ਕੀਤੀ, ਉਹਦੇ 'ਤੇ ਮਾਣ ਕੀਤਾ ਜਾ ਸਕਦਾ? ਜਿਹੜਾ 12 ਦਿਨ ਕਿਸੇ ਦੇ ਡੰਗਰੀ ਚਾਰੀ, 12 ਸਾਲ ਕਿਸੇ ਦੇ ਮੱਝਾਂ ਚਾਰਦਾ ਰਿਹਾ ਹੈ, ਉਹਦੇ 'ਤੇ ਮਾਣ ਕਰਨ ਵਾਲੀ ਤਾਂ ਮੈਨੂੰ ਕਿਤੇ ਗੱਲ ਨਹੀਂ ਲੱਗਦੀ। ਮਾਣ ਕਰਨਾ ਸੀ ਤਾਂ ਅਸੀਂ ਕਰਦੇ ਭਾਈ ਮਤੀਦਾਸ ਦੇ, ਜਿਹਦੇ ਸਿਰ 'ਤੇ ਆਰਾ ਚੱਲਦਾ ਹੈ, ਉਹਦੀ ਛੱਤ ਇਹ ਆ ਕਿ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਭਾਈ ਤਾਰੂ ਸਿੰਘ ਦੇ ਸਿਰ 'ਤੇ ਖੋਪਰ ਚੱਲਦਾ ਹੈ, ਭਾਈ ਸ਼ਬੇਕ ਸਿੰਘ ਅਤੇ ਭਾਈ ਸ਼ਬਾਜ ਸਿੰਘ ਨੂੰ ਪਿਓ ਪੁੱਤਰ ਨੂੰ ਚਰਖਣੀਆਂ 'ਤੇ ਚਾੜ ਦਿੱਤਾ ਜਾਂਦਾ ਹੈ, ਪ੍ਰਭੂ ਉਸ ਸਿਰ ਤੋਂ ਨਹੀਂ ਡੋਲਦੇ। ਸਾਨੂੰ ਕਿਸ ਨੂੰ ਯਾਦ ਰੱਖਣਾ ਚਾਹੀਦਾ ਸੀ? ਕਿਸ ਨੇ ਡੋਲ ਕੇ ਸੰਸਾਰ ਪਾਇਆ? ਸੋਹਣੀ ਮਹੀਵਾਲ ਨੇ ਕਿ ਦਸ਼ਮੇਸ਼ ਪਿਤਾ ਨੇ, ਸਾਨੂੰ ਦਸ਼ਮੇਸ਼ ਪਿਤਾ ਦੀ ਉਹ ਸਰਸਾ ਦੀ ਨਦੀ ਭੁੱਲ ਗਈ, ਸੋਹਣੀ ਮਹੀਵਾਲ ਦੇ ਕੱਚੇ ਘੜੇ ਸਾਨੂੰ ਯਾਦ ਰਹਿ ਗਏ, ਜਿਹੜੀਆਂ ਧੀਆਂ ਪਿਓ ਦੀ, ਭਰਾਵਾਂ ਦੀ, ਪਰਿਵਾਰ ਦੀ ਇੱਜ਼ਤ ਰੋੜ ਕੇ ਆ ਜਾਂਦੀਆਂ, ਉਹ ਧੀਆਂ ਧੀਆਂ ਨਹੀਂ ਹੋ ਸਕਦੀਆਂ, ਉਹ ਤਾਂ ਦੁਸ਼ਮਣ ਹੋ ਸਕਦੀਆਂ ਉਸ ਖਾਨਦਾਨ ਦੀਆਂ। ਮੈਂ ਬੇਨਤੀ ਕਰਾਂ ਭੈਣਾਂ ਨੂੰ ਅਤੇ ਵੀਰਾਂ ਨੂੰ ਖਾਸ ਕਰਕੇ, ਬੇਸ਼ੱਕ ਟੌਪਿਕ ਅੱਗੇ ਹੋਰ ਹੈ ਪਰੰਤੂ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ, ਇੱਥੇ ਸਮਾਪਤੀ ਹੈ। ਜ਼ਰੂਰ ਧਿਆਨ ਵਿੱਚ ਰੱਖਿਓ, ਸਾਡੀ ਸਟੱਡੀ ਦੇ ਨਾਲ ਨਾਲ ਸਾਡੇ ਪਰਿਵਾਰਾਂ ਨੂੰ ਕਦੀ ਵੀ ਇਹ ਗੱਲ ਨਾ ਸੁਣਨੀ ਪਵੇ ਕਿ ਫਲਾਣੇ ਦੀ ਧੀ ਨੇ ਉਹਦਾ ਸਿਰ ਨੀਵਾਂ ਕਰ ਦਿੱਤਾ ਹੈ। ਕੋਈ ਇਹ ਤਾਂ ਜ਼ਰੂਰ ਕਵੇ ਆਪਣੀ ਧੀ ਨੂੰ ਪੁੱਤ ਬਣਨਾ ਹੈ ਅਤੇ ਉਸ ਉਹਦੀ ਧੀ ਵਰਗੀ ਬਣ, ਵੇਖ ਉਹ ਕਿੰਨੀ ਉੱਚੀ ਪੜ੍ਹਾਈ ਕਰ ਗਈ ਆ, ਪ੍ਰਭੂ ਉਹਦਾ ਅੱਜ ਤੱਕ ਘਰੇ ਕੋਈ ਉਲਾਵਾ ਨਹੀਂ ਆਇਆ। ਅੱਜ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ, ਅਸੀਂ ਵਟਸਐਪ, ਮੋਬਾਈਲ, ਫੇਸਬੁੱਕ ਵਰਤੀਏ, ਪ੍ਰੰਤੂ ਲੋਕਾਂ ਦੇ ਬਹਿਕਾਵਿਆਂ ਵਿੱਚ ਆ ਕੇ ਪਰਿਵਾਰਾਂ ਦੀ ਇੱਜ਼ਤ ਨੂੰ ਨਿਲਾਮ ਨਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਾਡਾ ਚੰਗਾ ਕਿਰਦਾਰ ਤਾਂ ਹੀ ਬਣ ਸਕਦਾ ਹੈ, ਅਸੀਂ ਸੱਭਿਆਚਾਰ ਦੇ ਅਸਲ ਵਾਸ ਉਦੋਂ ਹੀ ਬਣ ਸਕਦੇ ਹਾਂ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਜਿਹੜਾ ਸੱਭਿਆਚਾਰ ਹੈ ਉਹਦੇ ਪਾਤਰ ਬਣ ਕੇ ਅਸੀਂ ਬਤੀਤ ਕਰਾਂਗੇ ਆਪਣਾ ਜੀਵਨ, ਤਾਂ ਸਾਨੂੰ ਇਹ ਖੁਸ਼ੀਆਂ ਮਿਲ ਸਕਦੀਆਂ, ਤਾਂ ਇਹ ਕੈਂਪ ਸਟੱਡੀ ਸਰਕਲ ਦੇ ਲਗਾਏ ਸਫਲ ਹੋ ਸਕਦੇ ਆ। ਬਹੁਤ ਵੱਡੀ ਆਸ ਲੈ ਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹ 4 ਵਿਰਸਾ ਕੈਂਪ ਲਗਾਏ ਜਾ ਰਹੇ ਹੈ ਪੂਰੇ ਪੰਜਾਬ ਦੇ ਵਿੱਚ, 4 ਵਿਰਸਾ ਕੈਂਪਾਂ ਦੇ ਵਿੱਚੋਂ
30 40 40 ਜਿਹੜੇ ਆ ਜਿਹੜੇ ਟੋਪਰ ਸਟੂਡੈਂਟ ਆ ਜਿਹੜੇ ਵਧੀਆ ਜਿਨ੍ਹਾਂ ਦੀ ਅਟੈਂਸ਼ਨ ਵਧੀਆ ਹੈ ਉਹਨਾਂ ਸਟੂਡੈਂਟ ਨੂੰ ਲੈ ਕੇ ਇੱਕ ਕੇਂਦਰੀ ਪੱਧਰ 'ਤੇ ਵੱਡਾ ਕੈਂਪ ਲਗਾਇਆ ਜਾਵੇਗਾ। ਮਨੋਰਥ ਇੱਕੋ ਇੱਕ ਹੈ, ਅਸੀਂ ਉੱਚਿਆਂ ਅਹੁਦਿਆਂ 'ਤੇ ਪਹੁੰਚ ਜਾਈਏ, ਚੰਗੀਆਂ ਜੋਬਸ ਦੇ ਉੱਪਰ ਪਹੁੰਚ ਜਾਈਏ, ਪ੍ਰੰਤੂ ਸਾਡੇ ਕੋਲ ਸਾਡਾ ਸੱਭਿਆਚਾਰ ਨਾ ਵਿਸਰ ਜਾਵੇ, ਸਾਡੇ ਕੋਲੋਂ ਬਾਣੀ ਅਤੇ ਬਾਣਾ ਨਾ ਵਿਸਰ ਜਾਵੇ, ਸਾਡੇ ਕੋਲੋਂ ਦਸਤਾਰ ਨਾ ਵਿਸਰ ਜਾਵੇ। ਇਹਨਾਂ ਕੈਂਪਾਂ ਦਾ ਮਨੋਰਥ ਇਹੀ ਆ, ਸੱਭਿਆਚਾਰ ਸਾਡਾ ਸਾਨੂੰ ਕੀ ਸਿਖਾਉਂਦਾ ਹੈ, ਥੋੜ੍ਹੇ ਜਿਹੇ ਸਮੇਂ ਵਿੱਚ ਇਸ ਸਲਾਈਡ ਸ਼ੋਅ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਆ। ਆਸ ਹੈ ਕਿ ਤੁਸੀਂ ਜਿੰਨੇ ਵਧੀਆ ਤਰੀਕੇ ਨਾਲ ਸਰਵਣ ਕੀਤਾ ਹੈ, ਜ਼ਰੂਰ ਯਾਦ ਰੱਖ ਕੇ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ, ਕੋਈ ਦੋ ਚਾਰ ਵੀਰ ਹੀ ਮਿੱਤਰ ਆਉਣਗੇ ਜਿਹੜੇ ਜਾਣ ਤੋਂ ਪਹਿਲਾਂ ਇਹ ਗੱਲ ਕਹਿਣਗੇ ਅਸੀਂ ਖਡੂਰ ਸਾਹਿਬ ਪਹਿਲਾਂ ਕੈਂਪ ਲਗਾਇਆ ਸੀ, ਉਸ ਕੈਂਪ ਦੇ ਵਿੱਚੋਂ 3 ਵੀਰ ਆਪਣੇ ਵਿਊ ਦਿੰਦੇ ਆ ਸਟੇਜ 'ਤੇ ਆ ਕੇ। 3 ਵੀਰਾਂ ਨੇ ਇਹ ਗੱਲ ਕਹੀ ਸੀ ਕਿ ਵੀਰ ਜੀ ਮੈਂ ਨਸ਼ਾ ਕਰਦਾ ਸੀ, ਪ੍ਰੰਤੂ ਇਸ ਕੈਂਪ ਤੋਂ ਬਾਅਦ ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਧਰਤੀ 'ਤੇ ਪ੍ਰੋਮਿਸ ਕਰਕੇ ਜਾਂਦਾ ਹੈ ਕਿ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗਾ। 5-6 ਵੀਰ ਉਹ ਵੀਰ ਸਨ ਜਿਨ੍ਹਾਂ ਨੇ ਕਹਿਤਾ ਸੀ ਮੈਂ ਕੇਸ ਕਦਮ ਕਰਦਾ ਸੀ, ਇਸ ਕਰਕੇ ਕਿਉਂਕਿ ਮੈਨੂੰ ਕੇਸਾਂ ਦੀ ਮਹਾਨਤਾ ਹੀ ਨਹੀਂ ਸੀ ਪਤਾ, ਅੱਜ ਤੋਂ ਮੈਨੂੰ ਪਤਾ ਲੱਗ ਗਿਆ ਮੈਂ ਆਪਣੀ ਕੇਸ ਕਦਮ ਨਹੀਂ ਕਰੂੰਗਾ। ਉਹ ਵੀਰ ਸਨ, ਕੱਲ੍ਹ ਪਰਸੋਂ ਇੱਕ ਸਾਡਾ ਸੈਮੀਨਾਰ ਸੀ ਉਹਦੇ ਵਿੱਚ ਮਿਲੇ, ਸੱਚਮੁੱਚ ਦਸਤਾਰਾਂ ਸਜਾ ਕੇ ਮਿਲੇ ਆ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਚਾਹ